ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਤੁਸੀਂ ਦੇਖ ਰਹੇ ਹੋ ਤੇ ਨਾਲ ਮੇਰੇ ਸਰਦਾਰ ਪਰਮਜੀਤ ਸਿੰਘ ਜੀ ਬਾਠ ਸਾਹਿਬ ਨਜ਼ਰ ਆ ਰਿਹਾ ਜੀ। ਮੈਂ ਬੈਠਾ ਮਹਾਰਾਜ, ਨਜ਼ਰ ਕਾਹਦੇ ਆ ਰਿਹਾ? ਇਹ ਕਿਹੜਾ ਸਿਆਸਤ ਆ ਜਿਹਦੇ ਵਿੱਚ ਦੇਖ ਕੇ ਅਣਦੇਖਾ ਕੀਤਾ ਜਾਣਾ? ਨਹੀਂ ਉਹ ਨਹੀਂ ਗੱਲ, ਮੈਂ ਤਾਂ ਕਿਹਾ ਕਿ ਮਤਲਬ ਤੁਹਾਨੂੰ ਐਂ ਲੱਗੇ ਵੀ ਬੰਦਾ ਠੰਡੀ ਥਾਂ ਤੇ ਖੜ ਕੇ ਤੇ ਅਸੀਂ ਮਤਲਬ ਖੋਲ ਦਿੱਤਾ, ਸਾਡੇ ਵੱਲੋਂ ਪੂਰਾ ਕਹਿ ਜੀ ਕੋਟੀ ਅਸੀਂ ਜਿਹੜੀ ਮਤਲਬ ਸਪੈਸ਼ਲ ਦਿੱਤੀ ਆ, ਆ ਗਈ ਬੰਦਾ ਬੈਠਾ। ਮਾਰਾ ਸਾਹਿਬ ਠੰਡ ਤਾਂ ਲੱਗਦੀ ਨਾ ਹੁਣ? ਇੱਕ ਧੱਕਾ ਤਾਂ ਹੋ ਗਿਆ ਨਾ ਹਮੇਸ਼ਾ ਕਿਹੜਾ, ਹੁਣ ਕੋਟੀ ਦਿੱਤੀ ਆ, ਪਰ ਤੁਸੀਂ ਧਿਆਨ ਨਾਲ ਦੇਖੋ ਕਿਤੇ ਬੁਰਤਾ ਨਹੀਂ ਆਈ ਉਹ, ਕਿਉਂਕਿ ਜੇ ਤਾਂ ਬੁਰ ਵਾਲੀ ਕੋਟੀ ਦਿੱਤੀ ਆ ਤੇ ਇਹਦਾ ਮਤਲਬ ਹੈ ਕਿ ਲਾਈਓ ਪਾਈਓ ਦਿੱਤੀ ਆ, ਤੇ ਜੇ ਬੁਰ ਨਹੀਂ ਆਈ ਤੇ ਇਹਦਾ ਮਤਲਬ ਨਵੀਂ ਲੱਗ ਦਿੱਤੀ ਕੋਰੀ। ਆਪਣੀ ਨਵੀਂ ਦੀ ਗੱਲ ਹੋਈ, ਆਪਣੀ ਗੱਲ ਹੋਈ ਵੀ ਠੰਡ ਨਾ ਲੱਗੀ, ਠੰਡ ਨਾ ਲੱਗੀ, ਠੰਡ ਦੀ ਨਾ ਲੱਗੀ, ਨਹੀਂ ਲੱਗੀ। ਬਸ ਫਿਰ ਮੁੱਦੇ ਤੇ ਰਹਿਣਾ ਚਾਹੀਦਾ ਵਟਸਐਪ, ਪਤਾ ਨਹੀਂ ਕਿੱਧਰ ਦੀ ਕਿੱਧਰ ਤੁਸੀਂ ਤੁਰ ਪੈਂਦੇ, ਮੈਂ ਨਾ ਸਮਝ। ਮੈਂ ਤਾਂ ਦੇਖੋ ਕਿੱਧਰ ਦੀ ਕਿੱਧਰ ਨਹੀਂ ਤੁਰ ਪੈਂਦਾ, ਮੈਂ ਤਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਆਖਿਰਕਾਰ ਵਿਵਹਾਰ ਜਿਹੜਾ ਕਿਹੋ ਜਿਹਾ ਕੀਤਾ ਜਾ ਰਿਹਾ, ਚਿਹਰੇ ਕੇ ਪਿੱਛੇ ਚਿਹਰਾ ਕੈਸਾ ਹੈ, ਇਹ ਦੇਖੀ ਆਪਕੇ ਸਾਹਮਣੇ ਸੱਚ ਆ ਗਿਆ। ਅੱਗੇ ਵਟਸਐਪ ਉਹ ਪੋਲੀਟੀਕਲ ਪਾਰਟੀਆਂ ਲੜੀ ਜਾਂਦੇ ਆ, ਉੱਤੋਂ ਤੁਸੀਂ ਇੱਕ ਦੂਜੇ ਆਓ ਮੇਰੇ ਨਾਲ ਧੱਕਾ ਹੋਇਆ, ਮੇਰੀ ਫਲਾਣਾ ਨਹੀਂ ਸੁਣਦਾ, ਮੇਰੇ ਢੀਂਗੜੇ ਨਹੀਂ ਸੁਣਵਾਈ ਕਰਦਾ ਜੀ, ਆਪਾਂ ਉਹ ਪੌੜੇ ਨਾ ਪਾਈਏ, ਕਿਉਂਕਿ ਜਿਹਨਾਂ ਦੇ ਪਏ ਆ ਨਾ ਉਹ ਕਹਿੰਦੇ ਵੀ ਹੁਣ ਮੰਨਣ ਮਨਾਉਣ ਵਾਲਾ ਚੱਲ ਪਿਆ ਕੰਮ ਜੀ। ਨਹੀਂ ਦੇਖੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਬੀਤੇ ਕੱਲ ਆਪਾਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੀ ਸਿਆਸਤ 'ਚ ਕੀ ਕੁਝ ਹੋਈ ਜਾਂਦਾ, ਉੱਥੇ ਤਾਂ ਐਂ ਲੱਗਦਾ ਸੀ ਕਿ ਭੂਆ ਭਤੀਜੇ ਨੂੰ ਨਹੀਂ ਪਛਾਣਦੀ, ਮਾਸੀ ਭਾਣਜੇ ਨੂੰ ਨਹੀਂ ਪਛਾਣਦੀ, ਅਤੇ ਆਪਸ ਦੇ ਵਿੱਚ ਜਿਹੜਾ ਗੁੱਥਮ ਗੁੱਥੀ ਸਾਰੇ ਹੋਈ ਜਾਂਦੇ ਆ। ਖਾਸ ਤੌਰ ਦੇ ਉੱਤੇ ਨਜ਼ਰਾਂ ਸਾਰੇ ਪੰਜਾਬ ਦੀਆਂ ਟਿੱਕੀਆਂ ਰਹਿੰਦੀਆਂ ਕਾਂਗਰਸ 'ਤੇ, ਕਿਉਂਕਿ ਸੱਤਾ ਉਹਦੇ ਕੋਲ ਹੈ, ਜੇ ਗ੍ਰਾਂਟ ਮਿਲਣੀ ਤਾਂ ਕਾਂਗਰਸ ਨੇ ਦੇਣੀ, ਜੇ ਸਕੂਲ ਅਪਗ੍ਰੇਡ ਕਰਨਾ ਤਾਂ ਕਾਂਗਰਸ ਨੇ ਕਰਨਾ, ਕਿਉਂਕਿ ਸਰਕਾਰ ਉਹਨਾਂ ਦੀ ਹੈ। ਅਤੇ ਸਰਕਾਰ ਦੇ ਵਿੱਚ ਜਿਸ ਤਰੀਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਝੇ ਦੀ ਧਰਤੀ ਤੋਂ ਆਖ ਦਿੱਤਾ ਸੀ ਕਿ ਜੇ ਸਾਡੀ ਸਰਕਾਰ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੱਲ ਨਾ ਹੋ ਸਕਿਆ ਤਾਂ ਮੈਂ ਸਰਕਾਰ ਵੀ ਛੱਡਣ ਨੂੰ ਤਿਆਰ ਹਾਂ। ਜਿਸ ਤਰੀਕੇ ਉਹਨਾਂ ਦੇ ਘਰ ਦੇ ਅੱਗੇ ਲੱਗਾ ਸੀ ਧਰਨਾ, ਤੇ ਧਰਨਾ ਲੱਗਣ ਤੋਂ ਬਾਅਦ ਉਹਨਾਂ ਨੇ ਜੋ ਕੁਝ ਆਖ ਦਿੱਤਾ ਸੀ ਕਿ ਦੇਖੋ ਗੱਲ ਬੜੀ ਸਿੱਧੀ ਪੱਧਰੀ, ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਨੇ ਕੀਤੀ ਹੈ ਦੇਰੀ। ਸੁਖਜਿੰਦਰ ਰੰਧਾਵਾ ਨੇ ਇਹ ਵੀ ਕਹਿ ਦਿੱਤਾ ਸੀ, ਔਨ ਰਿਕਾਰਡ ਹੈ, ਵੀਡੀਓ ਰਿਕਾਰਡ ਹੋਈ ਹੈ, ਕਿ ਸਿੱਧੇ ਤੌਰ ਤੇ ਸਾਨੂੰ ਪਤਾ ਹੈ ਬੇਅਦਬੀ ਕਿਹਨੇ ਕੀਤੀ ਹੈ। ਜਿਸ ਦਿਨ ਸਾਡੀ ਸਰਕਾਰ ਬਣੀ ਸੀ ਬੰਦੇ ਪਹਿਲੇ ਦਿਨ ਅੰਦਰ ਜਾਣੇ ਚਾਹੀਦੇ ਸੀ, ਪਰ ਗਏ ਨਹੀਂ, ਇਹਦੇ ਲਈ ਅਸੀਂ ਬੜੇ ਸ਼ਰਮਿੰਦੇ ਵੀ ਹਾਂ। ਵਟਸਐਪ ਇਹ ਗੱਲ ਹੋ ਗਈ, ਆਹਾ ਹੁਣ ਜਦੋਂ ਦੇਖੋ ਨਾ ਡਾਕਟਰ ਕੋਲ ਜਾਈਦਾ, ਡਾਕਟਰ ਨੂੰ ਦੱਸੀਦਾ ਵੀ ਡਾਕਟਰ ਸਾਹਿਬ ਆ ਫਲਾਨੀ ਬਿਮਾਰੀ ਹੋਊ ਜੀ, ਫਿਰ ਡਾਕਟਰ ਸਾਹਿਬ ਅੰਦਾਜ਼ਾ ਲਾਉਂਦੇ ਵੀ ਇਹ ਕਿਉਂ ਹੋਈ ਹੋਊਗੀ। ਮਤਲਬ ਜੇ ਮੰਨ ਲਓ ਬੰਦਾ ਆਖੇ ਵੀ ਪਤਾ ਨਹੀਂ ਡਾਕਟਰ ਸਾਹਿਬ ਰਾਤ ਦਿਨ ਵੱਖੀ 'ਚ ਪੀੜ ਹੋਈ ਜਾਂਦੀ ਹੈ ਜੀ, 10-ਕੁ ਮਿੰਟ ਹੀ ਜਾਣਾ ਪੈਂਦਾ ਹੈ, ਹੁਣ ਤਾਂ ਜਵਾਕ ਵੀ ਆਉਂਦੇ ਵੀ ਪਾਪਾ ਟੀਕਾ ਲਵਾ ਲਓ। ਹੁਣ ਗੱਲ ਇਹ ਆ ਵੀ ਉਹ ਫਿਰ ਡਾਕਟਰ ਪੁੱਛਦਾ ਵੀ ਕੋਈ ਵਿਆਹ ਤਾਂ ਨਹੀਂ ਵੇਖਿਆ, ਕਿਤੇ ਇੱਧਰ ਉੱਧਰ ਖਾਧਾ ਪੀਤਾ ਤਾਂ ਨਹੀਂ ਪੁੱਛ ਸਕਦਾ ਕੋਈ। ਮਤਲਬ ਉਹ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਉਹਨਾਂ ਆਪਣੀ ਧਿਆਨ ਮਾਰੀਏ ਵੀ ਜੇ ਇਹ ਗੱਲ ਇੱਥੋਂ ਤੱਕ ਅਪੜੀ ਕਿ ਇੱਕ ਜਿਹੜਾ ਧਰਨਾ ਉਹ ਰੰਧਾਵਾ ਸਾਹਿਬ ਦੇ ਬੂਹੇ ਅੱਗੇ ਲੱਗਦਾ, ਉਸੇ ਮੁੱਦੇ ਤੇ ਲੱਗਦਾ ਜਿਸ ਮੁੱਦੇ ਦਾ ਮੋਰਚਾ ਚੁਕਾਉਣ ਦੇ ਲਈ ਉਹੀ ਰੰਧਾਵਾ ਸਾਹਿਬ ਗੱਡੀ ਦੀ ਮੂਹਰਲੀ ਸੀਟ ਤੇ ਬਹਿ ਕੇ ਜਾਂਦੇ ਹੁੰਦੇ ਸੀ, ਤੇ ਉਹੀ ਰੰਧਾਵਾ ਸਾਹਿਬ ਉਸੇ ਧਰਨਾਕਾਰੀਆਂ ਦੇ ਅੱਗੇ ਮੰਗ ਪੱਤਰ ਜਿਹਾ ਲੈਣ ਨਾਲੋਂ ਜਾਂ ਮਤਲਬ ਚੁੱਪ ਜੇ ਕਰਕੇ ਅੰਦਰ ਬਹਿਣ ਨਾਲੋਂ ਬਾਹਰ ਆ ਕੇ ਜੇ ਕਹਿੰਦੇ ਵੀ ਮੈਂ ਤਾਂ ਤੁਹਾਡੇ ਨਾਲ ਹਾਂ ਭਾਈ ਮੁੱਖ ਮੰਤਰੀ ਨੂੰ ਪੁੱਛੀਏ, ਇਹਦਾ ਮਤਲਬ ਦਰਦ ਇੱਕ ਪੱਖੀ 'ਚ ਨਹੀਂ ਹੈਗੀ, ਇਹ ਕਹਾਣੀ ਕਿਤੇ ਹੋਰ ਤੁਰ ਗਈ, ਕਿਤੇ ਹੋਰ ਪਹੁੰਚਦੀ। ਮੈਂ ਇਹ ਕਿ ਆਪਾਂ ਕੱਲੀ ਕੱਲੀ ਪਰਤ ਖੋਲ ਕੇ ਵੇਖੀ ਨਹੀਂ, ਬਹੁਤ ਜ਼ਰੂਰੀ ਹੈ, ਗੰਢਾ ਛਿੱਲਣ ਦੀ ਲੋੜ ਹੈ, ਭੰਨਣ ਦੀ ਲੋੜ ਨਹੀਂ। ਹਾਂਜੀ ਚਲੋ ਛਿੱਲ ਕੇ ਰੱਖ ਦਿੰਦੇ ਹਾਂ। ਰੌਲਾ ਇਸ ਗੱਲ ਦਾ ਕਿ ਪਹਿਲਾਂ ਮੰਨਿਆ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਮਜ਼ਬੂਤ ਲੀਡਰ ਨੇ, ਉਹਨਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਚੁਣੌਤੀ ਕੋਈ ਨਹੀਂ, ਪਰ ਹੁਣ ਲਗਾਤਾਰ ਚੁਣੌਤੀਆਂ ਜਿਸ ਤਰੀਕੇ ਸਾਹਮਣੇ ਆ ਰਹੀਆਂ ਉਹਦੇ ਤੋਂ ਬਾਅਦ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਮਜ਼ਬੂਤੀ ਹੌਲੀ ਹੌਲੀ ਕਮਜ਼ੋਰੀ ਵੱਲ ਵੱਧ ਰਹੀ ਹੈ। ਕਾਰਨ ਕੀ? ਪਹਿਲਾਂ ਸੁਰਜੀਤ ਸਿੰਘ ਧੀਮਾਨ ਨੇ ਕਿਹਾ ਸੀ ਕਿ ਨਸ਼ਾ ਵਿਕਦਾ ਤੇ ਅਫਸਰ ਸਾਡੀ ਸੁਣਦੇ ਨਹੀਂ, ਉਹਦੇ ਤੋਂ ਬਾਅਦ ਨੱਥੂ ਰਾਮ ਕਾਂਗਰਸ ਦਾ ਬੱਲੂਆਣੇ ਤੋਂ MLA ਆ, ਉਸ ਬੰਦੇ ਨੇ ਆਖਿਆ ਸੀ ਨਾ ਕਿ ਮੇਰੇ ਹਲਕੇ ਦੇ ਵਿੱਚ ਹੀ ਅਫਸਰ ਮੇਰੀ ਮਰਜ਼ੀ ਦੇ ਨਹੀਂ ਲਾਏ ਜਾਂਦੇ ਤਾਂ ਮੇਰੀ ਕੋਈ ਗੱਲ ਨਹੀਂ ਸੁਣਦਾ। ਉਹਦੇ ਤੋਂ ਬਾਅਦ ਕੁਲਬੀਰ ਸਿੰਘ ਜ਼ੀਰਾ ਪੰਚਾਂ ਸਰਪੰਚਾਂ ਨੂੰ ਸਹੁੰ ਚੁਕਾਉਂਦਾ ਸਟੇਜ ਤੋਂ ਮਨਪ੍ਰੀਤ ਬਾਦਲ ਦੇ ਰੋਕਣ ਦੇ ਬਾਵਜੂਦ ਹੀ ਬਾਹਰ ਆ ਤੁਰਿਆ ਸੀ। ਬਿਲਕੁਲ। ਉਹਦੇ ਤੋਂ ਬਾਅਦ ਉੜਮੁੜ ਟਾਂਡੇ ਵਾਲਾ MLA ਸੰਗਤ ਸਿੰਘ ਗਿਰਜੀਆਂ, ਉਸ ਬੰਦੇ ਨੇ ਕਿਹਾ ਸੀ ਕਿ ਮੇਰਾ ਮੰਤਰੀ ਦੇ ਅਹੁਦੇ ਤੇ ਬਣਨਾ ਬਿਲਕੁਲ ਜ਼ਰੂਰੀ ਸੀ ਕਿਉਂਕਿ ਮੈਂ ਸਭ ਤੋਂ ਸੀਨੀਅਰ ਸੀ ਦੁਆਬੇ ਦੇ ਵਿੱਚੋਂ, ਤਾਂ ਮੈਨੂੰ ਛੱਡਿਆ ਕਿਉਂ? ਇੱਧਰਲੇ ਪਾਸੇ ਸੁਲਤਾਨਪੁਰ ਲੋਧੀ ਵਾਲੇ ਨਵਤੇਜ ਸਿੰਘ ਚੀਮਾ, ਰੌਲਾ ਉਹਨਾਂ ਵੀ ਪਾਇਆ ਸੀ, ਉਹ ਪਰਲੇ ਪਾਸੇ ਨੂੰ ਸਿੱਧੀ ਬੱਸ ਤੋਰੀ ਹੈ ਲੁਧਿਆਣੇ ਨੂੰ ਚਲੀ ਜਾਈਏ ਤਾਂ ਰਾਕੇਸ਼ ਪਾਂਡੇ ਹੋਰੀ ਕਿਹੜਾ ਘੱਟ ਉਦੋਂ ਆਫਰੇ ਸੀ। ਇਹਦੇ ਨਾਲ ਨਾਲ 5-7 ਕਾਂਗਰਸੀ MLA ਹੋਰ ਸੀ ਜਿਨ੍ਹਾਂ ਨੇ ਵੱਖ ਵੱਖ ਮੁੱਦਿਆਂ ਦੇ ਉੱਤੇ ਗਿਲਾ ਜ਼ਾਹਿਰ ਕੀਤਾ। ਚੰਦ ਦਿਨਾਂ ਦੀਆਂ ਗੱਲਾਂ, ਹਰਦਿਆਲ ਸਿੰਘ ਕੰਬੋਜ ਵਾਲੀ, ਮਦਨ ਲਾਲ ਜਲਾਲਪੁਰ ਵਾਲੀ, ਤੇ ਨਾਲ ਦੀ ਨਾਲ ਦੋ ਬੰਦੇ ਉਹਨਾਂ ਦੇ ਹੋਰ ਸੀ, ਇੱਕ ਤਾਂ ਕਾਕਾ ਰਜਿੰਦਰ ਸਿੰਘ ਵੀ ਸੀ। ਹੁਣ ਉਹ ਸਾਰੇ ਬੰਦੇ ਨਿਰਮਲ ਸਿੰਘ ਛਤਰਾਣਾ ਭੁੱਲਣਾ ਨਹੀਂ, ਮੈਂ ਵੀ ਆਖਾਂ ਹਾਂਜੀ ਨਾ ਤੁਸੀਂ ਇੱਕ ਭੁੱਲੀ ਜਾਂਦੇ ਹੋ, ਪਰ ਗੱਲ ਇਹ ਵੀ ਇਹ ਜਿਹੜੇ ਬੰਦੇ ਮਤਲਬ ਜਦੋਂ ਆਪਾਂ ਇੱਕ ਇੱਕ ਕਰਕੇ ਗਿਣਦੇ ਹਾਂ ਜੀ, ਇਹ ਤਾਂ ਉਹ ਨੇ ਜਿਨ੍ਹਾਂ ਨੇ ਬੰਬ
ਠਾ ਕਰਕੇ ਮਾਰਿਆ, ਫੀਤੇ ਨੂੰ ਅੱਗ ਲਾਤੀ ਲਾਤੀ ਤੇ ਕਈ ਗੋਜੇ ਚ ਵੀ ਪਾਈ ਫਿਰਦੇ ਸਮਝਦੇ ਨੇ ਗੋਜਾ, ਬਿਲਕੁਲ। ਉਹ ਜਿਹੜੇ ਗੋਜੇ ਵਾਲੇ ਆ ਉਹਨਾਂ ਦੀ ਗਿਣਤੀ ਜੇ ਹੋਰ ਲੋਕਾਂ ਨੂੰ ਨਾ ਪਤਾ ਹੋਵੇ, ਤੇ ਜਿਹਨਾਂ ਨੇ ਬੰਬ ਚ ਫੀਤੇ ਨੂੰ ਅੱਗ ਲਾਈ ਉਹਨਾਂ ਨੂੰ ਤੇ ਪਤਾ ਨਾ ਵੀ ਹੋਰ ਕਿੰਨਿਆਂ ਦੇ ਗੋਜੇ ਚ ਹੈਗਾ ਬੰਬ। ਬਿਲਕੁਲ ਠੀਕ ਹੈ। ਹੁਣ ਆਮ ਮੰਨਿਆ ਜਾਂਦਾ ਸੀ ਕਿ ਜਦੋਂ ਰਾਣਾ ਗੁਰਜੀਤ ਸਿੰਘ ਜਿਹੜੇ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਜਦੋਂ ਤੱਕ ਉਹ ਰਹੇ ਨੇ, ਮੰਨਿਆ ਜਾਂਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਨਜ਼ਦੀਕ ਉਹ ਨੇ, ਜੇ ਕੋਈ ਮਾੜਾ ਮੋਟਾ ਡੈਮੇਜ ਹੁੰਦਾ ਸੀ ਤਾਂ ਕੰਟਰੋਲ ਉਹ ਕਰਦੇ ਸੀ। ਪਰ ਉਹਨਾਂ ਦੇ ਅਸਤੀਫੇ ਤੋਂ ਬਾਅਦ ਦੋ ਮੰਤਰੀ ਜਿਹੜੇ ਨੇ ਉਹ ਸਭ ਤੋਂ ਵੱਧ ਉੱਭਰ ਕੇ ਸਾਹਮਣੇ ਆਏ, ਇੱਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਦੂਸਰੇ ਇਹੀ ਸੁਖਜਿੰਦਰ ਸਿੰਘ ਰੰਧਾਵਾ। ਜੇ ਬੇਅਦਬੀ ਵਾਲਾ ਮਸਲਾ ਕੋਈ ਪੰਥਕ ਮੁੱਦਾ ਤਾਂ ਵੀ ਹੈ ਅੱਗੇ, ਜੇ ਕਿਤੇ ਕਰਮਚਾਰੀਆਂ ਦਾ ਰੌਲਾ ਪੈਂਦਾ ਤਾਂ ਵੀ ਹੈ ਅੱਗੇ, ਜੇ ਕੇਂਦਰ ਦੇ ਨਾਲ ਕੋਈ ਰੌਲਾ ਪੈਂਦਾ ਤਾਂ ਵੀ ਅੱਗੇ, ਜੇ ਅਕਾਲੀ ਦਲ ਜਾਂ ਕਿਸੇ ਵਿਰੋਧੀ ਧਿਰ ਨੂੰ ਜਵਾਬ ਦੇਣਾ ਹੁੰਦਾ ਤਾਂ ਵੀ ਦੋ ਮੰਤਰੀ ਅੱਗੇ। ਹੁਣ ਉਹਨਾਂ ਦੋ ਮੰਤਰੀਆਂ ਦੇ ਵਿੱਚੋਂ ਇੱਕ ਮੰਤਰੀ ਦਾ ਇਹ ਕਹਿਣਾ, ਉਹ ਵੀ ਆਪਦੇ ਘਰ ਮੂਹਰੇ ਕਹਿਣਾ, ਉਹ ਵੀ ਮਾਈਕ 'ਚ ਕਹਿਣਾ, ਉਹ ਵੀ ਉਸ ਵੇਲੇ ਕਹਿਣਾ ਜਦੋਂ ਸਾਰੇ ਪੱਤਰਕਾਰ ਕੈਮਰੇ ਮੂਹਰੇ ਆਨ ਕਰਕੇ ਬੈਠੇ ਸੀ, ਤਾਂ ਕਿਹਾ ਪਤਾ ਕੀ? ਉਹ ਕਹਿੰਦੇ ਦੇਖੋ ਕਪਤਾਨ ਸਾਹਿਬ ਨੂੰ ਥੋੜ੍ਹੀ ਲੋਕਾਂ ਨੇ ਪੁੱਛਣਾ ਹੈ, ਲੋਕਾਂ ਨੂੰ ਅਸੀਂ ਮਿਲਦੇ ਹਾਂ, ਲੋਕੀ ਸਾਡੇ ਤੋਂ ਸਵਾਲ ਪੁੱਛਦੇ ਆ ਤੇ ਜਵਾਬ ਅਸੀਂ ਹੁਣ ਦਈਏ ਕੀ? ਇਸ ਕਰਕੇ ਮੈਂ ਤੁਹਾਡੇ ਨਾਲ ਖੜਾ ਹੈ, ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਇਨਸਾਫ਼ ਚਾਹੁੰਦੇ ਹੋ, ਤੇ ਜੇ ਸਾਡੀ ਸਰਕਾਰ ਇਨਸਾਫ਼ ਨਾ ਦੇ ਸਕੇ ਤਾਂ ਮੈਂ ਤੁਹਾਡੇ ਨਾਲ ਖੜੂੰਗਾ, ਮੈਂ ਸਰਕਾਰ ਛੱਡਣ ਨੂੰ ਵੀ ਤਿਆਰ ਹਾਂ। ਇੱਕ ਕਿਆਫਾ ਹੋ ਜਦੋਂ ਆਪਾਂ ਗੱਲ ਜਿੱਥੇ ਸ਼ੁਰੂ ਕੀਤੀ ਸੀ ਜੀ, ਉਹ ਇਹ ਕਿ ਵੀ ਮਤਲਬ ਜੇ ਹੁਣ ਮੰਨ ਲਓ ਵੀ ਵੱਖੀ 'ਚ ਪੀੜ ਹੁੰਦੀ ਹੈ ਤੇ ਡਾਕਟਰ ਅੰਦਾਜ਼ੇ ਲਾਉਂਦਾ ਵੀ ਕੁਛ ਇੱਧਰ ਉੱਧਰ ਖਾਧਾ ਗਿਆ, ਤੇ ਕਿਸੇ ਵੇਲੇ ਹੋ ਸਕਦਾ ਵੀ ਮਤਲਬ ਜਿਹੜਾ ਬੰਦਾ ਨਾਲ ਗਿਆ ਹੁੰਦਾ ਉਹਨੂੰ ਪਤਾ ਹੁੰਦਾ ਵੀ ਯਾਰ ਇਹ ਵੱਖੀ 'ਚ ਪੀੜ ਉਹਦਾ ਕਰਕੇ ਨਹੀਂ ਹੁੰਦੀ ਗੱਲ, ਹੋਰ ਹੋਈ ਕੋਈ। ਹੁਣ ਦੂਜਾ ਐਂਗਲ ਮੈਂ ਨਹੀਂ ਆਉਂਦਾ ਵੀ ਉੱਦਾਂ ਹੀ ਆ, ਪਰ ਜਿਹੜੀ ਚੀਜ਼ ਚੱਲਦੀ ਆਪਾਂ ਤਾਂ ਹਰੇਕ ਜਦੋਂ ਗੰਢਾ ਛਿੱਲਣ ਲੱਗੇ ਤਾਂ ਫਿਰ ਛਿੱਲ ਹਰੇਕ ਲਾਉਣੀ ਪੈਣੀ। ਬਿਲਕੁਲ ਠੀਕ ਹੈ। ਪਿਛਲੇ ਦਿਨ ਹੀ ਜਿਹੜਾ ਬਟਾਲੇ ਵਾਲਾ ਕਤਲ ਹੁੰਦਾ ਜੀ, ਉਹਦੇ ਤੋਂ ਬਾਅਦ ਜਿਵੇਂ ਅਕਾਲੀ ਦਲ ਹਮਲਾਵਰ ਰੁੱਖ ਜਿਹੜਾ ਅਖਤਿਆਰ ਕਰਦਾ, ਤੇ ਉਸ ਤੋਂ ਬਾਅਦ ਜਿਵੇਂ ਕਾਂਗਰਸ ਪਾਰਟੀ ਚੋਂ ਹੋਰ ਕੋਈ ਬੰਦਾ ਰੰਧਾਵਾ ਸਾਹਿਬ ਦੇ ਨਾਲ ਨਹੀਂ ਬੋਲਦਾ, ਮੰਤਰੀ ਮੰਡਲ ਦੀ ਬੈਠਕ 'ਚ ਵੀ ਉਹਨਾਂ ਨੂੰ ਇਤਰਾਜ਼ ਕਰਨਾ ਪੈਂਦਾ, ਉੱਥੇ ਵੀ ਜਦੋਂ ਕਪਤਾਨ ਸਾਹਿਬ ਵਾਲੇ ਪਾਸਿਓਂ ਕੋਈ ਬਹੁਤੀ ਬਾਂਹ ਫੜਨ ਵਾਲੀ ਗੱਲ ਨਹੀਂ ਮਿਲਦੀ, ਤਾਂ ਫਿਰ ਬੰਦਾ ਇੱਦਾਂ ਹੀ ਸੋਚਦਾ ਵੀ ਚਲੋ ਜੀ ਇਸ ਪਾਸਿਓਂ ਪ੍ਰੈਸ਼ਰ ਨਹੀਂ ਪਿਆ ਤਾਂ ਫਿਰ ਇਸ ਪਾਸਿਓਂ ਪਾ ਦਿੰਦੇ, ਇੱਦਾਂ ਨਹੀਂ ਜਾਪਦਾ। ਦੇਖੋ ਬਿਲਕੁਲ ਜਾਪਦਾ। ਹੁਣ ਜਿਹੜੇ ਬੰਦਿਆਂ ਨੂੰ ਲੱਗਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਖੂੰਡਾ ਬੜਾ ਮਜ਼ਬੂਤ ਹੈ, ਉਸ ਬੰਦੇ ਨੂੰ ਮਾਰਨ ਦੀ ਲੋੜ ਨਹੀਂ, ਉਸ ਬੰਦੇ ਨੂੰ ਖੂੰਡਾ ਉਲਾਰਨ ਦੀ ਲੋੜ ਨਹੀਂ, ਉਹ ਬੰਦਾ ਖੂੰਡਾ ਬਸ ਆਪਣੇ ਮੋਤੀ ਮਹਿਲ ਦੇ ਵਿੱਚੋਂ ਕੱਢ ਕੇ ਬਾਹਰ ਲੈ ਆਵੇ ਤਾਂ ਕੰਮ ਸੂਤ ਆ ਜਾਂਦਾ। ਹੁਣ ਜਦੋਂ ਉਹਨਾਂ ਬੰਦਿਆਂ ਨੂੰ ਵੀ ਲੱਗਦਾ ਕਿ ਭਾਈ ਅਸੀਂ ਤਾਂ ਕਪਤਾਨ ਸਾਹਿਬ ਦੇ ਨਾਲ ਖੜਦੇ ਰਹੇ, ਜਦੋਂ ਸਾਡੇ ਨਾਲ ਖੜਨ ਦੀ ਵਾਰੀ ਸੀ ਤਾਂ ਕੰਮ ਔਖਾ ਹੋ ਗਿਆ, ਦੇਖੋ ਹੁਣ ਨਤੀਜਾ ਵੀ ਨਿਕਲ ਕੇ ਸਾਹਮਣੇ ਆਇਆ, ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦੇ ਉੱਤੇ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਵਿਕਰਮ ਸਿੰਘ ਮਜੀਠੀਆ ਸਾਹਿਬ ਇਲਜ਼ਾਮ ਕੀ ਲਾਉਂਦੇ ਸੀ ਕਿ ਸਮੇਤ ਜੱਗੂ ਭਗਵਾਨਪੁਰੀਆ ਬੜੇ ਗੈਂਗਸਟਰ ਨੇ ਜਿਹੜੇ ਜੇਲ੍ਹਾਂ 'ਚ ਬੰਦ ਨੇ, ਤੇ ਇਹ ਜੇਲ੍ਹ ਮੰਤਰੀ ਨੇ, ਤੇ ਜੇਲ੍ਹ ਮੰਤਰੀ ਹੁੰਦੇ ਆ ਉਹਨਾਂ ਗੈਂਗਸਟਰਾਂ ਨੂੰ ਇਸ ਜੇਲ੍ਹ 'ਚ ਸਹੂਲਤਾਂ ਦਿੰਦੇ ਆ, ਆਪਦੇ ਕੰਮ ਕਰਾਉਂਦੇ ਆ, ਅਕਾਲੀ ਵਰਕਰਾਂ ਨੂੰ ਡਰਾਉਂਦੇ ਆ ਤੇ ਅਕਾਲੀ ਵਰਕਰਾਂ ਨੂੰ ਧਮਕਾਉਂਦੇ ਆ। ਹੁਣ ਇਸ ਮੁੱਦੇ ਤੇ ਸੁਖਜਿੰਦਰ ਸਿੰਘ ਰੰਧਾਵਾ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਵੀ ਪਿੱਟੇ ਸੀ ਕਿ ਭਾਈ ਮੇਰੇ ਨਾਲ ਹੀ ਕੋਈ ਨਹੀਂ ਖੜਦਾ। ਹੁਣ ਉਹਦੇ ਤੋਂ ਬਾਅਦ ਹੋਇਆ ਕੀ ਹੈ? ਉਹਦੇ ਤੋਂ ਬਾਅਦ ਹੋਇਆ ਇਹ ਕਿ ਪੂਰਨ ਰੂਪ ਦੇ ਵਿੱਚ ਹਾਲਾਤ ਇੱਦਾਂ ਦੇ ਬਣ ਗਏ ਕਿ ਕਪਤਾਨ ਸਾਹਿਬ ਨੂੰ ਅੱਜ ਸਾਹਮਣੇ ਆਉਣਾ ਪਿਆ। ਨਹੀਂ, ਕਪਤਾਨ ਸਾਹਿਬ ਨੂੰ ਤਾਂ ਆਉਣਾ ਹੀ ਪਿਆ, ਉਹਦੇ ਨਾਲ ਨਾਲ ਆਪਾਂ ਰਾਣਾ ਕੇ ਪੀ ਸਿੰਘ ਨੂੰ ਨਾ ਭੁੱਲੀਏ। ਬਿਲਕੁਲ ਠੀਕ ਹੈ, ਕਿਉਂਕਿ ਰਾਣਾ ਕੇ ਪੀ ਸਾਹਿਬ ਆਮ ਤੌਰ ਤੇ ਕੋਈ ਬਿਆਨ ਨਹੀਂ ਦਿੰਦੇ, ਨਹੀਂ ਦਿੰਦੇ, ਕਿਉਂਕਿ ਸਪੀਕਰ ਨੇ ਵਿਧਾਨ ਸਭਾ ਦੀ ਜੀ। ਪਰ ਜਿਹੜਾ ਉਹਨਾਂ ਨੇ ਗੱਲ ਕਹੀ ਕਿ ਵੀ ਯਾਰ ਗੈਂਗਸਟਰਾਂ ਦਾ ਰੌਲਾ ਤਾਂ ਪਾਉਂਦੇ ਹੋ ਭਾਈ, ਇਹ ਤਾਂ ਸਾਨੂੰ ਬਿਮਾਰੀ ਵਿਰਾਸਤ 'ਚ ਮਿਲੀ ਹੈ। ਬਿਲਕੁਲ ਠੀਕ, ਜਦੋਂ ਵਿਰਾਸਤ ਕਹੀ ਤੇ ਫਿਰ ਜਿਹਨਾਂ ਨੇ ਇਲਜ਼ਾਮ ਲਾਇਆ ਗੱਲ ਉਹਨਾਂ ਦੀ ਤੌਰ ਤੇ, ਨਹੀਂ ਵਿਰਾਸਤ ਦੇ ਵਿੱਚ ਤਾਂ ਮਿਲੀ ਹੈ ਰਾਣਾ ਕੇ ਪੀ ਸਿੰਘ ਹੋਰੀ ਸਿਆਣੇ ਬੰਦੇ ਹੋਣੇ ਜਿਹੜੇ ਸਪੀਕਰ ਦੀ ਕੁਰਸੀ ਤੇ ਬਿਠਾਏ ਆ, ਬੋਲੇ ਤਾਂ ਹੈ ਨਾ, ਬੋਲੇ ਆ ਬੋਲੇ, ਇਹਦੇ ਵਿੱਚ ਕੋਈ ਦੂਰ ਆਏ ਨਹੀਂ। ਪਰ ਮੰਨ ਲਓ ਤੁਹਾਡਾ ਘਰ ਪੱਕਾ ਤੇ ਮੇਰਾ ਕੱਚਾ, ਮੇਰਾ ਘਰ ਮੀਂਹ ਆਇਆ ਤੇ ਚੋਣ ਲੱਗ ਪਿਆ, ਮੈਂ ਤੁਹਾਡੇ ਕੋਲੋਂ ਗਿਆ ਕਿ ਵੱਡੇ ਬੰਦੇ ਆ, ਸਰਦਾਰ ਬੰਦੇ ਆ, ਸਲਾਹ ਚੰਗੀ ਦੇਣਗੇ ਉਹ, ਤੇ ਤੁਸੀਂ ਮੈਨੂੰ ਪਿੰਡ ਵਾਲਾ ਮਿਸਤਰੀ ਦੱਸ ਦਿੱਤਾ ਤੇ ਮੈਂ ਕਿਹਾ ਤੁਸੀਂ ਉਹਨੂੰ ਕਹਿ ਦਿਓ ਕਿ ਭਾਈ ਆ ਜਾਵੇ। ਹੁਣ ਪਿੰਡ ਵਾਲਾ ਮਿਸਤਰੀ ਇਸ ਕਰਕੇ ਲਿਆਂਦਾ ਕਿ ਜਿਹੜਾ ਚੁੰਦਾ ਘਰ ਆ ਉਹਨੂੰ ਆਪਾਂ ਚੁਣੋਂ ਹਟਾ ਸਕੀਏ, ਉਹਦੇ ਵਿੱਚ ਜਿਹੜੀ ਮਾੜੀ ਮੋਟੀ ਕੋਈ ਕੀੜੀਆਂ ਕੂੜੀਆਂ ਨੇ ਮੋਰੀ ਕਰ ਦਿੱਤੀ ਆ, ਮੋਰੀ ਬੰਦ ਕਰ ਸਕੀਏ। ਤਾਂ ਜੇ ਦੂਜਾ ਮਿਸਤਰੀ ਵੀ ਆ ਕੇ ਕਹੇ ਕਿ ਛੱਤ ਤਾਂ ਫਿਰ ਅਜੇ ਵੀ ਚੋਈ ਜਾਂਦੀ ਹੈ, ਇਹ ਮੈਂ ਤਾਂ ਜਦੋਂ ਆਇਆ ਸੀ ਉਦੋਂ ਵੀ ਚੋਂਦੀ ਸੀ, ਇਹ ਤਾਂ ਪੁਰਾਣੇ ਮਿਸਤਰੀ ਨੇ ਚੱਜ ਨਾਲ ਛੱਤ ਨਹੀਂ ਪਾਈ, ਪਰ ਨਵੇਂ ਮਿਸਤਰੀ ਨੂੰ ਜਾਣੀ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ, ਹੋਣਗੇ ਗੈਂਗਸਟਰ, ਹੋਏਗਾ ਨਸ਼ਾ, ਹੋਏਗੀ ਬੇਰੁਜ਼ਗਾਰੀ, ਹੋਣਗੇ ਸਮਾਰਟਫੋਨ ਤੋਂ ਬਿਨਾਂ ਪੰਜਾਬ ਦੇ ਨੌਜਵਾਨ ਮੁੰਡੇ ਤੇ ਕੁੜੀਆਂ, ਪਰ ਤੁਹਾਡੀ ਸਰਕਾਰ ਆਈ ਹੈ ਤੇ ਜ਼ਿੰਮੇਵਾਰੀ ਤੁਹਾਡੀ ਚੁੰਦੀ ਛੱਤ ਨੂੰ ਬੰਦ ਕਰਨ ਦੀ ਹੈ, ਇਸ ਗੱਲ ਦੇ ਨਾਲ ਲਿਫਾਫੇ ਬਣਾਉਣ ਦੀ ਕਿ ਭਾਈ ਇਸ ਵਿਰਾਸਤ ਦੇ ਵਿੱਚੋਂ ਮਿਲੀ ਹੈ। ਨਹੀਂ, ਮਤਲਬ ਤੁਹਾਡਾ ਕਹਿਣ ਤੋਂ ਭਾਵ ਇਹ ਆ ਵੀ ਜੇ ਰੰਧਾਵਾ ਸਾਹਿਬ ਨੇ ਧਰਨਾ ਲਾਉਣ ਆਇਆਂ ਦੇ ਨਾਲ ਬਹਿ ਕੇ ਆਖਿਆ ਵੀ ਆਓ ਪੀਰੋ ਆਪਾਂ ਲਾਈਏ ਧਰਨਾ ਜੀ, ਇਹਦਾ ਮਤਲਬ ਫਿਰ ਬਹੁਤੇ ਪੰਜਾਬ ਦੇ ਲੋਕਾਂ ਦੀ ਜੋ ਮੰਗ ਆ ਜਾਂ ਜੋ ਉਹਨਾਂ
ਨਹੀਂ ਤਾਂ ਜਿਸ ਤਰੀਕੇ ਅਕਾਲੀ ਦਲ ਹਮਲਾਵਰ ਹੋ ਗਿਆ ਸੀ, ਕੱਲ੍ਹ ਪੰਜਾਬ ਦੇ ਲੋਕਾਂ ਨੇ ਵੀ ਤਾਂ ਇਹੀ ਕੁਝ ਕਹਿਣਾ ਸੀ ਕਿ ਰੰਧਾਵਾ ਸਾਹਿਬ ਤੁਸੀਂ ਸਮਝੌਤਾ ਕਰਾਉਣ ਜਾਂਦੇ ਸੀ, ਰੰਧਾਵਾ ਸਾਹਿਬ ਤੁਸੀਂ ਬਰਗਾੜੀ ਵਾਲਾ ਮੋਰਚਾ ਉਠਾਉਣ ਜਾਂਦੇ ਸੀ, ਰੰਧਾਵਾ ਸਾਹਿਬ ਤੁਸੀਂ ਸਭ ਤੋਂ ਵੱਧ ਅੱਗੇ ਹੋ ਕੇ ਕਹਿੰਦੇ ਸੀ ਕਿ ਭਾਈ ਸਾਡੀ ਸਰਕਾਰ ਹੈ ਤੇ ਅਸੀਂ ਇਹ ਕਰਕੇ ਵਿਖਾਵਾਂਗੇ। ਲੋਕਾਂ ਨੂੰ ਸੰਧਾਲੀਆ ਸਾਹਿਬ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ CBI ਜਾਂਚ ਕਰਦੀ ਹੈ ਕਿ ਪੰਜਾਬ ਦੀ ਸਰਕਾਰ, ਲੋਕਾਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਕਾਨੂੰਨ ਕੀ ਕਹਿੰਦਾ ਕਿ CBI ਨੂੰ ਦਿੱਤੀ ਜਾਂਚ ਵਾਪਸ ਆ ਸਕਦੀ ਹੈ ਕਿ ਨਹੀਂ ਆ ਸਕਦੀ, ਲੋਕਾਂ ਨੂੰ ਇਸ ਗੱਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਤਕਾਣਾ 4 ਵਜੇ ਤੱਕ ਚੱਲਦਾ, 8 ਵਜੇ ਤੱਕ ਚੱਲਦਾ ਕਿ ਰਾਤ ਨੂੰ 11 ਵਜੇ ਤੱਕ ਚੱਲਦਾ। ਲੋਕਾਂ ਨੂੰ ਇਸ ਗੱਲ ਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਕਿ ਵਿਧਾਨ ਸਭਾ ਦੇ ਸੈਸ਼ਨ ਦੀ ਸਿੱਧੀ ਕਾਰਵਾਈ ਕੀ ਸੁਣਾਈ ਦਿਖਾਈ ਜਾਂਦੀ ਹੈ ਜਾਂ ਨਹੀਂ ਦਿਖਾਈ ਜਾਂਦੀ। ਲੋਕਾਂ ਨੂੰ ਲੈਣਾ ਦੇਣਾ ਇਸ ਗੱਲ ਨਾਲ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਵੇਖੀ, ਉਹਨਾਂ ਨੇ ਉਹਦੇ ਤੋਂ ਬਾਅਦ ਮੋਰਚੇ ਲੱਗਦੇ ਵੇਖੇ, ਉਹਨਾਂ ਨੇ ਮੋਰਚਿਆਂ ਤੇ ਗੋਲੀ ਚੱਲਦੀ ਵੇਖੀ, ਉਹਨਾਂ ਨੇ ਲੋਕਾਂ ਦੇ ਘਰ ਦੇ ਵਿੱਚ ਲੋਥਾਂ ਜਾਂਦੀਆਂ ਵੇਖੀਆਂ ਤੇ ਉਹ ਹੁਣ ਬੇਅਦਬੀ ਦੇ ਦੋਸ਼ੀ ਭਾਵੇਂ ਕੋਈ ਵੀ ਨੇ ਊੜਾ ਆੜਾ ED ਉਹਨੂੰ ਜੇਲ੍ਹ ਚ ਵੇਖਣਾ ਚਾਹੁੰਦੇ ਆ। ਸਾਰਾ ਗੰਢਾ ਛੇੜਤਾ, ਆਹ ਆਖਰੀ ਤੁਰੀ ਰਹਿ ਗਈ। ਆਹ ਤੁਰੀ ਇਹ ਕਹਿੰਦੀ ਹੈ ਕਿਉਂਕਿ ਪੱਖ ਆਪਾਂ ਸਾਰੇ ਵਿਚਾਰ ਨੇ ਜੀ, ਤੁਰੀ ਦੇ ਵਿੱਚ ਗੱਲ ਇਹ ਹੈ ਵੀ ਜਿਹੜੇ ਬੰਦੇ ਹੁਣ ਮਤਲਬ ਜਾ ਕੇ ਧਰਨਾ ਲਾਇਆ ਸੀ ਜਿਹੜੇ ਜਥੇਬੰਦੀਆਂ ਨੇ ਜੀ, ਇਹਨਾਂ ਜਥੇਬੰਦੀਆਂ ਨੂੰ ਉਹੀ ਸਮਾਂ ਕਿਉਂ ਯਾਦ ਆਇਆ ਜਦੋਂ ਉਹਨੂੰ ਲੱਗ ਰਿਹਾ ਕਿ ਵੀ ਰੰਧਾਵਾ ਸਾਹਿਬ ਜਿਹੜੇ ਨੇ ਉਹ ਇਸ ਵਕਤ ਸਾਹਮਣਾ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਹਮਲਾਵਰ ਰੁੱਖ ਦਾ, ਕਿ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਧਰਨੇ ਲਾ ਰਿਹਾ, ਦੂਜੇ ਪਾਸੇ ਬੇਅਦਬੀ ਕਾਂਡ ਵਾਲੇ ਮੁੱਦੇ 'ਤੇ ਜਥੇਬੰਦੀਆਂ ਚੱਲ ਰਹੀਆਂ। ਹੁਣ ਇਹਦੇ 'ਤੇ ਵੀ ਜੇ ਦੋ ਤਰ੍ਹਾਂ ਦੇ ਐਂਗਲ ਜਾਂ ਦੋ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ, ਇਹ ਕਿ ਪਹਿਲੀ ਗੱਲ ਤਾਂ ਅਸੀਂ ਹੋ ਸਕਦਾ ਵੀ ਜਿਹੜੇ ਬੰਦੇ ਘੇਰਦੇ ਸੀ ਪਹਿਲਾਂ ਉਹਨਾਂ ਆਖਿਆ ਵੀ ਇੱਕ ਪ੍ਰੈਸ਼ਰ ਆ ਵੀ ਪਾ ਦਿਓ ਭਾਈ ਸਾਹਿਬ ਆ ਜਾਓ ਵੀ, ਮਤਲਬ ਬੰਦੇ ਇੱਧਰੋਂ ਗਏ ਹੋਣ। ਦੂਜੀ ਗੱਲ ਇਹ ਵੀ ਹੋ ਸਕਦੀ ਹੈ ਵੀ ਯਾਰ ਹੋਰ ਕੋਈ ਗੱਲ ਬਣਦੀ ਨਹੀਂ, ਤੁਸੀਂ ਵੀ ਉੱਥੇ ਬਹੁ ਕੇ ਮੈਂ ਉੱਥੇ ਆ ਕੇ ਬਹਿ ਜੂੰਗਾ ਜੀ, ਇਹਨਾਂ 'ਚੋਂ ਫਿਰ ਕਿਹੜੀ ਗੱਲ ਦਾ ਅੰਦਾਜ਼ਾ ਲਾਈਏ। ਜਦੋਂ ਨਾ ਪੰਜਾਬ ਦੇ ਵਿੱਚ ਕਣਕ ਅਤੇ ਝੋਨੇ ਦੀ ਵਾਢੀ ਹੁੰਦੀ ਹੈ, ਅੱਡੋ ਅੱਡੀ ਹੁੰਦੀ ਹੈ, ਉਦੋਂ ਸਾਰੇ ਘਰਾਂ ਦੇ ਕੋਲ ਇੰਨੀਆਂ ਟਰਾਲੀਆਂ ਨਹੀਂ ਹੁੰਦੀਆਂ ਕਿ ਜਿੰਨੀ ਉਹਨਾਂ ਦੀ ਜਿਣਸ ਹੈ ਸਾਰੀ ਇੱਕੋ ਵਾਰੀ ਕੰਬਾਈਨ, ਕਿਉਂਕਿ ਇੱਕ ਵਾਰੀ ਲੱਗਣੀ ਹੈ ਟਰਾਲੀ, ਬੰਦੇ ਕੋਲ ਇੱਕ ਹੁੰਦੀ ਹੈ, ਟਰਾਲੀਆਂ 3 ਤੇ 2 ਮੰਗਣੀਆਂ ਪੈਂਦੀਆਂ, ਅਤੇ ਜਦੋਂ ਮੰਗਣੀਆਂ ਪੈਂਦੀਆਂ ਤੇ ਉਦੋਂ ਪਤਾ ਹੁੰਦਾ ਕਿ ਲੰਬੜਦਾਰਾਂ ਦੇ ਟਰਾਲੀਆਂ 2 ਹੈਗੀਆਂ ਤੇ ਉਹਨਾਂ ਨੇ ਅਜੇ ਕਣਕ ਵੀ 4 ਦਿਨ ਲੇਟ ਵੜਨੀ ਕਿਉਂਕਿ ਵਿੱਚ ਵਿੱਚ ਹਰੀ ਆ। ਤੇ ਉਦੋਂ ਜਦੋਂ ਬੰਦਾ ਲੰਬੜਦਾਰਾਂ ਦੇ ਟਰਾਲੀ ਮੰਗਣ ਜਾਂਦਾ ਨਾ, ਤੇ ਮੁੜੇ ਜੇ ਲੰਬੜਦਾਰ ਦਾ ਮੁੰਡਾ ਭਾਵੇਂ ਜਵਾਨ ਹੀ ਹੋਵੇ, ਭਾਵੇਂ ਉਹਦੇ ਵੀ ਦਾੜੀ ਦੇ ਵਿੱਚ 4 ਵਾਲ ਚਿੱਟੇ ਆ ਗਿਆ ਹੋਣ ਕਿ ਉਮਰ ਹੋ ਗਈ ਹੋਵੇ, ਤੇ ਉਹ ਟਰਾਲੀ ਉਹਦੀ ਵੀ ਆ, ਪਰ ਉਹਨੂੰ ਪੁੱਛਣ ਤੋਂ ਪਹਿਲਾਂ ਬੰਦਾ ਸੋਚਦਾ ਨਹੀਂ 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 ਟਰਾਲੀ ਤਾਂ ਲੰਬੜਦਾਰ ਤੋਂ ਪੁੱਛਣਾ ਪੈਣਾ। ਹੁਣ ਇਧਰਲੇ ਪਾਸੇ ਲੰਬੜਦਾਰ ਕੋਈ ਨਹੀਂ, ਬਰਗਾੜੀ ਦੇ ਵਿੱਚ ਮੋਰਚਾ ਕਿਸੇ ਨੇ ਲਾਇਆ, ਚੱਬਾ ਪਿੰਡ 'ਚ ਸਰਬੱਤ ਖਾਲਸਾ ਹੋਇਆ ਸੀ ਉਹ ਕਿਸੇ ਦੀ ਅਗਵਾਈ ਦੇ ਵਿੱਚ ਹੋਇਆ, ਬੜਾ ਕੁਝ ਘਟਿਆ ਵਾਪਰਿਆ। ਹੁਣ ਕਦੇ ਤਾਂ ਭਾਈ ਧਿਆਨ ਸਿੰਘ ਮੰਨ ਜਿਹੜੇ ਆ ਉਹ ਸਾਹਮਣੇ ਹੁੰਦੇ ਆ ਕਿ ਬੇਅਦਬੀ ਵਾਲੇ ਮਸਲੇ ਦੇ ਉੱਤੇ ਅਸੀਂ ਇਨਸਾਫ਼ ਲੈਣਾ। ਉੱਧਰ ਦੂਸਰੇ ਪਾਸੇ ਕਦੇ ਕਦੇ ਇੱਦਾਂ ਵੀ ਹੋ ਜਾਂਦਾ ਕਿ ਭਾਈ ਬਲਜੀਤ ਸਿੰਘ ਦਾਦੂ ਵਾਲ ਵੱਡੇ ਲੱਗਦੇ ਆ, ਫਿਰ ਇੱਦਾਂ ਵੀ ਹੋ ਜਾਂਦਾ ਕਿ ਭਾਈ ਜਗਤਾਰ ਸਿੰਘ ਅਵਾਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ 21 ਮੈਂਬਰੀ ਕਮੇਟੀ ਬਣੀ ਆ, ਫਿਰ ਲੱਗਦਾ ਕਿ ਭਾਈ ਉਹ ਸਾਰਾ ਮਸਲਾ ਉਹਨਾਂ ਨੇ ਸੁਲਝਾਉਣਾ। ਹੁਣ ਤਾਂ ਸੁੱਖ ਨਾਲ 35 ਜਥੇਬੰਦੀਆਂ ਇਕੱਠੀਆਂ ਹੋਈਆਂ ਕਿਉਂਕਿ ਬਰਗਾੜੀ ਵਾਲੇ ਮੋਰਚੇ ਨੂੰ ਖਤਮ ਹੋਇਆ ਚਿਰ ਹੋ ਗਿਆ ਤੇ ਸੰਗਤ ਦਾ ਥਕੇਵਾ ਹੁਣ ਲੈ ਗਿਆ। ਉਹ 35 ਜਥੇਬੰਦੀਆਂ ਨੇ ਫੈਸਲਾ ਕੀ ਕੀਤਾ ਕਿ ਅਸੀਂ ਉਹਨਾਂ ਵਿਧਾਇਕਾਂ ਤੇ ਮੰਤਰੀਆਂ ਦੇ ਘਰ ਦੇ ਮੂਹਰੇ ਧਰਨਾ ਦੇਣਾ ਜਿਨ੍ਹਾਂ ਨੇ ਵਿਧਾਨ ਸਭਾ ਦੇ ਸੈਸ਼ਨ 'ਚ ਇਹਦਾ ਲਾਈਵ ਟੈਲੀਕਾਸਟ ਕੀਤਾ ਗਿਆ ਸੀ ਲੋਕਾਂ ਦੇ ਸਾਹਮਣੇ ਤੇ ਬਾਕੀ ਵਿਧਾਨ ਸਭਾ ਦੇ ਮੈਂਬਰਾਂ ਦੇ ਸਾਹਮਣੇ ਦੋਵੇਂ ਬਾਹਾਂ ਚੁੱਕ ਚੁੱਕ ਕੇ ਕਿਹਾ ਸੀ ਕਿ ਭਾਈ ਇਨਸਾਫ ਦਿਆਂਗੇ ਦਿਆਂਗੇ ਕਿਉਂ ਨਹੀਂ, ਤੇ ਪਹਿਲਾਂ ਹੀ ਧਰਨਾ ਜਿਹੜਾ ਰੰਧਾਵਾ ਸਾਹਿਬ ਦੇ ਘਰ ਮੂਹਰੇ ਸੀ। ਮੈਂ ਕਹਿੰਦਾ ਕਿ ਚੰਗਾ ਹੋਇਆ ਰੰਧਾਵਾ ਸਾਹਿਬ ਨੇ ਇੱਦਾਂ ਨਹੀਂ ਕੀਤਾ ਕਿ ਪੁਲਿਸ ਵਾਲਿਆਂ ਨੂੰ ਮੂਹਰੇ ਲਿਆ ਕੇ ਕਿ ਭਾਈ ਦਿਲਾਓ ਇਹਨਾਂ ਨੂੰ ਇੱਥੋਂ, ਬਿਲਕੁਲ ਕੋਈ ਅਪਸ਼ਬਦ ਨਹੀਂ ਵਰਤਿਆ, ਚੰਗਾ ਹੋਇਆ ਕਿ ਨਿਕਲ ਕੇ ਸਾਹਮਣੇ ਆਏ। ਹੁਣ ਤਾਂ ਮੈਨੂੰ ਲੱਗਦਾ ਕਿ ਮਨਪ੍ਰੀਤ ਬਾਦਲ 'ਤੇ ਵੀ ਪ੍ਰੈਸ਼ਰ ਹੈ, ਚਰਨਜੀਤ ਚੰਨੀ 'ਤੇ ਵੀ ਪ੍ਰੈਸ਼ਰ ਹੈ, ਤ੍ਰਿਪਤ ਰਜਿੰਦਰ ਬਾਜਵਾ 'ਤੇ ਵੀ ਪ੍ਰੈਸ਼ਰ ਹੈ, ਹਰਵਿੰਦਰ ਸਿੰਘ ਗਿੱਲ 'ਤੇ ਵੀ ਪ੍ਰੈਸ਼ਰ ਹੈ, ਹੋਰ 20 ਬੰਦੇ ਨੇ ਜਿਹੜੇ ਉਦੋਂ ਵਿਧਾਨ ਸਭਾ ਦੇ ਵਿੱਚ ਬਹੁਤ ਜ਼ਿਆਦਾ ਭਾਵੁਕ ਹੋ ਕੇ ਬੋਲੇ ਸੀ, ਸਾਰਿਆਂ 'ਤੇ ਪ੍ਰੈਸ਼ਰ ਪਾਤਾ ਸੁਖਜਿੰਦਰ ਸਿੰਘ ਰੰਧਾਵਾ ਨੇ। ਨਹੀਂ ਨਹੀਂ ਪ੍ਰੈਸ਼ਰ ਨਹੀਂ ਪਿਆ, ਉਹਨਾਂ ਨੇ ਰਾਹ ਦੱਸਤਾ ਜੀ, ਤੇ ਪ੍ਰੈਸ਼ਰ ਜਿਹੜਾ ਪੈਣਾ ਉਹ ਪੈਣਾ ਸਾਹਮਣੇ ਵਾਲੇ ਇੰਜਣ 'ਤੇ। ਆਹ ਤੇ ਇੰਜਣ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲ, ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੇਰੇ ਖਿਆਲ ਨਾਲ ਜਿਹੜੀ ਉਹ ਚੜਾਈ ਹੈ ਥੋੜ੍ਹੀ ਜਿਹੀ ਮੁਹਿੰਮ ਹੁਣ ਵੀ ਯਾਰ ਜਿਹੜਾ ਮਤਲਬ ਇਸ ਵਕਤ ਮਗਰ ਆਉਂਦਾ ਡੱਬਾ ਥੋੜ੍ਹਾ ਜਿਹਾ ਘਿਸਰਦਾ ਜਾਂ ਜਿਹਦੇ ਟਾਇਰਾਂ ਨੂੰ ਤੇਲ ਦੇਣ ਵਾਲਾ ਦੇ ਦਈਏ, ਉਹਦੀ ਗੱਲ ਵੀ ਕਰ ਲਈਏ, ਮਾੜਾ ਮੋਟਾ ਨਟ ਕੱਸ ਦੇਈ, ਆਹੋ ਜਿੱਥੇ ਕਿਤੇ ਗਰੀਸ ਹੋਣ ਵਾਲੀ ਕਰ ਦਈ, ਇਹ ਨਾ ਹੋਵੇ ਜਿਹਨੂੰ ਕੋਈ ਕਪਲਿੰਗ ਕਹਿੰਦੇ ਹੁੰਦੇ ਜੀ, ਕਪਲਿੰਗ ਹੀ ਟੁੱਟ ਜਾਵੇ ਕਿਤੇ। ਨਹੀਂ ਕੈਪਟਨ ਸਾਹਿਬ ਨੂੰ ਇੱਕ ਗੱਲ ਚੇਤੇ ਰੱਖਣੀ ਪਊ, ਜਦੋਂ ਨਾ ਪਹਿਲਾਂ ਉਹ ਪਟੇ ਵਾਲਾ, ਹੁਣ ਤਾਂ ਮੋਟਰਾਂ ਆ ਗਈਆਂ ਪੱਠੇ ਕੁਤਰਨ, ਉਹ ਕਿ ਪਟਾ ਹੁੰਦਾ ਸੀ ਇੰਜਣ, ਉਹ ਪੈਸੇ ਪੂਸੇ ਕਿਸੇ ਕੋਲ ਹੁੰਦੇ ਨਹੀਂ ਸੀ, ਜਦੋਂ ਪੱਠੇ ਕੁਤਰਨੇ ਜੇ ਪਟਾ ਟੁੱਟ ਜਾਣਾ ਤੇ ਉਹਨੇ ਉੱਥੇ ਪੱਚ ਜਿਹਾ ਲਾ ਦੇਣਾ, ਪਰ ਜਦੋਂ ਉੱਥੇ ਜਾਣਾ ਪ੍ਰੋਪਰ ਪ੍ਰੋਪਰ, ਹੁਣ ਜੇ ਤਾਂ ਉਹ ਪਟਾ ਨਵਾਂ ਪਾਉਣਾ ਚਾਹੁੰਦੇ ਆ ਠੀਕ ਹੈ, ਪਰ ਜੇ ਪਟੇ ਨੂੰ ਪੱਚ ਜਿਹਾ ਲਾ ਕੇ ਉਹਦੇ ਚਲਾਉਣਾ ਤੇ ਵਿੱਚੋਂ ਆਵਾਜ਼ ਕਈ ਤਰ੍ਹਾਂ ਦੀ ਆਉਣੀ ਹੈ। ਹੁਣ ਦੋ ਕੰਮ ਕੀਤੇ, ਕਪਤਾਨ ਸਾਹਿਬ ਨੂੰ ਪਤਾ ਲੱਗ ਗਿਆ ਸੀ ਕਿ ਕੰਮ ਖਰਾਬ ਹੋਣ ਲੱਗ ਪਿਆ,
ਭਾਵੇਂ ਧੂੰਆਂ ਮਾੜਾ ਮੋਟਾ ਨਿਕਲੇ ਪਰ ਅੱਗ ਤਾਂ ਬੁਝੇ, ਤੇ ਦੂਸਰਾ ਉਹਨੇ ਆਪ ਕੰਮ ਸ਼ੁਰੂ ਕੀਤਾ। ਜਿਹੜਾ ਦੋਸ਼ ਲੱਗਦਾ ਸੀ ਕਿ ਆਪਦੇ ਵਿਧਾਇਕਾਂ ਦੇ ਨਾਲ ਨਹੀਂ ਖੜੇ, ਆਪਦੇ ਮੰਤਰੀਆਂ ਦੇ ਨਾਲ ਨਹੀਂ ਖੜੇ, ਅਕਾਲੀ ਦਲ ਸਾਰਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਟੁੱਟ ਕੇ ਪੈ ਗਿਆ। ਤੇ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕੁਝ ਤਸਵੀਰਾਂ ਵਿਖਾਈਆਂ। ਦੋਸ਼ ਕੀ ਲੱਗਦਾ ਸੀ ਕਿ ਅਕਾਲੀਆਂ ਨਾਲ ਰਲਿਓ ਆ, ਗਿੱਟਮਿੱਟ ਆ, ਸਾਂਝ ਆ, ਅੰਡਰਸਟੈਂਡਿੰਗ ਆ, ਅੰਦਰ ਖਾਤੇ ਹੱਥ ਰਲੇ ਆ, ਕਿੰਨੇ ਸ਼ਬਦ ਵਰਤੇ ਜਾਂਦੇ ਸੀ। ਪਰ ਅੱਜ ਕਪਤਾਨ ਸਾਹਿਬ ਨੇ ਕੁਝ ਤਸਵੀਰਾਂ ਵਿਖਾਈਆਂ ਗੈਂਗਸਟਰਾਂ ਦੀਆਂ। ਉਹ ਕਹਿੰਦੇ ਜੀ ਆਹ ਦੇਖੋ ਬਾਦਲ ਪਰਿਵਾਰ ਦੇ ਮੈਂਬਰ ਨਾਲ ਬੈਠੇ ਤੇ ਉੱਪਰ ਕੌਣ ਖੜਾ, ਗੋਲ ਦਾਇਰਾ ਜਿਹਾ ਵਾਇਆ ਸੀ। ਆਹ ਦੇਖੋ ਬਿਕਰਮ ਸਿੰਘ ਮਜੀਠੀਆ ਬੈਠੇ ਆ ਤੇ ਨਾਲ ਕੌਣ ਖੜਾ, ਗੋਲ ਦਾਇਰਾ ਜਿਹਾ ਵਾਇਆ ਸੀ। ਕਹਿਣ ਦਾ ਭਾਵ ਹੈ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦੇ ਮੌਜੂਦਾ ਵੱਡੇ ਲੀਡਰਾਂ ਦੇ ਨਾਲ ਕੁਝ ਕਥਿਤ ਗੈਂਗਸਟਰਾਂ ਦੀਆਂ ਤਸਵੀਰਾਂ ਵਿਖਾ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਸਰਕਾਰ ਮੇਰੀ ਹੈ ਤੇ ਛੱਡਣਾ ਆਪਾਂ ਕੋਈ ਬੰਦਾ ਨਹੀਂ ਜਿਹੜਾ ਗੈਂਗਸਟਰਾਂ ਦੇ ਨਾਲ ਖੜਾ। ਤੇ ਉਹਨਾਂ ਨੇ ਵੀ ਕਿਹਾ ਕਿ ਸੰਬੰਧ ਇਹਨਾਂ ਦੇ ਆ ਤੇ ਮੇਰੇ ਮੰਤਰੀਆਂ ਨੂੰ ਐਵੇਂ ਬਦਨਾਮ ਕਰੀ ਜਾਂਦੇ ਆ, ਪਰ ਇਹਦੇ ਤੋਂ ਪਹਿਲਾਂ ਨਹੀਂ, ਇਹ ਤੋਂ ਪਹਿਲਾਂ ਨਹੀਂ, ਇਹਦੇ ਨਾਲ ਹੀ ਆਹ ਉੱਧਰ ਅਕਾਲੀ ਦਲ ਵਾਲੇ ਪਾਸੇ ਵੀ ਤਾਂ ਬਿਆਨ ਆ ਗਿਆ ਨਾ, ਚਰਨਜੀਤ ਬਰਾੜ ਹੋਰਾਂ ਨੇ ਬਕਾਇਦਾ ਮਤਲਬ ਉੱਥੇ ਪੱਗ ਠੋਕ ਵੀ ਬੰਨ ਕੇ ਤੇ ਕਿਹਾ ਵੀ ਕੈਪਟਨ ਸਾਹਿਬ ਇੱਦਾਂ ਨਾ ਕਰੋ, ਉਹਨਾਂ ਬਕਾਇਦਾ ਤਰੀਕਾਂ ਦੱਸੀਆਂ। ਉਹ ਕਹਿੰਦੇ ਵੀ ਇੰਨੀ ਤਰੀਕ ਨੂੰ ਐਸ ਸੰਗਤ ਦਰਸ਼ਨ 'ਚ ਆਹ ਫੋਟੋਆਂ ਲੱਥੀਆਂ ਸੀ ਤੇ ਉਹ ਇਸ ਕਰਕੇ ਲੱਥੀਆਂ ਸੀ ਕਿਉਂਕਿ ਉਹ ਕੁਛ ਸਰਪੰਚੀ ਦਾ ਲਿੰਕ ਜਾ ਕੇ ਜੁੜਦਾ ਸੀ, ਤੇ ਉਹ ਬੰਦਾ ਤਾਂ ਤੁਸੀਂ ਜਨਵਰੀ 17 'ਚ ਆਪਣੀ ਪਾਰਟੀ 'ਚ ਲੈ ਆਉਂਦਾ, ਫਿਰ ਉਹ ਸਾਡਾ ਕਿਵੇਂ ਹੋ ਗਿਆ? ਦੇਖੋ ਇਹਦਾ ਤਾਂ ਸਿੱਧਾ ਸਿੱਧਾ ਜਵਾਬ ਹੈਗਾ, ਆਪਾਂ ਜਾਖੜ ਸਾਹਿਬ ਤੇ ਬਾਅਦ ਚੱਲਦੇ, ਮੈਂ ਤੁਹਾਡੀ ਗੱਲ ਦਾ ਜਵਾਬ ਦੇ ਦਿੰਦਾ। ਮੇਰੀ ਨਹੀਂ ਗੱਲ, ਬਰਾੜ ਸਾਹਿਬ ਦੀ ਗੱਲ। ਨਹੀਂ ਮੈਂ ਕਿਹਾ ਅੱਜ ਕਿਤੇ ਤੁਸੀਂ ਉਧਰੋਂ ਤਾਂ ਨਹੀਂ ਬਿਆਨ ਦਿੰਦੇ? ਨਹੀਂ ਨਹੀਂ, ਮੈਂ ਹੁਣ ਬਿਆਨ ਦੇਣੇ ਛੱਡ ਦਿੱਤੇ, ਮੈਨੂੰ ਚੱਕਰ ਪਤਾ ਕੀ ਜੀ, ਮੈਂ ਅਜੇ ਬਿਆਨ ਦੇ ਕੇ ਹਟਦਾ, ਉਹਨੇ ਜਿਹਨੂੰ ਮੈਨੂੰ ਬਾਅਦ 'ਚ ਮੋਢੇ ਜਿੱਦਾਂ ਬੰਦੇ ਨੇ ਬਿਆਨ ਦਿੱਤਾ, ਇਹਦੇ ਨੂੰ ਮੋਢੇ ਦੱਸ ਦਿਆ, ਕਹਿੰਦਾ ਭਾਈ ਕੱਲ੍ਹ ਦਿੱਤਾ ਅੱਜ ਅਸੀਂ ਆਹ ਦੱਸ ਦਿੱਤਾ, ਉਹ ਮੈਂ ਕਿਹਾ ਭਰਾਵਾ ਆਪਣੇ ਬਿਆਨ ਆਪ ਦਿਓ, ਮੈਂ ਨਹੀਂ ਦਿੰਦਾ ਵੀ ਅਸੀਂ ਇੰਨੇ ਫਾਸਟ ਨਹੀਂ ਹੈਗੇ। ਹਾਂਜੀ, ਅਸੀਂ ਇੰਨੇ ਅਪਡੇਟ ਨਹੀਂ ਹੈਗੇ, ਬਿਲਕੁਲ, ਕਿਉਂਕਿ ਸਾਨੂੰ ਤਾਂ ਤੁਹਾਡਾ ਕੱਲ੍ਹ ਦਾ ਚੇਤਾ ਹੁੰਦਾ, ਤੁਸੀਂ ਆਪਣੀ ਨਵੀਂ ਆਵਾਜ਼ ਲਿਖਦੇ ਨੇ। ਹੁਣ ਹੁੰਦਾ ਕੀ ਹੈ ਜੀ, ਜਦੋਂ ਤਾਂ ਕਿਸੇ ਤੇ ਦੋਸ਼ ਲੱਗਦਾ ਸਿਆਸੀ ਲੀਡਰ ਦੇ ਉੱਤੇ ਕਿ ਤੁਹਾਡੀ ਫੋਟੋ ਫਲਾਣੇ ਨਾਲ, ਉਦੋਂ ਉਹਨਾਂ ਦੇ ਕੋਲੇ ਐਨ ਠੋਕਵਾਂ ਬਿਆਨ ਹੁੰਦਾ ਕਿ ਦੇਖੋ ਜੀ ਅਸੀਂ ਪਬਲਿਕ ਲਾਈਫ ਦੇ ਵਿੱਚ ਹੁੰਦੇ ਹਾਂ, ਰੋਜ਼ 100 ਬੰਦਾ ਆਉਂਦਾ ਫੋਟੋ ਖਿਚਾਉਣ ਆਉਂਦਾ, ਸਾਨੂੰ ਕੀ ਪਤਾ ਸਾਡੇ ਖੱਬੇ ਕੌਣ ਖੜ ਗਿਆ ਤੇ ਸਾਨੂੰ ਕੀ ਪਤਾ ਸਾਡੇ ਸੱਜੇ ਕੌਣ ਖੜ ਗਿਆ, ਸਾਨੂੰ ਤਾਂ ਪ੍ਰਬੰਧਕ ਸਾਧਦੇ, ਅਸੀਂ ਵਿਚਕਾਰਲੀ ਕੁਰਸੀ ਤੇ ਬਹਿ ਜਾਂਦੇ ਹਾਂ, ਜੇ ਉਹ ਕਹਿੰਦੇ ਕਿ 10 ਬੰਦਿਆਂ ਨੂੰ ਟਰੋਫੀਆਂ ਫੜਾ ਦਿਓ ਅਸੀਂ ਟਰੋਫੀਆਂ ਫੜਾ ਦਿੰਦੇ ਹਾਂ, ਜੇ ਉਹ ਕਹਿੰਦੇ ਕਿ 25 ਬੰਦਿਆਂ ਨੂੰ ਪਾਰਟੀ ਸ਼ਾਮਿਲ ਕਰ ਲਓ ਅਸੀਂ ਕਰ ਲੈਂਦੇ ਹਾਂ, ਇਹਦਾ ਮਤਲਬ ਇਹ ਨਹੀਂ ਕਿ ਮੇਰੇ ਗੈਂਗਸਟਰ ਨਾਲ ਸੰਬੰਧ, ਪਰ ਜੇ ਉਦਾਂ ਦੀ ਤਸਵੀਰ ਕਿਸੇ ਵਿਰੋਧੀ ਦੇ ਲੀਡਰ ਦੀ ਹੋਵੇ ਤੇ ਉਸ ਵੇਲੇ ਹੁੰਦਾ ਕਿ ਲੈ ਆਹ ਦੇਖੋ ਇਹ ਤਾਂ ਇਹਦੇ ਨਾਲ ਖੜਾ ਹੈ, ਇਹ ਤਾਂ ਪੁਰਾਣੀਆਂ ਸਾਂਝਾਂ ਲੱਗਦੀਆਂ, ਆਹ ਵੇਖੋ ਕਿਦਾਂ ਖੁਸ਼ ਹੋ ਕੇ ਖੜੇ ਆ। ਇਸ ਕਰਕੇ ਇਹ ਇਤਰਾਜ਼ ਜਿਹੜਾ ਇਹ ਦੋਵੇਂ ਧਿਰਾਂ ਭਾਵੇਂ ਅਕਾਲੀ ਨੇ ਤੇ ਭਾਵੇਂ ਕਾਂਗਰਸੀ ਨੇ ਉਹਨਾਂ ਨੇ ਦੂਰ ਕਰ ਲੈਣੀ ਆ। ਹਾਂ, ਲੋਕਾਂ ਦੇ ਵਿੱਚ ਆਪਣੀ ਸਥਿਤੀ ਸਾਫ਼ ਕਰਨ ਦੇ ਲਈ ਇਹ ਤਸਵੀਰਾਂ ਪੇਸ਼ ਕਰਨ ਦਾ ਬਹੁਤ ਵਧੀਆ ਮਾਧਿਅਮ ਬਣ ਗਈ। ਮਤਲਬ ਇਹ ਕਿ ਸਾਡੀ ਗੋਭੀ ਗੋਭੀ ਹਾਂ ਤੇ ਗੁਆਂਢੀਆਂ ਦੀ ਗੋਭੀ ਫੁੱਲ? ਨਹੀਂ ਨਹੀਂ ਨਹੀਂ, ਇੱਦਾਂ ਨਹੀਂ, ਸਾਡੀ ਗੋਭੀ ਗੋਭੀ ਤੇ ਗੁਆਂਢੀਆਂ ਦੀ ਗੋਭੀ ਹੈ ਹੀ ਨਹੀਂ। ਅੱਛਾ, ਹੈ ਹੀ ਨਹੀਂ? ਹਾਂ, ਫੁੱਲ ਤਾਂ ਜਾਣੀ ਤੁਸੀਂ ਕੁਛ ਦੇਤਾ ਨਾ ਉਹਨਾਂ ਨੂੰ। ਨਹੀਂ ਨਹੀਂ, ਮੈਨੂੰ ਇਹ ਸੀ ਵੀ ਮਤਲਬ ਅਗਲਾ ਕਹਿੰਦਾ ਵੀ ਉਹਨਾਂ ਦੇ ਹੱਥ 'ਚ ਮੈਂ ਫੁੱਲ ਫੜਿਆ ਦੇਖਿਆ, ਉਹ ਕਹਿੰਦਾ ਨਹੀਂ ਨਹੀਂ ਯਾਰ ਉਹ ਤਾਂ ਗੋਭੀ ਸੀ ਯਾਰ, ਐਵੇਂ ਫੁੱਲ ਤੇ ਹੈ ਹੀ ਨਹੀਂ ਸੀ। ਮਤਲਬ ਉਹ ਕੰਮ ਹੈ ਕਹਿੰਦਾ। ਦੇਖੋ ਇੱਥੇ ਤੇ ਵੀ ਸਬਜ਼ੀ ਤੇ ਫੁੱਲ 'ਚ ਫਰਕ ਹੁੰਦਾ ਨਾ। ਪਹਿਲਾਂ ਹੁੰਦਾ ਸੀ ਕਿ ਸਾਨੂੰ ਠੋਕ ਕੇ ਪੂਰਨ ਬਹੁਮਤ ਦਿਓ, ਫਿਰ ਬਿਆਨ ਵਾਲਾ ਪੈ ਸਾਨੂੰ ਪ੍ਰਚੰਡ ਬਹੁਮਤ ਦਿਓ। ਆ ਹੁਣ ਪਿਛਲੇ ਸਮੇਂ ਦੇਖਿਆ ਨੀ, ਫਲਾਨੀ ਪਾਰਟੀ ਮੁਕਤ ਭਾਰਤ ਕਰਨਾ, ਫਲਾਨੀ ਪਾਰਟੀ ਮੁਕਤ ਪੰਜਾਬ ਕਰਨਾ, ਉਹ ਤਾਂ ਕਹਿੰਦੇ ਕਿ ਭਾਈ ਹੁਣ ਕੋਈ ਨਹੀਂ ਛੱਡਣਾ, ਅਸੀਂ ਉਹ ਅਸੀਂ, ਇਸ ਕਰਕੇ ਸਾਡੀ ਗੋਭੀ ਗੋਭੀ ਤੇ ਤੁਹਾਡੀ ਗੋਭੀ ਹੈ ਨਹੀਂ। ਅੱਛਾ, ਉਹ ਕਹਿੰਦੇ ਸਾਡੀ ਗੋਭੀ ਗੋਭੀ ਤੁਹਾਡੇ ਵਾਲੀ ਕੱਲ੍ਹ ਬਣਾ ਲਈ ਸੀ। ਚਲੋ ਹੁਣ ਆਉਂਦੇ ਹਾਂ ਜਾਖੜ ਸਾਹਿਬ। ਸੁਨੀਲ ਜਾਖੜ ਉਹ ਕਾਂਗਰਸ ਪਾਰਟੀ ਦੇ ਲੀਡਰ ਨੇ ਜਿਹੜੇ ਕਈ ਇਲੈਕਸ਼ਨਾਂ ਹਾਰ ਗਿਆ ਪਰ ਗੁਰਦਾਸਪੁਰ ਤੋਂ MP ਬਣ ਗਿਆ ਸੀ, ਫਿਰ ਗੁਰਦਾਸਪੁਰ ਤੋਂ ਸਨੀ ਦਿਓਲ ਤੋਂ ਚੋਣ ਹਾਰ ਗਿਆ ਤਾਂ 4 ਮਹੀਨੇ ਉਹਨਾਂ ਨੇ ਟਿੰਡ 'ਚ ਕਾਨਾ ਪਾ ਕੇ ਰੱਖਿਆ ਤੇ ਕਹਿੰਦੇ ਭਾਈ ਮੈਂ ਤਾਂ ਹਾਰ ਗਿਆ, ਮੈਂ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਕਿਵੇਂ ਰੱਖਾਂ? ਨੈਤਿਕ ਤੌਰ 'ਤੇ ਗੱਲ ਠੀਕ ਸੀ। ਚਲੋ ਕਾਂਗਰਸ ਪਾਰਟੀ ਦੀਆਂ ਸਥਿਤੀਆਂ ਇੱਦਾਂ ਦੀਆਂ ਬਣੀਆਂ, ਕੁਝ ਕੈਪਟਨ ਅਮਰਿੰਦਰ ਸਿੰਘ ਨੂੰ ਮਾਫ ਕਹਾਉਂਦੇ ਸੀ, ਕੁਝ ਉਹਨਾਂ ਦਾ ਕਾਂਗਰਸ ਦੇ ਅੰਦਰ ਵਿਰੋਧ ਨਹੀਂ ਸੀ, ਦੁਬਾਰਾ ਪ੍ਰਧਾਨ ਬਣ ਗਏ। ਅੱਜ ਸੁਨੀਲ ਜਾਖੜ ਸਾਹਿਬ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਕਾਂਗਰਸੀਆਂ ਦੇ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਕਰਤਾ ਤੇ ਪਹਿਲ ਕੀਤੀ ਉਹਨਾਂ ਨੇ ਜਲੰਧਰ ਤੋਂ। ਹੁਣ ਜਲੰਧਰ ਤੋਂ ਹੋਇਆ ਕੀ? ਜਲੰਧਰ ਜਦੋਂ ਉਹਨਾਂ ਨੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਮੀਟਿੰਗ ਕਰਨ ਦੇ ਲਈ ਪੈਰ ਧਰਿਆ, ਕਾਂਗਰਸ ਪਾਰਟੀ ਦੀ ਇੱਕ ਲੀਡਰ ਬੀਬੀ ਫੁੱਟ ਫੁੱਟ ਕੇ ਰੋਣ ਲੱਗ ਪਈ। ਉਹ ਇਹਦੇ ਨਾਲ ਨਾਲ ਕਈ ਕਾਂਗਰਸੀ ਵਰਕਰਾਂ ਨੇ ਕਿਹਾ ਕਿ ਸਮਾਰਟਫੋਨ ਕਿੱਥੇ ਆ, ਘਰ ਘਰ ਨੌਕਰੀ ਕਿੱਥੇ ਆ? ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਕਹਿੰਦੇ ਸੀ ਕਪਤਾਨ ਸਾਹਿਬ ਨੇ ਜਵਾਬ ਨਹੀਂ ਦੇਣੇ, ਅਸੀਂ ਜਵਾਬ ਦੇਣੇ ਆ, ਉਸੇ ਤਰੀਕੇ ਜਾਖੜ ਸਾਹਿਬ ਦੇ ਸਾਹਮਣੇ ਜਲੰਧਰ ਦੇ ਲੀਡਰਾਂ ਨੇ ਕਿਹਾ ਕਿ ਜਾਖੜ ਸਾਹਿਬ ਤੁਸੀਂ ਤਾਂ ਕਿਤੇ 6 ਮਹੀਨੇ ਆਉਣਾ, ਕਪਤਾਨ ਸਾਹਿਬ ਨੇ ਹੋ ਸਕਦਾ ਕਿ 4 ਸਾਲ ਹੀ ਆਉਣਾ, ਲੋਕਾਂ ਨੂੰ ਜਵਾਬ ਤਾਂ ਅਸੀਂ ਦੇਣੇ ਆ। ਮਤਲਬ ਇਹ ਕਿ ਵੀ ਜਿਵੇਂ ਲੰਘਾ ਕੇ ਤੁਰਦੇ ਵੇਖਿਆ ਡਾਕਟਰ ਸਾਹਿਬ ਨੇ PRA ਦੀ ਅੰਗੂਠੇ ਵਾਲੀ ਪੱਟੀ ਵਾਹ ਵਾਹ ਪੁਰਾਣੀ ਹੋ ਗਈ, ਕਿਉਂ ਨਾ ਨਵੀਂ
ਨਹੀਂ ਬਿਲਕੁਲ 200% ਮੈਨੂੰ ਲੱਗਦਾ ਸਮਝ ਆ ਗਈ। ਇੱਥੋਂ ਤੱਕ ਹਾਲਾਤ ਇਹ ਵੀ ਬਣ ਗਏ ਕਿ ਸਿੱਧੇ ਤੌਰ ਦੇ ਉੱਤੇ ਐਂ ਵੀ ਲੱਗਦਾ ਕਿ ਜਾਖੜ ਸਾਹਿਬ ਨੇ ਉਸ ਵੇਲੇ ਸਵਾਲਾਂ ਦੇ ਜਵਾਬ ਵੀ ਦਿੱਤੇ, ਕਹਿੰਦੇ ਦੇਰੀ ਹੋਈ ਹੈ। ਪਰ ਦੇਰੀ ਜਿਹੜੀ ਹੋਈ ਹੈ ਨਾ ਉਹ ਇਸ ਕਰਕੇ ਹੋਈ ਹੈ ਕਿਉਂਕਿ ਕੇਂਦਰ ਸਾਨੂੰ ਫੰਡ ਨਹੀਂ ਭੇਜ ਰਿਹਾ, ਕੇਂਦਰ ਨੇ ਸਾਡੇ ਫੰਡਾਂ ਦੇ ਉੱਤੇ ਕੁੰਡਲੀ ਮਾਰੀ ਹੋਈ ਹੈ। ਜਾਖੜ ਸਾਹਿਬ ਨੇ ਤਾਂ ਇੱਥੋਂ ਤੱਕ ਵੀ ਆਖ ਦਿੱਤਾ, ਉਹ ਕਹਿੰਦੇ ਦੇਖੋ ਗੱਲ ਬੜੀ ਸਿੱਧੀ ਪੱਧਰੀ ਹੈ, ਸਾਡੇ 'ਤੇ ਰੱਖੋ ਯਕੀਨ, ਸਮਾਰਟਫੋਨ ਵੀ ਦਿਆਂਗੇ, ਨੌਕਰੀ ਵੀ ਦਿਆਂਗੇ, ਗ੍ਰਾਂਟਾਂ ਵੀ ਸ਼ੁਰੂ ਹੋ ਜਾਣਗੀਆਂ, ਜੇ ਕੋਈ ਅਫਸਰ ਗੱਲ ਨਹੀਂ ਸੁਣਦਾ ਤੇ ਉਹ ਗੱਲ ਵੀ ਤੁਹਾਡੀ ਸੁਣੂਗਾ। ਪਰ ਇੱਕ ਮਿੰਟ ਬਾਅਦ ਗੱਲ, ਤੁਸੀਂ ਤਾਂ ਉਦਾਹਰਣ ਦਿੰਦੇ ਹੁੰਦੇ ਆ ਜੀ, ਮੈਨੂੰ ਆਇਆ ਵੀ ਆਪਾਂ ਉਦਾਹਰਣ ਨਾਲ ਸਮਝ ਲਈਏ। ਆਹ ਮੰਨ ਲਓ ਵੀ ਆਪਣੀ ਬਣਦੀ ਨੀ ਚਾਚੇਕਿਆਂ ਨਾਲ ਜੀ, ਤੇ ਚਾਚੇਕਿਆਂ ਨਾਲ ਪਿਆ ਸਾਂਝਾ, ਤੇ ਜਦੋਂ ਹੁਣ ਬਣਦੀ ਨੀ ਗੀ ਤੇ ਅਗਲੇ ਆਖਿਆ ਵੀ ਵੀਰ ਆਹ ਹੁਣ ਸਾਡੇ ਹਿੱਸੇ 'ਚ ਆ ਗਿਆ ਤੇ ਤੂੰ ਫਲਾਨਾ ਸਿਆ ਇਸ ਰਾਹੇ ਲੰਘ ਕੇ ਪੱਠੇ ਵੱਢਣ ਨਹੀਂ ਜਾਣ। ਬਿਲਕੁਲ ਠੀਕ ਹੈ। ਹੁਣ ਆਪਾਂ ਜਿਹੜੀਆਂ ਮੱਝਾਂ ਗਾਵਾਂ ਰੱਖੀਆਂ ਤੇ ਸ਼ਾਮ ਨੂੰ ਜਦੋਂ ਮੱਝ ਡੇਂਗੇ ਪੱਠੇ ਲਿਆਂਦੇ ਨਹੀਂ ਗਏ ਕਿਉਂਕਿ ਪਿਆ ਅਗਲਿਆਂ ਨੇ ਵਾਹ ਲਿਆ, ਅਗਲੇ ਲੰਘਣ ਨਹੀਂ ਦਿੰਦੇ, ਤੇ ਮੈਂ ਮੱਝ ਦੇ ਕੰਨ 'ਚ ਆਖੀ ਜਾਵਾਂ ਵੀ ਇਹ ਗੱਲ ਪਤਾ ਕੀ, ਅਸੀਂ ਤੇ ਪੱਠੇ ਤੈਨੂੰ ਪਾ ਦੇਣੇ, ਉਹ ਚਾਚੀ ਕਾ ਰਾਹ ਨਹੀਂ ਦਿੱਤਾ ਤੇ ਪੱਠੇ ਲੈ ਜਾਈ ਕਿੱਦਾਂ। ਚਾਚੇ ਦਾ ਤੇ ਪਤਾ, ਉਹਦੇ ਪੂਰੇ ਪਿੰਡ ਨੂੰ ਪਤਾ ਵੀ ਭਾਈ ਅਗਲਿਆਂ ਨੇ ਰਾਹ ਵਾਹ ਲਿਆ, ਤੁਸੀਂ ਵੀਰ ਜਾਂ ਤੇ ਕੋਈ ਹੋਰ ਪਈ ਪਾਓ ਜਾਂ ਕਿਸੇ ਕੋਲੋਂ ਮੰਗਵੇ ਲਓ, ਮੱਝ ਥੋੜਾ ਮਾਰ ਲੈਣੀ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਫਿਰ ਉਹ ਪੰਜਾਬ ਦੇ ਲੋਕਾਂ ਨਾਲ ਕਰਨ ਡਿਆ ਜਿਹੜੇ ਕਹਿਣ ਡਏ ਵੀ ਅਸੀਂ ਇਸ ਪਾਰਟੀ ਤੋਂ ਮੁਕਤ ਭਾਰਤ ਕਰਨਾ, ਉਹਨਾਂ ਨੂੰ ਮਤਲਬ ਕਿਹੜੇ ਵੈਦ ਘੀਮ ਨੇ ਦੱਸਿਆ ਜਾ ਕੇ ਵੀ ਤੁਸੀਂ ਵੀਰ ਫੰਡ ਟਾਈਮ ਨਾ ਦੇ ਦਿਓ ਪੰਜਾਬ ਵਾਲਿਆਂ ਨੂੰ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਪਰ ਜਾਖੜ ਸਾਹਿਬ ਕਿਉਂਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ, ਡਿਊਟੀ ਉਹਨਾਂ ਦੀ ਲੱਗੀ ਆ ਕਿ ਭਾਈ ਅੱਗ ਦੇ ਉੱਤੇ ਪਾਣੀ ਦੇ ਛਿੱਟੇ ਮਾਰਨੇ ਆ, ਤੇ ਜੇ ਉਹ ਧੂੰਏ ਤੋਂ ਡਰਨਗੇ ਕਿ ਭਾਈ ਅੱਗ ਦੇ ਉੱਤੇ ਪਾਣੀ ਦੇ ਛਿੱਟੇ ਮਾਰਾਂਗੇ ਤੇ ਧੂੰਆਂ ਅੱਖਾਂ 'ਚ ਪਊਗਾ ਤਾਂ ਫਿਰ ਤਾਂ ਨਾ ਅੱਗ ਬੁਝਣੀ ਆ ਤੇ ਨਾ ਫਿਰ ਠੰਡ ਪੈਣੀ ਆ। ਪਰ ਕੁੱਲ ਮਿਲਾ ਕੇ ਇੰਨੀ ਗੱਲ ਜ਼ਰੂਰ ਹੈ, ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਮੰਨਿਆ ਜਾਂਦਾ ਸੀ ਕਿ ਕੋਈ ਪ੍ਰਵਾਹ ਨਹੀਂ, ਕਾਂਗਰਸ ਪਾਰਟੀਆਂ ਪਿੱਛੇ ਹੈ, ਜਦੋਂ ਹੁਣ 15-16 ਵਿਧਾਇਕ ਜਿਹੜੇ ਨੇ ਉਹ ਐਨ ਅੱਖਾਂ ਦੇ ਵਿੱਚ ਤੱਤਾ ਪਾਣੀ ਪਾ ਕੇ ਬੈਠੇ ਆ ਕਿ ਭਾਈ ਆਪਾਂ ਤਾਂ ਹੁਣ ਇੱਦਾਂ ਨਹੀਂ ਰਹਿਣਾ, ਕਿਉਂਕਿ ਉਹਨਾਂ ਨੂੰ ਨਜ਼ਰ ਆਉਣ ਲੱਗ ਪਿਆ ਕਿ ਸਾਲ 2 ਰਹਿ ਗਿਆ, ਕੋਡ ਆਫ ਕੰਡਕਟ ਲੱਗ ਜਾਣਾ, ਮਾਤਾ ਕਿੰਨੇ ਸਾਲ ਦਾ, ਇਹ ਤਾਂ ਅਜੇ 2 ਮਹੀਨੇ ਪਹਿਲੇ ਤਾਂ ਘਿਓ ਆਇਆ ਹੀ ਤੇ ਮੁੰਡਾ ਭਾਵੇਂ ਚੌਥੀ ਪੜਦਾ ਹੋਵੇ, ਮੁੰਡੇ ਦੇ ਮੱਠੀ ਮੱਠੀ ਨਾ ਬੁੱਲਾਂ ਦੇ ਉੱਤੇ ਨਾਸਾਂ ਦੇ ਵਿਚਾਲੇ ਲੂਈ ਜੀ ਆਈ ਹੁੰਦੀ ਹੈ। ਚਲੋ ਕੁੱਲ ਮਿਲਾ ਕੇ ਜੇ ਗੱਲ ਸੰਧਾਲੀਆ ਸਾਹਿਬ ਆਪਾਂ ਇਹ ਸਮੇਟਣੀ ਹੋਵੇ, ਹਾਲਾਤ ਇਹ ਨੇ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਜਦੋਂ ਘੜੇ ਤੋਂ ਟੱਕਣ ਚੱਕਿਆ ਕਿ ਭਾਈ ਹਾਲਾਤ ਇੱਦਾਂ ਦੇ ਆ, ਕਿਤੇ ਨਾ ਕਿਤੇ ਕੰਮ ਰਲ ਮਿਲ ਕੇ ਹੋ ਰਿਹਾ ਤੇ ਵਿਕਾਸ ਹੋ ਨਹੀਂ ਰਿਹਾ, ਉਹਦੇ ਤੋਂ ਬਾਅਦ ਹੁਣ ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੇ ਤੌਰ ਦੇ ਉੱਤੇ ਕਹਿ ਤਾ ਕਿ ਮੈਂ ਪੰਜਾਬ ਦੇ ਲੋਕਾਂ ਦਾ ਖੜਾ ਭਾਵੇਂ ਮੈਨੂੰ ਸਰਕਾਰ ਛੱਡਣੀ ਪੈ ਜਾਏ, ਉਹਦੇ ਤੋਂ ਬਾਅਦ ਕਈਆਂ ਨੂੰ ਕੱਚੀਆਂ ਤਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਕਈਆਂ ਨੇ ਅੰਦਰ ਖਾਤੇ ਬਸਤੇ ਬੰਨਣੇ ਸ਼ੁਰੂ ਕਰਤੇ ਕਿ ਪਤਾ ਕਦੋਂ ਸੁਖਜਿੰਦਰ ਸਿੰਘ ਰੰਧਾਵਾ ਦੀ ਜਾ ਕੇ ਜਿਹੜੀ ਹੈ ਉਂਗਲੀ ਫੜਨੀ ਪੈ ਜਾਵੇ। ਹੁਣ ਉਸ ਸਥਿਤੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਨੇੜਲੇ ਸਾਥੀਆਂ ਨੇ ਭਾਵੇਂ ਡੈਮੇਜ ਕੰਟਰੋਲ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ, ਪਰ ਉਹ ਡੈਮੇਜ ਕੰਟਰੋਲ ਕਿੰਨਾ ਕੁ ਹੋ ਸਕੇਗਾ, ਕਿੰਨਾ ਕੁ ਨਹੀਂ ਹੋ ਸਕੇਗਾ, ਕਿਉਂਕਿ ਪੈਸਾ ਟਕਾ ਤਾਂ ਨਹੀਂ ਕੇਂਦਰ ਤੋਂ ਆਉਣਾ ਤੇ ਇਹ ਭਾਵੇਂ ਬਿਜਲੀ ਦੇ ਰੇਟ ਵਧਾ ਲੈਣ ਤੇ ਭਾਵੇਂ 4 ਟੈਕਸ ਲਾ ਦੇਣ, ਮੈਨੂੰ ਲੱਗਦਾ ਨਹੀਂ ਕਿ ਜਿਹੜਾ ਕੰਮ ਇਸ ਵੇਲੇ ਸ਼ੁਰੂ ਹੋ ਗਿਆ ਉਹਨੂੰ ਬ੍ਰੇਕਾਂ ਲੱਗਣਗੀਆਂ। ਬਾਕੀ ਨਵਜੋਤ ਸਿੰਘ ਸਿੱਧੂ ਵੀ ਤਾਂ ਅੰਮ੍ਰਿਤਸਰ ਬੈਠੇ ਦੇਖਦੇ ਹੋਣੇ। ਨਹੀਂ ਉਹ ਵੀ ਦੇਖਦੇ ਆ, ਉਹਦੇ ਨਾਲ ਨਾਲ ਕਈ ਹੋਰ ਬੰਦੇ ਅੰਮ੍ਰਿਤਸਰ ਦੇਖਦੇ ਆ। ਗੱਲ ਆਪਾਂ ਥੋੜ੍ਹੀ ਜਿਹੀ ਹੋਰ ਗੱਲ ਕਰ ਲਈਏ, ਉਹ ਹੁੰਦਾ ਨਾ ਮਤਲਬ ਪਹਿਲਾਂ ਤੇ ਲਾਕਡਾਟ ਹੁੰਦੀ ਜਦੋਂ ਪਤਾ ਵੀ ਸ਼ਰੀਕਾਂ ਵਾਲੇ ਪਾਸੇ ਡਾਂਗ ਵੱਡੀ ਆ ਜੀ, ਤੇ ਜਿਹਦੀ ਲਾਕਡਾਟ ਵੀ ਹੁੰਦੀ ਉਹ ਵੀ ਥੋੜ੍ਹਾ ਜਿਹਾ ਕਹਿੰਦਾ ਨਹੀਂ ਆਪਾਂ ਦੂਜੀ ਗਲੀਏ ਲੰਘ ਚੱਲਦੇ ਯਾਰ, ਐਵੇਂ ਕਿਤੇ ਖੰਘੂਰਾ ਵੱਜ ਗਿਆ ਸਿਰ ਪਾੜ ਦੇਣਗੇ ਜੀ। ਤੇ ਜਦੋਂ ਇੱਧਰੋਂ ਉੱਧਰੋਂ ਸੁਣੀ ਦੀ ਆ ਵੀ ਨਹੀਂ ਹੁਣ ਬਾਪੂ ਢਿੱਲਾ ਉਹਨਾਂ ਦਾ, ਉਹ ਮੁੰਡਾ ਵੀ ਹੁਣ ਬਹੁਤੀ ਉਹ ਗੱਲ ਨਹੀਂ ਰਹਿ ਗਈ ਤੇ ਉਹ ਤੇ ਜਿਹੜੇ ਦਵਾਈ ਬੂਟੀ ਖਾ ਪਊ ਕੇ ਟਾਈਮ ਟਪਾਉਣ ਡਿਆ, ਜਾਂ ਇਹ ਚਰਚਾ ਕਿਤੇ ਸ਼ਰੀਕਾਂ ਨੂੰ ਸੁਣਨ ਨੂੰ ਮਿਲ ਜਾਵੇ ਵੀ ਦੋ ਭਰਾ ਸੀ ਤੇ ਦੋਵਾਂ 'ਚ ਹੁਣ ਲਾਕਡਾਟ ਰਹਿਣ ਲੱਗ ਪਈ, ਉਹਨਾਂ ਦਾ ਤੇ ਆਪਸੀ ਕਲੇਸ਼ ਨਹੀਂ ਮੁੱਕਦਾ, ਤੁਹਾਡੇ ਵੱਲ ਕਿਹਨੇ ਵੇਖਣਾ, ਤੇ ਫਿਰ ਉਹ ਜਿਹੜੇ ਸ਼ਰੀਕ ਦੂਜੀ ਗਲੀ ਲੰਘਦੇ ਹੁੰਦੇ ਨਾ ਉਹ ਵੀ ਫਿਰ ਬੂਹੇ ਅੱਗੋਂ ਦੀ ਲੰਘ ਕੇ ਹੋਰ ਫਿਰ ਦੇਖ ਲਾਂਗੇ ਕੋਈ ਨਹੀਂ, ਉਹ ਵੀ ਕੰਮ ਮੈਨੂੰ ਲੱਗਦਾ ਹੋਣ ਲੱਗ ਪਿਆ। ਹੁਣ ਉਹ ਜਿਹੜੇ ਅਕਾਲੀ ਦਲ ਤੋਂ ਟੁੱਟੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਾਈ ਸਾਹਿਬ ਵੀ ਇਸ ਪਾਸੇ ਜਿਹਨਾਂ ਨੇ ਮਤਲਬ ਕਿਹਾ ਸੀ ਨਾ ਵੀ ਆਪਾਂ ਹੁਣ ਅਕਾਲੀ ਦਲ ਨੂੰ ਐਂ ਕਰ ਦੇਣਾ ਤੇ ਜਿਉਂ ਕਰ ਦੇਣਾ, ਸਰਕਾਰ ਆਪਣੀ ਦੇ ਵਾਅਦੇ ਬੜੇ ਕੀਤੇ ਸੀ, ਇਹਨਾਂ ਵਾਲੀਆਂ ਹੁਣ ਨੀਆਂ ਜਿਹੜੀਆਂ ਡੋਲਣ ਲੱਗ ਪਈਆਂ ਤੇ ਆਪਾਂ ਵੀ ਕੁਛ ਨਾ ਕੁਛ ਕਰੀਏ ਸ਼ਾਇਦ। ਮਤਲਬ ਮੇਰਾ ਧਿਆਨ ਹੁਣ ਟਕਸਾਲੀ ਬਾਪੂ ਜਿਹੜੇ ਨੇ ਜਾਂ ਜਿਹੜੇ ਉੱਧਰ ਆਪਣੇ ਸੰਗਰੂਰ ਵਾਲੇ ਢੀਂਡਸਾ ਸਾਹਿਬ ਨੇ ਜਾਂ ਜਿਹੜੇ ਹੋਰ ਬੰਦੇ 5-4 ਉਹਨਾਂ ਨੇ ਰਲਾਏ ਨੇ ਉਹਨਾਂ ਨੂੰ ਵੀ ਗਿਆ, ਕਿਉਂਕਿ 14 ਤਰੀਕ ਉਹਨਾਂ ਨੇ ਕੱਢ ਮਾਰੀ। ਦੇਖੋ ਆਉਣ ਵਾਲੇ 5 ਦਿਨ ਜਿਹੜੇ ਆ ਪੰਜਾਬ ਦੀ ਰਾਜਨੀਤੀ ਲਈ, ਖਾਸ ਤੌਰ 'ਤੇ ਪੰਜਾਬ ਦੀ ਪੰਥਕ ਰਾਜਨੀਤੀ ਲਈ, ਉਹਦੇ ਤੋਂ ਵੀ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਉਹਦੇ ਵਿਰੋਧੀ ਅਕਾਲੀ ਦਲਾਂ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਜਿਨ੍ਹਾਂ ਨੇ ਦਿਵਾਲੀ ਨੂੰ ਪਟਾਕੇ ਚਲਾਏ ਨੇ, ਵੈਸੇ ਨਹੀਂ ਚਲਾਉਣੇ ਚਾਹੀਦੇ, ਪ੍ਰਦੂਸ਼ਣ ਹੁੰਦਾ, ਹੁਣ ਜਦੋਂ ਤਾਂ ਨਿਆਣਾ ਨਿੱਕਾ ਹੁੰਦਾ ਅਤੇ ਉਹ ਫਿਰ ਪਹਿਲਾਂ ਪੀਤਾ ਛਿਲਦਾ ਫਿਰ ਅੱਗ ਲਾਉਂਦਾ,
ਤੇ ਜਿਹੜੇ ਦੂਜੇ ਹੁੰਦੇ ਜਿਹੜਾ ਸਿਆਣਾ ਹੁੰਦਾ ਤੁਹਾਡੇ ਵਾਂਗੂ ਕੋਈ ਪਾਈ ਹੋਈ ਕੋਈ ਗੱਲ ਆ, ਉਹ ਤਾਂ ਫਿਰ ਬੰਬ ਨੂੰ ਅੱਗ ਲੱਗ ਸੜਨ ਦਾ। ਹੁਣ ਜਦੋਂ ਫੀਤੇ ਨੂੰ ਛਿਲ ਕੇ ਅੱਗ ਲਾਈ ਦੀ ਹੈ ਨਾ, 5-4 ਮਿੰਟ ਲੱਗ ਜਾਂਦੇ, ਬੰਦਾ ਕੌਲੇ ਦੇ ਉਹਲੇ ਖੜੇ ਹੋ ਕੇ ਦੇਖਦਾ ਕਿ ਹੁਣ ਵੀ ਚੱਲਿਆ ਹੁਣ ਵੀ ਚੱਲਿਆ, ਤੇ ਕਈ ਵਾਰੀ ਐਂ ਲੱਗਦਾ ਹੁੰਦਾ ਅੱਗ ਬੁਝ ਗਈ, ਪਰ ਅੱਗ ਬੁਝ ਨਹੀਂ ਹੁੰਦੀ, ਜਦੋਂ ਬੰਦਾ ਨੇੜੇ ਜਾਂਦਾ ਤਾਂ ਫੜਕ ਹੋ ਜਾਂਦੀ ਹੈ। ਹੁਣ ਲੱਗਦਾ ਕਿ ਪੰਜਾਬ ਦੀ ਪੰਥਕ ਰਾਜਨੀਤੀ 'ਚੋਂ ਫੜਕ ਹੋਣ ਵਾਲੀ ਹੈ। ਹੁਣ ਹੋਇਆ ਕੀ, ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਲੱਗਦਾ ਸੀ ਕਿ ਉਨਾ ਧੱਕਾ ਉਦੋਂ ਨਹੀਂ ਸੀ ਲੱਗਾ ਜਦੋਂ ਬ੍ਰਹਮਪੁਰਾ ਸਾਹਿਬ, ਸੇਖਵਾਂ ਸਾਹਿਬ, ਅਜਨਾਲਾ ਸਾਹਿਬ, ਉਹ ਖਰੜਾ ਵਾਲੇ ਪਾਸਿਓਂ ਜਾਗਰ ਸਿੰਘ ਬਡਾਲੀ ਸਾਹਿਬ, ਮੋਹਾਲੀ ਵਾਲੇ ਪਾਸਿਓਂ ਹਰਸੁਖਿੰਦਰ ਸਿੰਘ ਬੱਬੀ ਬਾਦਲ ਹੋਰੀ ਤੇ ਹੋਰ ਕਿੰਨੇ ਬੰਦੇ, ਬੀਰ ਦਵਿੰਦਰ ਸਿੰਘ ਹੋਣਾ ਮੈਂ ਚੇਤਾ ਨਹੀਂ ਭੁੱਲਿਆ, ਉਹ ਸਾਰੇ ਪਹਿਲਾਂ ਹੀ ਲੈ ਗਏ ਨਾ ਬਸ, ਉਹਨਾਂ ਦੇਖਿਆ ਇਹਨਾਂ ਜਦੋਂ ਆਖਿਆ ਨਾ ਵੀ ਉਹ ਕਹਿੰਦੇ ਵੀ ਯਾਰ ਬੀਰ ਦਵਿੰਦਰ ਸਿੰਘ ਹੋਰ ਆਖਿਆ ਵੀ ਯਾਰ ਤੁਸੀਂ ਤਾਂ ਆਖਿਆ ਬੱਸ ਛੱਡੇ ਜਾਣੀ ਹੈ, ਜਿੱਦਾਂ ਸਵਾਰੀ ਕੀ ਨਾ ਪੁੱਛ ਕੇ ਚੜ੍ਹਦੇ ਨੇ ਵੀ ਬੱਸ ਛੱਡੇ ਜਾਊ ਬਸ, ਉਹ ਕਹਿੰਦੇ ਨੇ ਇਹ ਤੇ ਬਾਈਪਾਸ ਨਿਕਲ ਜਾਣਾ, ਉਹ ਵਿਚਾਰੇ ਪਹਿਲਾਂ ਹੀ ਉਤਰ ਗਏ ਚੌਂਕ ਤੇ, ਬਿਲਕੁਲ ਨਾਲੇ ਉਹ ਵੀ ਕਹਿੰਦੇ ਪਾਸ ਵਾਲਾ ਬੰਦਾ ਕੰਮ ਚੜਾਉਣਾ। ਹੁਣ ਹੋਇਆ ਕੀ ਹੈ, ਇਹ ਸਾਰੇ ਬੰਦੇ ਜਦੋਂ ਅਕਾਲੀ ਦਲ ਨੂੰ ਛੱਡ ਕੇ ਗਏ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਇਹ ਮਹਿਸੂਸ ਕਰਦੀ ਸੀ ਕਿ ਸਾਨੂੰ ਬਹੁਤਾ ਨੁਕਸਾਨ ਨਹੀਂ ਹੋਇਆ, ਵੈਸੇ ਵੀ ਆਨੰਦਪੁਰ ਸਾਹਿਬ ਤੋਂ 10,000 ਵੋਟਾਂ ਨੇ ਤੈਅ ਕਰ ਦਿੱਤਾ ਸੀ ਕਿ ਅਕਾਲੀ ਦਲ ਨੂੰ ਬਹੁਤਾ ਨੁਕਸਾਨ ਨਹੀਂ ਹੋਇਆ। ਉਹਦੇ ਤੋਂ ਬਾਅਦ ਅਕਾਲੀ ਦਲ ਦੇ ਵਿੱਚੋਂ ਜਦੋਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਫੁੱਲ ਮੈਂਬਰਸ਼ਿਪ ਤੇ ਰਾਜ ਸਭਾ ਦੀ ਮੈਂਬਰੀ ਨੂੰ ਛੱਡ ਕੇ ਅਸਤੀਫਾ ਦੇ ਦਿੱਤਾ, ਬਾਰ ਬਾਰ ਮਨਾਉਣ ਦੇ ਬਾਵਜੂਦ ਵੀ, ਵੱਡੇ ਬਾਦਲ ਸਾਹਿਬ ਦੇ ਜਾ ਕੇ ਵੀ ਹਲੂਲਣ ਦੇ ਬਾਵਜੂਦ ਵੀ ਉਹ ਨਹੀਂ ਮੰਨੇ, ਉਹਨਾਂ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਦੀ ਟਿਕਟ ਦਵਾਤੀ। ਇਹਦਾ ਮਤਲਬ ਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਨੂੰ ਬਹੁਤਾ ਡੈਮੇਜ ਨਹੀਂ ਹੋਇਆ, ਹਾਨੀ ਨਹੀਂ ਹੋਈ, ਪਰ ਹੁਣ ਜੋ ਕੁਝ ਪਿਛਲੇ 72 ਘੰਟਿਆਂ 'ਚ ਘਟਿਆ ਤੇ ਜੋ ਕੁਝ ਆਉਣ ਵਾਲੇ 5 ਦਿਨਾਂ ਦੇ ਵਿੱਚ ਘਟਣ ਜਾ ਰਿਹਾ, ਉਹਦੇ ਕਰਕੇ ਇੱਕ ਨਵੇਂ ਸਿਆਸੀ ਸਮੀਕਰਨ ਪੰਜਾਬ 'ਚ ਬਣ ਸਕਦੇ। ਹੁਣ ਹੋਇਆ ਕੀ, ਅਚਾਨਕ ਖਬਰ ਆਈ ਕਿ ਇੱਕ ਮੀਟਿੰਗ ਚੰਡੀਗੜ੍ਹ ਦੀ ਧਰਤੀ ਤੇ ਹੋਈ ਹੈ ਜਿਹਦੇ ਵਿੱਚ ਰਵਿੰਦਰ ਸਿੰਘ ਅਕਾਲੀ ਦਲ 1920 ਵਾਲੇ, ਬੀਰ ਦਵਿੰਦਰ ਸਿੰਘ, ਨਾਲ ਇਧਰਲੇ ਪਾਸੇ ਅਜਨਾਲਾ ਸਾਹਿਬ ਦੇ ਫਰਜੰਦ ਸਾਹਿਬ, ਸੇਖਵਾਂ ਸਾਹਿਬ ਤੇ ਬ੍ਰਹਮਪੁਰਾ ਸਾਹਿਬ ਤੇ ਸੁਖਦੇਵ ਸਿੰਘ ਢੀਂਡਸਾ ਸਾਹਿਬ ਆਏ ਆ। ਤੁਸੀਂ ਦੋ ਬੰਦਿਆਂ ਦੇ ਨਾਂ ਲੈਣੇ, ਮੈਨੂੰ ਪਤਾ ਨਹੀਂ, ਦੋ ਬੰਦੇ ਦੇ ਨਾਮ ਨਹੀਂ ਭੁੱਲ ਗਏ ਜੀ, ਬੀਰ ਦਵਿੰਦਰ ਤੇ ਰਾਜਦੀਪ ਸਿੰਘ ਖਾਲਸਾ ਪਟਨਾਇਕ। ਨਹੀਂ ਉਹ ਤਾਂ ਵੱਡੇ ਬੰਦੇ ਆ ਨਾ, ਮੈਂ ਤਾਂ ਹੀ ਕਿਹਾ ਉਹਨਾਂ ਸਭ ਇਕੱਠੇ ਕਰ ਲਓ, ਕਹਿੰਦੇ ਵੀਰ ਜੀ ਇੱਕ ਰਾਂ ਬਹਿ ਕੇ ਨਿਬੇੜ ਲਈਏ ਨਾ, ਪਹਿਲਾਂ ਵਾਲੀ ਹੋ ਗਈ ਵੀ ਬੈਂਸ ਹੋਣਾ ਦਾ ਜਨਮ ਦਿਨ ਵੀ ਮਨਾਇਆ ਸੀ ਜੀ, ਤੇ ਮੁੜ ਕੇ ਚੌਕਲੇਟਾਂ ਕੋਈ ਲੈ ਗਿਆ ਤੇ ਮਤਲਬ ਜਿਹੜੀ ਪਲਾਸਟਿਕ ਜਿਹਦੀ ਹੁੰਦੀ ਚੇ ਕਰਤ ਉਹ ਹੋਰ ਜੇ, ਕਈ ਤਾਂ ਮੋਮਬੱਤੀਆਂ ਹੀ ਲੈ ਗਏ ਸੀ ਉੱਥੋਂ ਵਧੀਆ ਵਧੀਆ। ਚਲੋ ਹੁਣ ਦੇਖੋ ਮੈਂ ਰਾਜਦੀਪ ਸਿੰਘ ਹੁਣ ਦਾ ਨਾਂ ਤਾਂ ਨਹੀਂ ਲੈਣਾ ਹੁੰਦਾ ਕਿਉਂਕਿ ਕਹਿੰਦੇ ਬਿਮਾਰ ਹੋ ਜਾਂਦੇ ਕਾਗਜ਼ ਦਾਖਲ ਕਰਨ ਦੇ, ਨਹੀਂ ਹੁਣ ਉਹ ਕਹਿੰਦੇ ਵੀ ਮੈਂ ਖਲੋਤਾ ਜੇ ਨਾ, ਮੈਂ ਖਲੋਤਾ ਜੇ ਨਾ। ਚਲੋ ਹੋਇਆ ਕੀ, ਇਹ ਸਾਰੇ ਬੰਦੇ ਇਕੱਠੇ ਹੋਏ, ਖਬਰ ਆਈ, ਪਹਿਲਾਂ ਕੋਈ ਨਾ ਮੰਨੇ, ਫਿਰ ਫੋਟੋ ਆ ਗਈ, ਫਿਰ ਸਭ ਤੋਂ ਪਹਿਲਾਂ ਸੇਵਾ ਸਿੰਘ ਸੇਖਵਾ ਮੰਨੇ, ਉਹ ਕਹਿੰਦੇ ਹੋਈ ਆ ਮੀਟਿੰਗ, ਅਸੀਂ ਕਹਿੰਦੇ ਮੁੱਕਰਦੇ ਹਾਂ, ਅਸੀਂ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣਾ ਕਿਉਂਕਿ ਅਕਾਲੀ ਦਲ ਉਮਰ ਦਾ ਹੋ ਚੱਲਿਆ, 14 ਦਸੰਬਰ ਨੂੰ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ, ਅਕਾਲੀ ਦਲ ਬਾਦਲ ਨੇ ਤਾਂ ਪ੍ਰੋਗਰਾਮ ਕਰਨਾ ਹੀ ਆ, ਟਕਸਾਲੀ ਅਕਾਲੀ ਦਲ ਕਹਿੰਦਾ ਕਿ ਅਸੀਂ ਅਸਲੀ ਹਾਂ, ਬਾਕੀ ਨਕਲੀ ਨੇ, ਅਸੀਂ ਅਕਾਲੀ ਦਲ ਦੇ ਅਸਲ ਜਿਹੜੇ ਆ ਇਸ ਵੇਲੇ ਦੇ ਜਿਹੜੇ ਆ ਉਹ ਫਰਜਾਂਦਾ ਭਾਈ। ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਦਿੱਤਾ ਸੱਦਾ ਕਿ ਤੁਸੀਂ ਸਾਡੇ ਸਮਾਗਮ 'ਚ ਆਇਓ। ਸੁਖਦੇਵ ਸਿੰਘ ਢੀਂਡਸਾ ਨੂੰ ਦੋ ਵਾਰੀ ਪੁੱਛਿਆ, ਨਹੀਂ ਬੋਲੇ, ਹੁਣ ਬੋਲ ਪਏ, ਉਹ ਕਹਿੰਦੇ ਆਹੋ ਸੱਦਾ ਆਇਆ, ਮੈਂ ਤਾਂ ਜਾਊਂਗਾ, ਕਹਿੰਦੇ ਕੋਈ ਸਿਆਸੀ ਸਮਾਗਮ ਥੋੜ੍ਹੀ ਆ ਪਰ ਮੈਂ ਜਾਊਂਗਾ, ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਅਕਾਲੀ ਦਲ ਵਾਲੇ ਸਮਾਗਮ ਚਲੇ ਜਾਓ, ਕਹਿੰਦੇ ਮੈਨੂੰ ਸੱਦਿਆ ਹੀ ਨਹੀਂ, ਮੈਂ ਅਕਾਲੀ ਦਲ ਬਾਦਲ ਦੇ ਸਮਾਗਮ 'ਚ ਕਿਵੇਂ ਚਲੇ, ਜਿਹੜਾ ਮੈਨੂੰ ਸੱਦਾ ਦੇਣ ਆਇਆ ਮੈਂ ਪਹਿਲਾਂ ਉਹਦਾ ਸੱਦਾ ਕਬੂਲ ਕਰ ਲਿਆ। ਉਹਦੇ ਤੋਂ ਬਾਅਦ ਹੁਣ ਪਤਾ ਲੱਗਾ ਕਿ ਇਹ ਜਿਹੜੇ ਅਕਾਲੀ ਦਲ ਟਕਸਾਲੀ ਵਾਲੇ ਆ ਉਹਨਾਂ ਦੀ ਮੀਟਿੰਗ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨਾਲ ਵੀ ਹੋ ਗਈ ਕਿਉਂਕਿ ਪਿਛੋਕੜ ਤਾਂ ਉਹਨਾਂ ਦਾ ਵੀ ਅਕਾਲੀ ਦਲ 'ਚੋਂ ਆ, ਬਿਲਕੁਲ ਸਹੀ। ਇਹ ਵੀ ਪਤਾ ਲੱਗਾ ਕਿ ਦੋਵਾਂ ਨੇ ਹਾਂ ਵੀ ਭਰ ਦਿੱਤੀ ਕਿ ਅਸੀਂ ਆਵਾਂਗੇ। ਤੀਸਰੇ ਪਾਸੇ ਇਹ ਵੀ ਪਤਾ ਲੱਗਾ ਕਿ ਆਪਣਾ ਪੰਜਾਬ ਪਾਰਟੀ ਜਿਹੜੀ ਹੈ ਉਧਰਲੇ ਪਾਸੇ ਵੀ ਅਗਲੇ ਜਾਂਦੇ ਆ, ਨਹੀਂ ਨਾ ਲਓ ਨਾ ਸਰਦਾਰ ਜੀ ਦਾ, ਆਪਣਾ ਪੰਜਾਬ ਪਾਰਟੀ ਨਾ ਕਹੋ, ਮੈਂ ਛੋਟੇਪੁਰ ਸਾਹਿਬ ਦੀ ਗੱਲ ਕਰ ਰਹੀ ਹਾਂ। ਚਲੋ ਉਹਦੇ ਤੋਂ ਬਾਅਦ ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਵੀ ਰਾਬਤੇ 'ਚ ਆ, ਅਗਲੇ ਕਹਿੰਦੇ ਕਿ ਭਾਈ ਆਪਾਂ ਸੁਖਪਾਲ ਸਿੰਘ ਖਹਿਰਾ ਨੂੰ ਵੀ ਸੱਦਣਾ, ਹਾਲਾਂਕਿ ਖਹਿਰਾ ਸਾਹਿਬ ਦਾ ਬਹੁਤ ਲੰਬਾ ਚੌੜਾ ਇਤਿਹਾਸ ਕਾਂਗਰਸ ਹੀ ਰਿਹਾ, ਪਰ ਉਹਨਾਂ ਦੇ ਫਾਦਰ ਸਾਹਿਬ ਸੁਖਜਿੰਦਰ ਸਿੰਘ ਹੋਰੀ ਜਿਹੜੇ ਆ ਉਹ ਤਾਂ ਬੜੇ ਪੁਰਾਣੇ ਅਕਾਲੀ ਸੀ। ਨਹੀਂ ਮੇਰੇ ਖਿਆਲ ਨਾਲ ਜਿਹੜੀ ਆ ਲੇਟੈਸਟ ਯੂ ਟਰਨ ਹੈ ਨਾ ਜੀ, ਉਹਦੇ ਤੋਂ ਬਾਅਦ ਹੋ ਸਕਦਾ ਟਕਸਾਲੀ ਅਕਾਲੀ ਦਲ ਵਾਲੇ ਵੀ ਇੱਕ ਵਾਰ ਸੋਚ ਲੈਣਾ ਵੀ ਵੀਰ ਇਹ ਨਾ ਹੋਵੇ ਆਪਾਂ ਯੂ ਟਰਨ ਮਰਵਾਈਏ ਤੇ ਬੰਦਾ ਆਪਣੇ ਹੀ ਪਾਲੇ ਚੋਂ ਗੱਡੀ ਬੈਕ ਕਰਕੇ ਵੇਖ ਲਈ ਉਤਰ ਲਾ ਦਿੰਦਾ ਹੈ ਨਾ, ਇਸ ਤਰ੍ਹਾਂ ਗਲਤ ਮੈਰਿਜ ਪੈਲਸ ਆ ਗਿਆ ਉਹਦੇ ਬੰਦੇ। ਆਓ ਜਦੋਂ ਬੰਦਾ ਜਾਂਦਾ ਜਾਂਦਾ 2 ਘਰਾਂ ਬਦਾਮ ਤੇ ਉਹ ਜਿਹੜਾ ਜੂਸ ਦਾ ਗਲਾਸ ਪੀਂਦਿਆਂ ਪੀਂਦਿਆਂ ਕਹਿੰਦਾ ਵੀ ਫਲਾਨਾ ਸਿਆ ਮੈਨੂੰ ਲੱਗਦਾ ਨੀ ਵੀ ਆਪਣਾ ਰਿਸ਼ਤੇਦਾਰ ਕੋਈ ਹੈਗਾ ਇੱਥੇ, ਵੇਖਾਂ ਕਾਰਡ ਕੱਢ ਕੇ ਬਣਾਇਆ ਹੋਈ ਐਡਰੈਸ ਕਿ ਮੂਵੀ ਵਾਲੇ ਨੂੰ ਪੁੱਛੋ, ਮੂਵੀ ਵਾਲੇ ਨੂੰ। ਆਹ ਫਿਰ ਉਹ ਕਹਿੰਦਾ ਕਾਰਡ ਤੇ ਪਾਪਾ ਹੀ ਗੱਡੀ 'ਚ ਰਹਿ ਜਾਓ, ਤੈਨੂੰ ਮੈਂ ਕੀ ਆਖਾਂ, ਉਹ ਵੇਟਰ ਨੂੰ ਕਹਿੰਦਾ ਉਹਦੇ ਲਿਆ ਪੁੱਤ ਆਹ ਬਰਾਤ ਭਲਾ ਕਿਹੜੇ ਪਿੰਡ ਆਉਣੀ ਆ, ਉਹ ਕਹਿੰਦਾ ਜੀ ਉਹ ਤਾਂ ਫਲਾਨੇ ਤਾਂ ਹੋਣੀ ਜੀ ਕੋਈ ਇਹੋ ਜਿਹੀ ਗੱਲ ਸੁਣ। ਅੱਛਾ ਫਿਰ ਉਹ ਕਹਿੰਦੇ ਇਹੋ ਜਿਹਾ ਕੋਈ ਪੈਲਸ ਹੋਰ ਵੀ ਆ, ਕਹਿੰਦੇ ਉਹ ਤਾਂ 2 ਕਿੱਲੇ ਪਿੱਛੇ ਰਹਿ ਗਿਆ। ਚਲੋ ਫਿਰ ਬੰਦਾ ਐਂ ਸੋਚਦਾ ਵੀ ਹੁਣ ਕੋਈ ਸਿਆਣਾ ਜਿਹਾ ਬੰਦਾ ਪੁੱਛ ਨਾ ਲਵੇ ਵੀ ਤੁਸੀਂ ਕਿਹੜੇ ਬਈ ਹੋਏ।
ਵਟਸਐਪ ਇੱਕ ਗੱਲ ਹੋਰ, ਮੈਂ ਦੋ ਤਿੰਨ ਬੰਦਿਆਂ ਦੇ ਨਾਂ ਲੈਣੇ ਸੀ। ਲੈ ਲਓ ਯਾਰ ਭਰਾਵਾ ਨਾਂ ਲੈ ਲਓ। ਪਤਾ ਇਹ ਲੱਗਾ ਕਿ ਤੁਰ ਪਰਿਵਾਰ ਦੇ ਨਾਲ ਵੀ ਅਗਲਿਆਂ ਸੰਪਰਕ ਕੀਤਾ। ਅੱਛਾ। ਪਤਾ ਇਹ ਵੀ ਲੱਗਾ ਕਿ ਕੈਰੋਂ ਪਰਿਵਾਰ ਦੇ ਨਾਲ ਵੀ ਅਗਲਿਆਂ ਸੰਪਰਕ ਕੀਤਾ। ਪਤਾ ਇਹ ਵੀ ਲੱਗਾ ਕਿ ਇੱਕ ਪ੍ਰੇਮ ਸਿੰਘ ਲਾਲਪੁਰਾ ਹੋਰੀ ਹੁੰਦੇ ਸੀ, ਉਹਨਾਂ ਦੇ ਪਰਿਵਾਰ ਦੇ ਨਾਲ ਵੀ ਉਹਨਾਂ ਨੇ ਸੰਪਰਕ ਕੀਤਾ। ਕੈਰੋਂ ਪਰਿਵਾਰ ਕਿਹੜਾ? ਕੈਰੋਂ ਪਰਿਵਾਰ ਦੇ ਕਈ ਬੰਦੇ ਹੈਗੇ ਜਿਹੜੇ ਲੀਹੋਂ ਲਿੱਥੇ ਆ। ਤੁਸੀਂ ਉਹ ਬੰਦੇ ਦੋ ਤਿੰਨ ਜਿਹੜੇ ਮੰਤਰੀ ਮੁੰਤਰੀ ਬਣਦੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਨਾ ਕਰੋ, ਕਿਉਂਕਿ ਸ਼ਖਾਵਾਂ ਬਹੁਤ ਨੇ। ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਮੰਨ ਲਓ ਮੈਂ ਲੰਬੜਿਆ, ਮੈਨੂੰ ਤਾਂ ਸਾਰੇ ਲੰਬੜ ਕਹਿੰਦੇ ਆ, ਤੁਸੀਂ ਮੇਰੇ ਚਾਚੇ ਦੇ ਪੁੱਤ, ਤਾਂ ਲੰਬੜ ਕਾ ਹੁੰਦਾ ਜਿਹੜਾ ਜੀ ਨਹੀਂ ਕਰਦਾ। ਇਸ ਕਰਕੇ ਕਈ ਬੰਦੇ ਲੰਬੜ ਨੇ ਉੱਥੇ ਵੀ। ਉਹ ਹੁਣ ਚਾਰ ਪੰਜ ਉਹ ਪਰਿਵਾਰ ਜਿਹਨਾਂ ਦਾ ਆਪੋ ਆਪਣੇ ਹਲਕਿਆਂ 'ਚ ਮਾੜਾ ਮੋਟਾ ਪ੍ਰਭਾਵ ਹੈਗਾ, ਪਰ ਸਿਆਸੀ ਤੌਰ 'ਤੇ ਨਹੀਂ ਹੁਣ ਇੱਥੇ ਆ। ਕਦੇ ਕਿਸੇ ਨੇ ਕਾਰਡ ਨਹੀਂ ਭੇਜਿਆ, ਕਦੇ ਕਿਸੇ ਨੇ ਸ਼ਗਨਾਂ ਲਿਫਾਫਾ ਨਹੀਂ ਭੇਜਿਆ, ਅਤੇ ਜਦੋਂ ਸੇਵਾ ਸਿੰਘ ਸੇਖਵਾ ਸਾਹਿਬ ਖੁਦ ਜਾ ਕੇ ਸੱਦੇ ਦਿੰਦੇ ਆ, ਤਾਂ ਫਿਰ ਕਹਾਣੀ ਦੂਜੇ ਪਾਸੇ ਨੂੰ ਚਲਾਈ ਜੂ। ਮੰਨ ਲਓ ਜੇ 14 ਤਰੀਕ ਨੂੰ ਸੁਖਪਾਲ ਖਹਿਰਾ ਬੈਂਸ ਭਰਾ, ਸੁਖਦੇਵ ਸਿੰਘ ਢੀਂਡਸਾ ਤੇ ਨਾਲ ਦੀ ਨਾਲ ਆ ਤੁੜ ਪਰਿਵਾਰ, ਕੈਰੋਂ ਪਰਿਵਾਰ, ਲਾਲਪੁਰਾ ਪਰਿਵਾਰ ਦੇ ਕੁਝ ਬੰਦੇ, ਮਤਲਬ ਇਹ ਕਿ ਵੀ ਇਨ ਸ਼ਾਰਟ ਆਹਾ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਦੇ ਵਿੱਚ ਜਿੰਨੀ ਤਰ੍ਹਾਂ ਦੇ ਵੀ ਹੈਗੇ ਆ ਜੀ, ਬ੍ਰੈਕਟ ਬੰਦ ਬੰਦ 100ਵਾਂ ਸਥਾਪਨਾ ਦਿਵਸ ਮਨਾ ਰਹੇ ਹੋਣਗੇ ਜੀ, ਉਦਣ ਵਾਲੀਆਂ ਫੋਟੋਆਂ ਤੋਂ ਪਤਾ ਲੱਗੂ ਕੀ ਬਣਦਾ ਕੀ ਬਣਦਾ। ਪਰ ਇੰਨੀ ਗੱਲ ਹੈਗੀ ਆ ਕਿ ਇਹ ਅਕਾਲੀ ਦਲ ਭਾਵੇਂ ਇੱਕ ਸਾਂਝਾ ਨਾ ਬਣੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਹਲਕਾ ਹਲਕਾ ਤੁੜਕਾ ਜਿਹਾ ਲੱਗਣ ਵਾਲੀ ਗੱਲ ਜਿਹੜੀ ਜ਼ਰੂਰ ਬਣ ਸਕਦੀ ਹੈ। ਅੱਛਾ, ਉੱਥੇ ਜਿਹੜੀ ਹੁਣ ਮੈਂ ਗੱਲ ਕਰਨਾ ਕਰਨਾ ਆ ਜਾਓ ਕਿ ਹੋਰ ਵੀ ਕੋਈ ਨਾਂ ਲੈਣਾ? ਨਹੀਂ ਕੋਈ ਨਹੀਂ ਹੈਗੀ ਨੇ ਨਾਂ, ਪਰ ਪਹਿਲਾਂ ਤੁਹਾਡੀ ਸੁਣ ਲਈ ਹੈ। ਨਹੀਂ ਮੈਂ ਇਹ ਗੱਲ ਕਹਿੰਦਾ ਸੀ ਵੀ ਤੁਸੀਂ ਜਿਹੜਾ ਗੁੱਲੀ ਡੰਡਾ ਵਿੱਚ ਖੇਡਣਾ ਖੇਡ ਲਓ, ਪਰ ਮੈਂ ਉਹਦੇ ਤੋਂ ਬਾਅਦ ਬ੍ਰਿਕਟਾਂ ਝਾੜਨੀਆਂ ਝਾੜਨੀਆਂ। ਚੰਗਾ ਭਰਾਵਾ, ਮੈਂ ਇਹ ਕਹਿੰਦਾ ਵੀ ਦੇਖੋ ਗੁੱਲੀ ਡੰਡਾ ਦੇ ਮਤਲਬ ਕਹਿੰਦਾ ਇੱਕ ਹੁੰਦਾ ਵੀ ਗੁੱਲੀ ਡੰਡਾ ਤੁਸੀਂ ਖੇਡਣਾ ਵੀ ਮਤਲਬ ਤੁਸੀਂ ਪਤਾ ਨਹੀਂ ਕਿ ਦੁਆਬੀ ਕੀ ਕਹਿੰਦੇ, ਦੁਆਬੀ ਕੀ ਕਹਿੰਦੇ, ਫਾਕਾ ਲਾਉਣਾ ਚਾਹੀਦਾ ਨੇ ਫਾਂਕਾ, ਤੁਸੀਂ ਫਾਂਕਾ ਕਹਿੰਦੇ ਫਾਕਾ ਕਹਿੰਦੇ ਕੋਈ, ਅਸੀਂ ਬਿੰਦੀ ਵੱਧਦੀ ਲਾਈ ਘੱਟਦਾ ਲਾਇਆ ਕੁਛ, ਬਿੰਦੀ ਲਾਉਣ ਵਾਲੇ ਥਾਂ ਲਾਇਆ ਕਰੋ ਯਾਰ ਤੁਸੀਂ ਜਿੱਥੇ ਮਰਜ਼ੀ ਲਾ ਦੇ। ਅੱਛਾ ਗੱਲ ਸੁਣੋ, ਗੁੱਲੀ ਰੱਖ ਕੇ ਨਾ ਮਤਲਬ ਖੁੱਤੀ ਦੇ ਵਿੱਚ ਜਿਹੜਾ ਉਹ ਇਹ ਐਂ ਕਰਕੇ ਚੁੱਕਣ ਵਾਲਾ ਕੰਮ ਹੁੰਦਾ ਜੀ, ਉਹਦੇ ਨਾਲ ਦਾ ਨਜ਼ਾਰਾ ਨਹੀਂ। ਅੱਛਾ ਮੈਂ ਇੱਥੇ ਤਾਂ ਰਿਹਾ ਹੁਣ ਐਂ ਚੁੱਕਣ ਨੂੰ ਤਾਂ ਫਿਰਦੇ, ਤੇ ਮੰਨ ਲਓ ਬੰਦੇ ਨੇ ਤਿਆਰੀ ਕੀਤੀ ਹੈ, ਡੰਡਾ ਫਸਾ ਲਿਆ ਐਂ ਗੁੱਲੀ ਦੇ ਥੱਲੇ ਦੇ ਆਸਾ ਪਾਸਾ ਵੇਖਿਆ ਵੀ ਹੁਣ ਇਹ ਫੜੀ ਨਾ ਜਾਵੇ, ਮੈਂ ਕਿਧਰ ਨੂੰ ਸੁੱਟਣੀ ਜੀ, ਉਹਨੇ ਜਿਹਨੂੰ ਕੋਈ ਗੁੱਲੀ ਚੁੱਕਣ ਵਾਲਾ ਆ ਜਾਵੇ ਆ ਗਿਆ। ਉਹ ਗੁੱਲੀ ਚੁੱਕਣ ਵਾਲਾ ਜਿਹੜਾ ਮੈਨੂੰ ਲੱਗਦਾ ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਘਰ ਚੋਂ ਜਾਣਦਾ, ਕਿਉਂਕਿ ਪਰਮਿੰਦਰ ਢੀਂਡਸਾ ਹੋਰਾਂ ਵਾਲੇ ਖਬਰਾਂ ਇਹ ਆ ਰਹੀਆਂ ਕਿ ਉਹ ਬਹੁਤਾ ਸਹਿਮਤ ਨਹੀਂ ਪਾਪਾ ਜੀ ਦੇ ਇਸ ਫੈਸਲੇ ਨਾਲ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਅਤੇ ਵਿਚਾਰਨ ਵਾਲੀ ਵੀ ਹੈ। ਹੁਣ ਜੇ ਪਰਮਿੰਦਰ ਸਿੰਘ ਢੀਂਡਸਾ ਨੇ ਗੁੱਲੀ ਚੁੱਕ ਵੀ ਲਈ ਤਾਂ ਪਾਪਾ ਜੀ ਨੇ ਪਤਾ ਕਹਿਣਾ, ਪਿਛਲੀ ਵਾਰੀ ਤਾਂ ਮੈਂ ਤੈਨੂੰ ਗੁੱਲੀ ਚੁੱਕ ਕੇ ਭੱਜਣ ਦਿੱਤਾ ਜਦੋਂ ਤੂੰ ਚੋਣ ਲੜਨੀ ਸੀ, ਐਤਕੀ ਮੈਂ ਤੇਰੇ ਗੱਟੇ ਛੰਗੂ ਕਿਉਂਕਿ ਤੂੰ ਤੀਸਰੇ ਨੰਬਰ 'ਤੇ ਆਇਆ ਸੀ, ਡੰਡਾ ਇਹੋ ਹੀ ਫੜ ਲੈਣਾ, ਡੰਡਾ ਇਹੋ ਫੜ ਲੈਣਾ, ਕਿਉਂਕਿ ਉਦੋਂ ਸੁਖਦੇਵ ਸਿੰਘ ਢੀਂਡਸਾ ਸਾਹਿਬ ਨਾ ਤਾਂ ਪ੍ਰਚਾਰ ਕਰਨਾ ਹੈ ਅਤੇ ਨਾ ਉਹਨਾਂ ਨੇ ਕੋਈ ਮਾੜਾ ਚੰਗਾ ਆਖਿਆ। ਪਰ ਹੁਣ ਜੇ ਪਰਮਿੰਦਰ ਸਿੰਘ ਢੀਂਡਸਾ ਹੋਰੀ ਜਦੋਂ ਸਾਰਾ ਟੇਬਲ ਟੱਬਰ ਜਿਹੜਾ ਟੇਬਲ 'ਤੇ ਬੈਠਾ ਹੋਊਗਾ ਕਿ ਰੋਟੀ ਖਾਣੀ, ਕੋਈ ਬੰਦਾ ਪਰੋਸਦਾ ਅਤੇ ਦੋਵੇਂ ਪਿਓ ਪੁੱਤ ਆਹਮੋ ਸਾਹਮਣੇ ਬੈਠੇ ਆ, ਇੱਕ ਦੂਜੇ ਦਾ ਸਤਿਕਾਰ ਕਰਦੇ ਆ, ਕਦੇ ਕੋਈ ਬੰਦਾ ਚੰਗਾ ਸ਼ਬਦ ਨਹੀਂ ਬੋਲਿਆ, ਉਦੋਂ ਹੋ ਸਕਦਾ ਕਿ ਪਰਮਿੰਦਰ ਸਿੰਘ ਢੀਂਡਸਾ ਹੋਰੀ ਕਹਿਣ ਕਿ ਆਪਾਂ ਭਾਅ ਜੀ ਆਹ ਸਬਜ਼ੀ ਜਿਹੜੀ ਹੈ ਨਾ ਅੱਜ ਬੜੀ ਰੀਝ ਨਾਲ ਬਣਾਈ ਆ, ਸਾਗ ਧਰਿਆ ਸੀ ਕੱਲ੍ਹ ਤੌੜੀ 'ਚ ਅਤੇ ਤੁਸੀਂ ਇਹ ਸਾਗ ਨੂੰ ਲਓ ਅਤੇ ਖਾਂਦਿਆਂ ਖਾਂਦਿਆਂ ਜੇ ਗੱਲ ਕਰਨਗੇ ਪਾਪਾ ਜੀ ਫਿਰ ਤੁਸੀਂ ਉਹ 14 ਤਰੀਕ ਨੂੰ ਇੱਧਰਲੇ ਪਾਸੇ ਜਿੱਥੇ ਅਕਾਲੀ ਦਲ ਬਾਦਲ ਨੇ ਰੱਖਿਆ ਸਮਾਗਮ, ਤੁਸੀਂ ਮੇਰੇ ਨਾਲ ਹੀ ਗੱਡੀ ਮੈਂ ਚਲਾਊਂਗਾ, ਤੁਸੀਂ ਨਾਲ ਦੀ ਸੀਟ 'ਤੇ ਬੈਠੇ ਹੋ, ਮਾਣ ਸਤਿਕਾਰ ਪੂਰਾ ਹੋਊਗਾ, ਹੋ ਗਈ ਮੇਰੀ ਗੱਲ ਵੱਡੇ ਬਾਦਲ ਸਾਹਿਬ ਨੂੰ? ਹਾਂ, ਨਾਲੇ ਪ੍ਰਧਾਨ ਜੀ ਵੀ ਆਉਂਦੇ ਵੀ ਅੰਕਲ ਜੀ ਨੂੰ ਲੈ ਕੇ ਆਓ, ਇੱਦਾਂ ਨਾ ਕਰਿਓ। ਹਾਂ ਵੀ ਉਹਨਾਂ ਨੂੰ ਉਦੋਂ ਵੀ ਚੇਤਾ ਜਦੋਂ ਛੋਟੇ ਹੁੰਦੇ ਸਾਰੀਆਂ ਗੱਲਾਂ ਬਾਤਾਂ, ਅਤੇ ਫਿਰ ਇਹ ਵੀ ਕਹਿ ਸਕਦੇ ਆ ਕਿ ਜੇ ਤੁਸੀਂ ਉੱਥੇ ਨਹੀਂ ਜਾਣਾ ਫਿਰ ਤੁਸੀਂ ਕਿਸੇ ਪਾਸੇ ਨਾ ਜਾਓ, ਤਾਂ ਚੰਗਾ ਲੱਗਦਾ ਮੈਂ ਉੱਧਰਲੇ ਪਾਸੇ ਮੇਰੀ ਫੋਟੋ ਛਪੀ ਹੋਵੇ, ਨਾਲ ਦੀ ਸਟੇਜ ਦੀ ਫੋਟੋ ਤੁਹਾਡੀ ਛਪੀ ਹੋਵੇ, ਇੱਦਾਂ ਨਹੀਂ ਚੰਗਾ ਲੋਕ ਗੱਲਾਂ ਕਰਨਗੇ ਸੌ ਸੌ। ਨਹੀਂ ਇੰਨੀ ਗੱਲ ਕਰਦਿਆਂ ਕਰਦਿਆਂ ਆਹ ਮਤਲਬ ਪਰਮਿੰਦਰ ਢੀਂਡਸਾ ਉਹਨਾਂ ਦੇ ਪਰਿਵਾਰ ਚੋਂ ਮਤਲਬ ਲਿਆਉਣ ਕੇ ਮਤਲਬ ਗਲਾਸ ਐਂ ਦੁੱਧ ਰੱਖਿਆ ਹੋਵੇ, ਅਤੇ ਪਾਪਾ ਜੀ ਹੁਣ ਤੇ ਮੰਨ ਲਓ ਇਹ ਤੇ ਅੱਗੇ ਵੀ ਕਹਿਣ ਡਿਆ ਸੀ ਵੀ ਪਾਪਾ ਨਹੀਂ ਮੰਨਦੇ, ਹੁਣ ਤੇ ਤੁਸੀਂ ਸ਼ਾਇਦ ਮੰਨ ਲਓ, ਮਤਲਬ ਇਹ ਪ੍ਰਭਾਵ ਦਾ ਪ੍ਰੈਸ਼ਰ। ਮੈਂ ਤਾਂ ਕਹਿ ਰਿਹਾ ਵੀ ਗੁੱਲੀ ਚੁੱਕਣ ਵਾਲਾ ਕੰਮ ਹੋ ਸਕਦਾ 14 ਤਰੀਕ ਤੋਂ ਪਹਿਲਾਂ? ਨਹੀਂ ਹੋ ਸਕਦਾ, ਇੱਦਾਂ ਵੀ ਹੋ ਸਕਦਾ ਕਿ ਅਗਲ ਕਹਿ ਇਹ ਤਾਂ ਮੈਂ ਸਵੇਰੇ ਚਾਹ ਦੇ ਕੇ ਆਈ ਹਾਂ, ਦੋ ਵਾਰੀ ਉਹ ਠੰਡੀ ਹੋ ਗਈ ਆ ਚਾਹ, ਉਹ ਫਿਰ ਇਹਨਾਂ ਨੇ ਪੀਤੀ ਨਹੀਂ, ਹੋਰ ਤਰ੍ਹਾਂ ਹੋਏ ਪਏ ਆ, ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਿਆਸਤ ਦੇ ਵਿੱਚ ਨਾਲੋਂ ਨਾਲ ਚੱਲਦੀਆਂ। ਪਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਉਸ ਲਈ ਕਹਿ ਸਕਦੇ ਆ ਕਿ ਮੈਂ ਕਈ ਵਾਰੀ ਰਾਜ ਸਭਾ ਦਾ ਮੈਂਬਰ ਰਿਹਾ, ਲੋਕ ਸਭਾ 'ਚ ਵੀ ਗਿਆ, ਮੰਤਰੀ ਵੀ ਬਣਿਆ, ਪੰਜਾਬ 'ਚ ਵੀ ਬਣਿਆ, ਕੇਂਦਰ 'ਚ ਵੀ ਬਣਿਆ, ਅਤੇ ਮੈਨੂੰ ਪਤਾ ਕਿ ਭਾਈ ਜਿੱਧਰਲੇ ਪਾਸੇ ਤੁਸੀਂ ਫਿਰਦੇ ਹੋ ਉੱਧਰਲੇ ਪਾਸੇ ਗੁਣਾਂ ਨੂੰ ਤਕਸੀਮ ਕਹਿੰਦੇ ਆ, ਅਤੇ ਤਕਸੀਮ ਨੂੰ ਘਟਾਓ ਕਹਿੰਦੇ ਆ, ਅਤੇ ਘਟਾਓ ਨੂੰ ਭਾਗ ਕਹਿੰਦੇ ਆ, ਜਿਹੜਾ ਬਚ ਕੇ ਚੱਲੇਗਾ ਤਾਂ ਚੰਗਾ। ਇਹ ਵੀ ਗੱਲ ਠੀਕ ਹੈ, ਮਤਲਬ ਉਹ ਕਹਿੰਦਾ ਨਾ ਮਤਲਬ ਪਿਓ ਤਾਂ ਫਿਰ ਪਿਓ ਹੀ ਹੁੰਦਾ ਜੀ। ਚਲੋ ਇਹ ਹੁਣ ਗੇਮ ਜਿਹੜੀ ਹੈ ਘੁੰਮ ਘੁਮਾ ਕੇ 14 ਤੱਕ ਕਿਹੜੀ ਕਿੱਧਰ ਨੂੰ ਲਿਫਟ ਕੇ ਕਿਹਦੇ ਨਾਲ ਕੌਣ ਗੱਡੀ 'ਚ ਬਹਿ ਕੇ ਜਾਣ
ਮੈਂ ਤਾਂ ਕਿਹਾ ਵੀ ਹੋਰ ਕਿਹੜੀ ਗੱਲ ਦਿਮਾਗ ਮੈਨੂੰ ਇਹ ਸੀਗਾ ਕਿ ਤੁਸੀਂ ਮੈਨੂੰ ਇਹ ਤਰੀਕੇ ਨਾਲ ਯਾਰ ਫਲਾਨੀ ਗੱਲ ਨਹੀਂ ਕੀਤੀ ਸੰਧਾਂ ਵਾਲੀ ਸਾਹਿਬ, ਸੰਧਾਂ ਵਾਲੀ ਸਾਹਿਬ ਸੁਪਨਾ ਹੋਵੇ ਤੁਹਾਡੇ ਢਿੱਡ 'ਚ ਕੀ? ਦੇਖੋ ਗੱਲ ਮੇਰੇ ਢਿੱਡ 'ਚ ਨਹੀਂ, ਲੋਕਾਂ ਦੀ ਗੱਲ ਕਿਹੜੀ ਹੈ, ਕਿਉਂਕਿ ਲੋਕ ਇਸ ਵੇਲੇ ਉਡੀਕਦੇ ਨੇ। ਪਤਾ ਲੱਗਾ ਸੀ ਕਿ 14 ਤੋਂ ਲੈ ਕੇ 17% ਬਿਜਲੀ ਦੇ ਬਿੱਲ ਵਧਾਉਣੇ ਫਿਰਦੀ ਆ ਪਾਵਰ ਕੰਪ ਯਾਰ, ਵਧਾਉਣੇ ਨਹੀਂ, ਕਿੰਨੀ ਸਸਤੀ ਪੰਜਾਬ 'ਚ ਬਿਜਲੀ ਹੈ, ਕਮਾਲ। ਦਿੱਲੀ 'ਚ ਕੇਜਰੀਵਾਲ ਮਤਲਬ ਬਿੱਲ ਲਾ ਲਾ ਕੇ ਬੰਦੇ ਤੈਅ ਕੀਤੇ ਪਏ ਨੇ, ਲਾਲ ਕੀਤੇ ਪਏ। ਮੈਂ ਨਾ ਪੂਰੀ ਤਰ੍ਹਾਂ ਨਾਲ, ਆਪਾਂ ਜਿਹੜੇ ਇਸ ਵਕਤ ਮੁਲਕ 'ਚ ਆਏ, ਆਪਾਂ ਨੂੰ ਕਈ ਚੀਜ਼ਾਂ ਸੜਕ 'ਤੇ ਮਿਲ ਪੈਂਦੀਆਂ, ਇੱਦਾਂ ਮਿਲ ਪੈਂਦੀਆਂ, ਫਿਰ ਆਪਾਂ ਨੇ ਵੀ ਹੋਏ ਵੀ ਲਾਲ ਨੇ। ਅੱਛਾ, ਅਤੇ ਪੰਜਾਬ ਵਾਲੇ ਜਿਹੜੇ ਆ ਉਹ ਤਾਂ ਕਹਿੰਦੇ ਯਾਰ ਇੰਨੀ ਸਸਤੀ ਬਿਜਲੀ ਯਾਰ, ਕੀ 5-7-10 ਹਜ਼ਾਰ ਬਿੱਲ ਆਉਂਦਾ ਲੋਕਾਂ ਨੂੰ, ਘੱਟੋ ਘੱਟ 25-30 ਹਜ਼ਾਰ ਤਾਂ ਆਵੇ, ਇੱਕ ਨਾ ਹੌਕਾ ਜਿਹਾ ਤਾਂ ਲਵੇ ਪਾਪਾ। ਦੇਖੋ ਜਦੋਂ ਮਾੜੀ ਮੋਟੀ ਕੋਈ ਖਬਰ ਚੱਲਦੀ ਹੈ ਨਾ ਕਿ ਬਿਜਲੀ ਦੇ ਬਿੱਲ ਵਧਣ ਲੱਗੇ ਆ, ਜਾਂ ਜਦੋਂ ਕਦੇ ਖਬਰ ਚੱਲਦੀ ਕਿ ਪਾਣੀ ਦੇ ਬਿੱਲ ਲੈਣ ਲੱਗਿਆ, ਲੋਕਾਂ ਨੂੰ ਮਨਪ੍ਰੀਤ ਸਿੰਘ ਬਾਦਲ ਚੇਤੇ ਆ ਜਾਂਦਾ। ਤੇ ਮਨਪ੍ਰੀਤ ਸਿੰਘ ਬਾਦਲ ਕਹਿੰਦੇ ਅੱਜ ਕੱਲ੍ਹ ਉਹਦੀਆਂ ਤਸਵੀਰਾਂ ਚੰਡੀਗੜ੍ਹ ਦੀਆਂ ਕੰਧਾਂ 'ਤੇ ਵੀ ਲੱਗੀਆਂ। ਤੇ ਤਸਵੀਰ ਕਿੱਦਾਂ ਦੀ ਲੱਗੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਦਾ ਰੂਪ ਕਹਿੰਦੇ ਇੱਕ ਭਿਖਾਰੀ ਦਾ ਬਣਾਇਆ ਉਹ, ਤੇ ਉਹ ਇਸ ਕਰਕੇ ਬਣਾਇਆ ਤਾਂ ਥੱਲੇ ਲਿਖਿਆ ਜੀ ਕੇਂਦਰ ਸਰਕਾਰ ਤੋਂ ਹਰ ਵਾਰੀ ਮੰਗਣ ਜਾਂਦੇ ਤਾਂ ਅਗਲੇ ਝੂਠਾ ਖਾਲੀ ਗੱਲ ਦਿੰਦੇ। ਹਾਲਾਂਕਿ ਮਨਪ੍ਰੀਤ ਬਾਦਲ ਨੇ ਮੈਨੂੰ ਨਹੀਂ ਲੱਗਦਾ ਕਿ ਆਪਦੇ ਹਲਕੇ ਦੇ ਵਿੱਚ ਕੋਈ ਐਸੀ ਗ੍ਰਾਂਟ ਦਿੱਤੀ ਹੈ ਜਿਹਦੇ ਤੋਂ ਇਹ ਇਲਜ਼ਾਮ ਲੱਗੇ ਕਿ ਭਾਈ ਵਿੱਤ ਮੰਤਰੀ ਨੇ ਆਪਦਾ ਹਲਕਾ ਤਾਂ ਸੁਥਰਾ ਕਰ ਲਿਆ ਤੇ ਬਾਕੀ ਸਾਰੇ ਪੰਜਾਬ ਦੇ ਵੱਲ ਨੂੰ ਵੇਖਿਆ ਹੀ ਨਹੀਂ। ਹੁਣ ਮਨਪ੍ਰੀਤ ਬਾਦਲ ਦੀਆਂ ਇਦਾਂ ਦੀਆਂ ਤਸਵੀਰਾਂ ਲੱਗਣੀਆਂ ਸ਼ਾਇਦ ਕਿਤੇ ਨਾ ਕਿਤੇ ਦੱਸਦੀਆਂ ਕਿ ਅਗਲੀ ਵਾਰੀ ਬਠਿੰਡੇ ਸ਼ਹਿਰੀ ਤੋਂ ਕੰਮ ਕਰ ਔਖਾ ਹੋ ਸਕਦਾ। ਤੇ ਜੇ ਇੱਕ ਪਾਸੇ ਇੱਕ ਕੈਬਨਿਟ ਮੰਤਰੀ ਕਹਿੰਦਾ ਕਿ ਭਾਈ ਮੈਂ ਸਰਕਾਰ ਤੋਂ ਸੱਜੇ ਖੱਬੇ ਹੋਣ ਫਿਰਦਾ, ਦੂਸਰੇ ਕੈਬਨਿਟ ਮੰਤਰੀ ਦੀਆਂ ਤਸਵੀਰਾਂ ਦੇ ਲੱਗਣ ਲੱਗ ਜਾਣ, ਤੇ ਤੀਸਰੇ ਕੈਬਨਿਟ ਮੰਤਰੀ ਦੀ ਇੱਕ ਵੀਡੀਓ ਸੱਜੇ ਖੱਬੇ 'ਚ ਆ ਜਾਏ, ਤਾਂ ਫਿਰ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਕੰਮ ਜਿਹੜਾ ਸੱਚੀ ਮੁੱਚੀ ਸੱਜੇ ਖੱਬੇ ਹੋਣ ਫਿਰਦਾ। ਨਹੀਂ ਉਹ ਗੱਲ ਠੀਕ ਹੈ, ਪਰ ਇੱਕ ਗੱਲ ਵਟਸਐਪ ਮੈਨੂੰ ਸਮਝ ਨਹੀਂ ਆਈ ਵੀ ਯਾਰ ਪਾਵਰ ਕਾਮ ਦੇ ਨਾਲ ਐਸੇ ਕਿਹੜੇ ਸਮਝੌਤੇ ਕਰ ਲਏ ਹੋਣਗੇ ਪਿਛਲੀ ਸਰਕਾਰ ਨੇ, ਜਿਹੜਾ ਹੁਣ ਮਤਲਬ ਇੰਨੇ ਤੰਗ ਨੇ ਵੀ ਉਹਦੇ 'ਤੇ ਕਰ ਕੁਛ ਨਹੀਂ ਸਕਦੇ। ਮਤਲਬ ਜਦੋਂ ਨਾ ਦੂਜੇ ਦਿਨ ਖਬਰ ਆਉਂਦੀ ਹੁੰਦੀ ਹੈ ਬਿਜਲੀ ਦੀ ਮੰਗ ਘਟੀ, ਮੈਨੂੰ ਪਤਾ ਲੱਗਦਾ ਲੈ ਹੁਣ ਅਗਲੇ ਦਿਨ ਜਿਹੜੀ ਖਬਰ ਆਉਣੀ ਭਲਾ ਕੀ ਹੈ, ਉਹਨਾਂ ਵੀ ਪਾਵਰ ਕੌਮ ਨੇ ਆਪਣੇ ਸਰਕਾਰੀ ਤਾਪ ਘਰ ਬੰਦ ਕੀਤੇ ਜੀ। ਅੱਛਾ, ਮੈਨੂੰ ਸਮਝ ਨਹੀਂ ਆਉਂਦੀ ਵੀ ਪ੍ਰਾਈਵੇਟ ਤੋਂ ਅਸੀਂ ਬੱਤੀ ਲੈਣੀ ਲੈਣੀ, ਆਪਣੇ ਅਸੀਂ ਬੰਦ ਕਰ ਲਈ। ਤੁਸੀਂ ਦੇਖੋ ਵੀ ਜਿਹੜੇ ਬੰਦੇ ਨੇ ਵੀ ਸਮਝੌਤਾ ਜਿਹਨੂੰ MOU ਕਹਿੰਦੇ ਨੇ, ਜਿਹੜਾ ਸਾਈਨ ਕਰਤਾ ਅਗਲੇ ਨੇ ਜੀ, ਉਹਦੇ 'ਚ ਯਾਰ ਜਦੋਂ ਅਗਲੇ ਬੰਦੇ ਸ਼ਰਤਾਂ ਰੱਖਦੇ ਸੀ ਤਾਂ ਕਿਸੇ ਦੇ ਸਮਝ ਨਾ ਆਈ ਵੀ ਯਾਰ ਇਹ ਕਿੰਨੇ ਸਾਲਾਂ ਲਈ ਆਪਾਂ ਕੀ ਲਿਖ ਕੇ ਦੇਣ ਲੱਗੇ। ਅੱਛਾ, ਮੰਨ ਲਓ ਮੰਨਾ ਕੀ ਮਨਾਓ ਤਾਂ ਸੀ ਮੈਂ ਲੱਗਾ ਦੱਸ, ਮੰਨ ਲਓ ਕਿ ਤੁਸੀਂ ਪਟਵਾਰੀ ਹੋ। ਅੱਛਾ, ਠੀਕ ਹੈ ਜੀ, ਤੁਸੀਂ ਪਟਵਾਰੀ ਹੋ ਤੇ ਤੁਹਾਨੂੰ ਸਰਕਾਰ ਕਹਿ ਦਿੰਦੀ ਆ ਕਿ ਭਾਈ ਸਟੇਸ਼ਨਰੀ ਵੀ ਖਰੀਦਣੀ ਹੈ, ਹੋਰ 20 ਚੀਜ਼ਾਂ ਹੈਗੀਆਂ, ਤੇ ਜਦੋਂ ਵੀ ਪਟਵਾਰੀ ਦੇ ਕੋਲੇ ਕੋਈ ਬੰਦਾ ਆਉਂਦਾ ਤੇ ਫੋਟੋ ਸਟੇਟ ਦੀ ਲੋੜ ਪੈਂਦੀ ਹੈ, ਤਾਂ ਫਿਰ ਪਟਵਾਰੀ ਕੀ ਕਰਦਾ? ਪਟਵਾਰੀ ਉਸ ਵੇਲੇ ਫਿਰ ਆਪਣੇ ਕਿਸੇ ਪੁੱਤ ਭਤੀਜੇ ਨੂੰ ਕਹਿੰਦਾ, ਨੇੜਲੇ ਨੂੰ ਕਹਿੰਦਾ, ਤੂੰ ਇੱਥੇ ਫੋਟੋ ਸਟੇਟ ਦੀ ਮਸ਼ੀਨ ਲਿਆ ਕੇ ਰੱਖ ਲਾ, ਉਹ ਖੂੰਜੇ ਜਾਂ ਦਰਖਤ ਟਾਹਲੀ ਦੇ ਥੱਲੇ ਕਨੈਕਸ਼ਨ, ਤੈਨੂੰ ਇੱਥੋਂ ਹੀ ਮੈਂ ਤਾਰ ਦੇ ਦੇਣੀ ਆ, ਗੱਲ ਕੋਈ ਨਹੀਂ। ਤੇ ਉਸ ਵੇਲੇ ਜੇ ਤੁਸੀਂ ਜਾਓਗੇ ਤੁਹਾਨੂੰ ਭਾਵੇਂ ਇੱਕ ਫੋਟੋ ਸਟੇਟ ਦੀ ਲੋੜ ਹੋਵੇ, ਪਟਵਾਰੀ ਸਿਰਫ 5 ਕਾਪੀਆਂ ਲੱਗਣੀਆਂ। ਉਹਨੇ ਕਹਿਣਾ ਫਿਰ ਮੈਂ ਹੁਣ ਫੋਟੋ ਇੱਥੇ ਟਾਹਲੀ ਥੱਲੇ ਮੁੰਡਾ ਫੋਟੋ ਬੜੀ ਖਰੀ ਸੁਥਰੀ ਫੋਟੋ ਸਟੇਟ ਕਰਦਾ, ਹੁਣੇ ਕਰਾ ਕੇ ਲਿਆ ਰੁਪਈਏ ਭਾਵੇਂ 2 ਵੱਧ ਲੈ ਲਿਆ, ਕਿੰਤੂ ਪ੍ਰੰਤੂ ਨਹੀਂ ਕਰਨਾ, ਨਹੀਂ ਤਾਂ ਤਹਿਸੀਲਦਾਰ ਸਾਹਿਬ ਜਾਣ ਵਾਲੀ ਆ। ਤੇ ਉਸ ਵੇਲੇ ਬੰਦਾ ਕਹਿੰਦਾ ਦੋਵੇਂ ਵੀ ਭਾਵੇਂ ਤੇਰੇ ਲੱਗ ਜਾਣ, ਕੱਲ੍ਹ ਨੂੰ ਗੱਡਾ ਨਹੀਂ ਮਾਰਨਾ ਇਹਦੇ ਨਾਲ ਨਾਲ। ਜਦੋਂ ਵੀ ਪਟਵਾਰੀ ਸਾਹਿਬ ਨੂੰ ਵੀ ਪਤਾ ਹੁੰਦਾ ਕਿ ਭਾਈ ਮੈਨੂੰ ਹੁਣ 1 ਨਹੀਂ 2 ਨਹੀਂ 3 ਪਟਵਾਰੀਆਂ ਦਾ ਕੰਮ ਕਰਨਾ ਪੈਣਾ, ਜਰੀਬ ਖਿੱਚਣ ਵਾਲਾ ਬੰਦਾ ਵੀ ਦੇ ਨਾਲ ਚਾਹੀਦਾ, ਕਿਉਂਕਿ ਅੱਜ ਕੱਲ੍ਹ ਬੜੇ ਪਟਵਾਰੀ ਜਿਹੜੇ ਜਰੀਬ ਥੋੜ੍ਹੀ ਖਿੱਚਣੀ, ਜਿਹਦੇ ਨਾਲ ਮਿਣਤੀ ਹੋਣੀ ਆ ਥਾਂ ਦੀ। ਉਹ ਬੰਦਾ ਵੀ ਪਟਵਾਰੀ ਸਾਹਿਬ ਇੱਦਾਂ ਦਾ ਹੀ ਰੱਖਦੇ ਆ, ਤੇ ਉਸ ਬੰਦੇ ਨੂੰ ਸਾਰਾ ਕੁਝ ਪਤਾ ਹੁੰਦਾ ਕਿ ਮੈਂ ਪਿੱਛੋਂ ਕਿੰਨੇ ਲਏ ਆ, ਪਟਵਾਰੀ ਸਾਹਿਬ ਨੂੰ ਕਿੰਨੇ ਦਿੱਤੇ ਆ। ਮੈਂ ਕਿਹਾ ਮੈਂ ਟਾਈਮ ਵੇਖ ਲਾ ਵਿੱਚ ਵਿੱਚ, ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਹੁਣ ਸਟੂਡੀਓ ਤੋਂ ਬਾਹਰ ਆ, ਉੱਥੇ ਤੇ ਬੰਦੇ ਆਪਾਂ ਨੂੰ ਦੱਸਣ ਵਾਲੇ ਹੁੰਦੇ, ਇੱਥੇ ਤੇ ਆਪਾਂ ਮਤਲਬ ਆਪਣੇ ਹਿਸਾਬ ਨਾਲ ਦੱਬੀ ਹੋਣੀ ਕਿੱਲੀ ਨਾ, ਇਹ ਨਹੀਂ ਟਾਈਮ, ਨਹੀਂ ਤਾਂ ਟਾਈਮ ਹੀ ਦੱਸੂ ਵੇ। ਨਹੀਂ ਨਹੀਂ ਮੈਂ ਨਹੀਂ, ਤੁਸੀਂ ਟਾਈਮ ਰੱਖ ਲਓ ਫੇ। ਉਹ ਯਾਰ ਭਰਾਵਾ ਤੂੰ ਗਾਲੀ ਪਏ ਨਾ ਗਰੀਬ, ਲੈ ਗਰੀਬ ਆ ਦੇਖ ਲੈ ਕਹਿ ਦੇ ਗਰੀਬ, ਜੇ ਗਰੀਬ ਨੂੰ ਕੁਛ ਦਿਓ ਨਹੀਂ ਗਰੀਬ ਗਾਲੀ ਪਊਗਾ ਤੁਹਾਡੇ। ਮੈਂ ਪਤਾ ਕਹਿਣ ਲੱਗਿਆ, ਮੈਂ ਕਹਿੰਦਾ ਵੀ ਆਪਾਂ ਇਹ ਕਿਸੇ ਨੂੰ ਨਹੀਂ ਦੱਸਣਾ ਵੀ ਇਸ ਕੈਮਰੇ ਦੇ ਉਸ ਪਾਰ ਜੀ ਅੱਜ ਅਸੀਂ ਕੈਮਰਾਮੈਨ ਕਿਹਨੂੰ ਬਣਾ ਬਿਠਾਇਆ, ਬਿਲਕੁਲ ਨਹੀਂ ਦੱਸ, ਨਾਲੇ ਮਾਲਕਾਂ ਦੇ ਕੰਮ ਥੋੜੀ ਹੁੰਦੇ ਇੱਦਾਂ ਦੇ। ਉਹ ਹੋਊਗਾ ਕੋਈ ਪ੍ਰਾਈਮ ਏਸ਼ੀਆ ਟੀਵੀ ਦੇ ਮਾਲਕ ਯਾਰ, ਕੋ ਅਮਨ ਖਟਕਰ। ਉਹ ਦੇਖੋ ਗੱਲ ਬੜੀ ਸਿੱਧੀ ਪੱਧਰੀ, ਅਗਲੇ ਕਹਿੰਦੇ ਹੁੰਦੇ ਆ ਕਿ ਲਾਈਨ ਸਿਰ ਟਾਈਮ ਸਿਰ ਹੋ ਕੇ ਕੰਮ ਸਾਰਾ ਕਰਨਾ। ਜੇ ਕਮੀ ਪੇਸ਼ੀ ਕੋਈ ਆ ਗਈ ਨਾ, ਨਿਕਲ ਆਈ ਕੋਈ ਜੀ, ਫਿਰ ਹੁਣ ਆਪਾਂ ਕਹਿ ਥੋੜਾ ਸਕਦੇ ਕੋਈ ਨਹੀਂ। ਮੈਂ ਤਾਂ ਇੱਕ ਗੱਲ ਹੋ ਸੋਚਦਾ ਹੁੰਦਾ, ਇੱਕ ਵਾਰੀ ਨਾ ਪੰਜਾਬ ਦੀ ਇੱਕ ਸਿਆਸੀ ਪਾਰਟੀ ਜਿਹੜੀ ਉਹ ਪਤਾ ਨਹੀਂ ਹਰ ਗਈ ਤੇ ਪਤਾ ਨਹੀਂ ਜਿੱਤ ਗਈ, ਤੇ ਉਹ ਆਪਣੇ ਸਾਰੇ ਵੱਡੇ ਲੀਡਰਾਂ ਨੂੰ ਪੰਜਾਬ ਤੋਂ ਬਾਹਰ ਲੈ ਕੇ ਚਿੰਤਨ ਮੰਥਨ ਕਰਨਾ, ਤੇ ਉਹਨਾਂ ਨੇ ਤਾਂ ਚਿੰਤਨ ਮੰਥਨ ਕੀਤਾ ਸੀ ਪਾਣੀ ਵਾਲੇ ਸਕੂਟਰ ਚਲਾ ਕੇ, ਗੋਆ ਲਾ ਕੇ, ਆਹੋ ਕਿਸ਼ਤੀਆਂ ਚਲਾ ਕੇ। ਪਤਾ ਨਹੀਂ ਲੋਕ ਉੱਥੇ ਆਖੀ ਜਾਣ ਯਾਰ ਇਹ ਵਾਹਵਾ ਸਾਰੇ ਬੰਦੇ ਆਏ ਨੇ ਨੀਲੇ ਰੰਗ ਦੇ ਕਿਉਂ। ਹਾਂ, ਤੇ ਜਦੋਂ ਫਿਰ ਸਾਡੇ ਮਾਲਕ ਸਾਨੂੰ ਲੈ ਕੇ ਜਾਂਦੇ ਆ ਕਿ ਆਪਾਂ ਚਿੰਤਨ ਮੰਥਨ ਕਰਨ ਜਾਣਾ, ਤਾਂ ਪਹਿਲਾਂ ਕਿਤੇ ਫੋਕਸ ਕਰੋ ਤੇ
ਤੁਸੀਂ ਚੱਲਦੇ ਕੈਮਰੇ ਦਾ ਲਾਹਾ ਲੈ ਰਹੇ ਹੋ, ਮੈਨੂੰ ਫਿਕਰ ਇਹ ਪੈ ਗਿਆ ਵੀ ਜਦੋਂ ਇਹ ਬੰਦ ਹੋਣਾ ਹੈ ਤੇ ਫਿਰ ਟਾਈਮ ਹੀ ਦੱਸੋ। ਨਹੀਂ ਫਿਰ ਮੈਂ ਤੇ ਇਹੋ ਕਹਿਣਾ ਵੀ ਭਾਜੀ ਮੈਂ ਕੁਛ ਨਹੀਂ ਸੀ ਕਿਹਾ, ਆ ਗਰੀਬ ਬੰਦੇ ਦੇ ਕੰਮ ਸਾਰੇ। ਇਹ ਕੰਮ ਹੋਰ ਹੁੰਦਾ ਨਾ, ਮਤਲਬ ਜਿਹੜੇ ਜਵਾਕ ਮਾੜੇ ਹੁੰਦੇ ਜਦੋਂ ਪਤਾ ਵੀ ਮੇਰੇ ਵਜਣੀਆਂ ਵਜਣੀਆਂ, ਮਾਸਟਰ ਜਿਹੜਾ ਉਹ ਆਪਣੇ ਕਲਾਸ 'ਚ ਜੇ ਵੜਦਾ ਮਗਰੋਂ ਪਹਿਲਾਂ ਹੀ ਟਾਈਮ ਨਾਲ ਹੀ ਘੇਰੇ ਘੇਰੇ ਆ ਜਾਂਦਾ ਵੀ ਯਾਰ ਮੈਨੂੰ ਕੁੱਕੜ ਬਣਾ ਦਿਓ ਨੁਕਰੇ, ਬਾਕੀਆਂ ਨੇ ਤੁਸੀਂ ਆਪ ਹਿਸਾਬ ਦਾ ਕਰ। ਨਹੀਂ ਤੁਸੀਂ ਤਾਂ ਕੁੱਕੜ ਬਣ ਵੀ ਜਾਓਗੇ, ਮੇਰੇ ਵਰਗੇ ਕੁੱਕੜ ਵੀ ਨਹੀਂ ਬਣੇ ਜਾਣਾ, ਮੈਂ ਪਹਿਲੇ ਕੂਣੀਆਂ ਦੀਆਂ ਅੱਖਾਂ 'ਚ ਵਸਾ ਲਓ, ਮੈਂ ਤਾਂ ਮੇਰੀ ਮੰਮੀ ਮੰਮਾ ਕੂੜਾ ਚਾਹੀਏ ਮੰਮੀ, ਮੇਰਾ ਤਾਂ ਢਿੱਡ ਦੋ ਦਾ ਸਾਰਾ ਹਿੱਲ ਨਹੀਂ। ਮੇਰੀ ਗੱਲ ਸੁਣੋ ਯਾਰ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਅਸੀਂ ਧਰਨੇ ਲਾਵਾਂਗੇ, ਭਾਈ ਗੁੰਡਾ ਟੈਕਸ ਦੇ ਖਿਲਾਫ ਤੂੰ ਕਹਿੰਦੇ ਗੁੰਡਾ ਟੈਕਸ ਲੱਗਦਾ ਰੇਤ ਬਜਰੀ ਤੇ, ਮੈਨੂੰ ਸਮਝ ਨਹੀਂ ਆਉਂਦੀ ਵੀ ਯਾਰ ਰੇਤ ਬਜਰੀ ਇੰਨੀ ਸਸਤੀ ਤਾਂ ਹੈਗੀ ਹੈ, ਇਹ ਤੇ ਗੁੰਡੇ ਟੈਕਸ ਵਾਲੀ ਕਿਹੜੀ ਗੱਲ ਆ ਗਈ ਹੈ। ਦੇਖੋ ਕਿੰਨਾ ਵਧੀਆ ਕੰਮ ਹੋ ਗਿਆ ਨਾ, ਆਮ ਆਦਮੀ ਪਾਰਟੀ ਨੂੰ ਸੋਚ ਹੀ ਨਹੀਂ। ਪਹਿਲਾਂ ਕੀ ਹੁੰਦਾ ਸੀ, ਕਿਸੇ ਬੰਦੇ ਨੇ ਘਰ ਬਣਾਉਣਾ, ਕੋਈ ਚੁੱਲ੍ਹਾ ਚੌਂਕਾ ਬਣਾਉਣਾ, ਕੋਈ ਛੱਤ ਨਾ ਕੁਛ ਨਾ ਕੁਛ, ਤੇ ਉਹਨੇ ਰੇਤਾ ਲੈਣ ਜਾਣਾ, ਪਹਿਲਾਂ ਤਾਂ ਆਲੇ ਦੁਆਲੇ ਦੋ ਤਿੰਨ ਦਿਨ ਪਹਿਲਾਂ ਲੋਕਾਂ ਦਾ ਮਿੰਤ ਤਰਲਾ ਕਰਨਾ ਕਿ ਫਲਾਨਾ ਸਿਆ ਤੂੰ ਵੀ ਨਾਲ ਚੱਲੀ ਵੀ ਆਪਾਂ ਰੇਤਾ ਲੈਣ ਜਾਣਾ, ਫਿਰ ਟਰੈਕਟਰ ਟਰਾਲੀ ਲੈ ਕੇ ਜਾਣੀ, ਆਪ ਰੇਤਾ ਭਰਨੀ, ਆਪ ਟਰਾਲੀ ਚਲਾ ਕੇ ਲਿਆਉਣੀ, ਆਪ ਘਰ ਆ ਕੇ ਰੇਤਾ ਲਾਉਣੀ, ਤਾਂ ਫਿਰ ਲੋਕਾਂ ਰੋਟੀਆਂ ਖਵਾਉਣੀਆਂ ਨੇ ਨਾਲ ਲੈ ਕੇ। ਹੁਣ ਵਧੀਆ ਕਿ ਨਹੀਂ ਕੰਮ, ਉਦੋਂ ਭਾਵੇਂ ਪੈਸਾ ਕੋਈ ਨਾ, ਹੁਣ 7,000 ਦੀ ਟਰਾਲੀ ਹੋਊਗੀ, ਅਗਲੇ ਘਰ ਛੱਡ ਕੇ ਜਾਂਦੇ ਤੇ ਲਾ ਕੇ ਜਾਂਦੇ ਨਾਲੇ, ਐਂ ਕਰਕੇ ਮਸ਼ੀਨ ਭਰ ਕੇ ਪਾਉਂਦੀ ਹੈ, ਹਾਂ ਤੇ ਐਂ ਕਰਕੇ ਟਰਾਲੀ ਉੱਥੇ ਲਾ ਦਿੰਦੀ ਹੈ, ਐਂ ਲਾ ਦਿੰਦੀ ਹੈ, ਕੰਮ ਕਿੰਨਾ ਸੌਖਾ, ਕੰਮ ਕਿੰਨਾ ਸੌਖਾ। ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਮਝ ਹੀ ਨਹੀਂ ਕਿ ਲੋਕ ਕਿੰਨੇ ਸੌਖੇ ਕਰਤੇ, ਕਿੰਨੇ ਸੁਖਾਲੇ ਕਰਤੇ। ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕੀ ਹੈ, ਉਹ ਕਹਿੰਦੇ ਜੀ ਖਰੜ ਦੇ ਇਲਾਕੇ 'ਚ ਮੁਬਾਰਕਪੁਰ ਦਾ ਇੱਕ ਹਲਕਾ ਜਿਹਾ ਖੇਤਾ ਛੋਟਾ ਜਿਹਾ, ਉੱਥੇ ਲੱਗੇ ਆ ਬਹੁਤ ਸਾਰੇ ਕ੍ਰੈਸ਼ਰ, ਉਹ ਕ੍ਰੈਸ਼ਰ ਦਾ ਜਿਹੜਾ ਰਾ ਮਟੀਰੀਅਲ ਹੈ, ਕੱਚਾ ਮਾਲ ਹੈ, ਜਿੱਥੋਂ ਫਿਰ ਬਜਰੀ ਗੁਜਰੀ ਬਣਨੀ ਹੁੰਦੀ ਹੈ ਵੱਡੇ ਪੱਥਰਾਂ ਤੋਂ ਜਾਂ ਕਿਸੇ ਵੀ ਚੀਜ਼ ਤੋਂ, ਉਹ ਸਾਰਾ ਕੁਝ ਆਉਂਦਾ ਹਰਿਆਣੇ ਤੋਂ। ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਜਿਹੜਾ ਉਹ ਸਮਾਨ ਹਰਿਆਣੇ ਤੋਂ ਆਉਂਦਾ, ਉਹ ਕ੍ਰੈਸ਼ਰਾਂ ਤੱਕ ਪਹੁੰਚਣ ਤੋਂ ਪਹਿਲਾਂ ਜਦੋਂ ਸੜਕਾਂ ਤੇ ਹੁੰਦਾ ਤੇ ਰਾਹ ਦੇ ਵਿੱਚ ਇੱਕ ਤੰਬੂ ਜਿਹਾ ਲਾ ਕੇ 2 ਨੰਬਰ 'ਚ, ਤੇ ਉਹ ਫਿਰ ਇੱਕ ਇੱਕ ਟਰਾਲੀ ਤੋਂ 1500 ਤੋਂ ਲੈ ਕੇ 3000 ਰੁਪਈਏ ਤੱਕ 2 ਨੰਬਰ 'ਚ ਵਸੂਲਦੇ ਆ। ਗੁੰਡਾ ਟੈਕਸ ਕਹਿ ਲਓ, ਡੰਡਾ ਟੈਕਸ ਕਹਿ ਲਓ, ਧੱਕਾ ਟੈਕਸ ਕਹਿ ਲਓ, ਜੋ ਮਰਜ਼ੀ ਟੈਕਸ ਕਹਿ ਲਓ। ਨਹੀਂ ਇਹ ਤਾਂ ਹੋ ਗਿਆ ਵੀ ਨਾਂ ਤੁਸੀਂ ਰੱਖ ਲਿਆ ਜੀ, ਤੇ ਜੇ ਇਹਨੂੰ ਆਪਾਂ ਇੱਦਾਂ ਕਹਿ ਲਈ ਕਿ ਵੋਟਾਂ ਦੀ ਤਿਆਰੀ ਟੈਕਸ, ਆਹ ਤੇ ਫਿਰ ਕੀ ਹੈ, ਵੀ ਗਲਤ ਨਹੀਂ ਹੋਇਆ, ਯਾਨੀ ਦਰਵਾਜ਼ਾ ਮਾੜ ਜਾਂ ਖੋਲ ਕੇ ਫੜਾਇਆ ਗਿਆ ਬੋਤਲ ਟੈਕਸ, ਹਾਂ ਮਤਲਬ ਜਾਂ ਫਿਰ ਐਨ ਆਖਰੀ ਰਾਤ ਝੀਥਾਂ ਨਹੀਂ ਫੜਾਏ 5 ਗੁਲਾਬੀ ਨੋਟ ਟੈਕਸ, ਜਾਂ ਫਿਰ ਇਹ ਵੀ ਹੋ ਸਕਦਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਗਏ ਵੱਡੇ ਵੱਡੇ ਰੋਡ ਸ਼ੋਅ ਟੈਕਸ, ਹਾਂ ਜਾਂ ਫਿਰ ਇਹ ਵੀ ਹੋ ਸਕਦਾ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕੀਤੀਆਂ ਗਈਆਂ ਵੱਡੀਆਂ ਰੈਲੀਆਂ ਟੈਕਸ, ਜਾਂ ਰੈਲੀਆਂ ਤੋਂ ਬਾਅਦ ਪੇਟੀਆਂ ਟੈਕਸ, ਹਾਂ ਮਤਲਬ ਜਿਹੜੇ ਬੰਦਾ ਉਹ ਕਹਿੰਦਾ ਵੀ ਅੱਜ ਨਾ ਵੀ ਸਾਡਾ ਚਾਚਾ ਕਹਿੰਦਾ ਕਿੱਥੇ ਗਿਆ, ਉਹ ਕਹਿੰਦਾ ਵੀ ਫਲਾਣੇ ਸਰ ਰੇਲੀ ਤੇ ਗਿਆ ਹੈ, ਕਹਿੰਦਾ ਰੇਲੀ ਦੇ ਗਿਆ ਹੈ ਤੇ ਫਿਰ ਆਇਆ ਕਿ ਉਹਨੂੰ ਕਹਿੰਦਾ ਉਹਨਾਂ ਨੇ ਘਰੇ ਛੱਡ ਕੇ ਜਾਣਾ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿਸ ਹਿਸਾਬ ਨਾਲ ਰੋਲੀ ਪੋਲੀ ਹੋਇਆ ਹੋਣਾ ਨਾ, ਆਪ ਨੀ ਆਇਆ ਜਾਣਾ ਉਹਦੇ ਕੋਲ। ਨਹੀਂ ਫਿਰ ਇਹ ਵੀ ਪੁੱਛਦੇ ਹੁੰਦੇ ਨੇ ਕਿ ਉਹ ਰੇਲੀ ਤੇ ਗਿਆ ਤੇ ਤੂੰ ਨੀ ਗਿਆ, ਉਹ ਮੈਂ ਕੱਲ ਦਾ ਰੇਲੀ ਤੇ ਗਿਆ ਸੀ, ਮੈਂ ਰਿਆਲਾ ਬਹੁਤ ਹੀ ਹੋ ਗਿਆ ਸੀ, ਨਾਲੇ ਮੈਂ ਕੋਟਾ ਰੱਖ ਲਿਆ, ਆਹ ਦੇਖ ਮੰਜੇ ਥੱਲੇ ਜੇ ਪੀਟੀ ਪਈ, ਮਤਲਬ ਉਹ ਟੈਕਸ ਟੈਕਸ। ਹੁਣ ਆਪਾਂ ਆਉਂਦੇ ਹਾਂ ਕਿ ਟੈਕਸ ਦਾ ਰੌਲਾ ਕੀ ਸੀ। ਪਿਛਲੇ ਦਿਨਾਂ ਦੇ ਵਿੱਚ ਮੁਬਾਰਕਪੁਰ ਇਲਾਕੇ ਜਿਹੜੇ ਕ੍ਰੈਸ਼ਰ ਮਾਲਕ ਸੀ, ਉਹਨਾਂ ਨੇ ਅਚਾਨਕ ਪਹਿਲਾਂ ਤਾਂ ਪੁਲਿਸ ਵਾਲਿਆਂ ਨੂੰ ਵੱਡੇ ਅਧਿਕਾਰੀਆਂ ਨੂੰ ਜਾ ਕੇ ਲਿਖਤੀ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਕਿ ਭਾਈ ਆਹ ਵੇਖੋ ਸਾਡੇ ਨਾਲ ਹੁੰਦਾ ਧੱਕਾ ਇੱਦਾਂ ਔਖਾ, ਕਾਰਵਾਈ ਕੋਈ ਨਹੀਂ ਹੋਈ ਤਾਂ ਉਹਨਾਂ ਨੇ ਕ੍ਰੈਸ਼ਰ ਬੰਦ ਕਰਤੇ, ਕ੍ਰੈਸ਼ਰ ਬੰਦ ਕਰਤੇ ਤਾਂ ਭਾਅ ਉੱਪਰ ਨੂੰ ਚਲੇ ਗਿਆ। ਫਿਰ ਉਹਦੇ ਤੋਂ ਬਾਅਦ ਅਧਿਕਾਰੀਆਂ ਦੀ ਡਿਊਟੀ ਲੱਗੀ, ਡਿਊਟੀ ਲੱਗੀ ਕਿ ਭਾਈ ਇਹ ਸਾਰਾ ਕੰਮ ਬੰਦ ਤੰਬੂ ਤੰਬੂ ਪੱਟ ਦਿੱਤੇ। ਹੁਣ ਉਹਦੇ ਤੋਂ ਇੱਕ ਵਾਰ ਫਿਰ ਬਾਅਦ ਵਿੱਚ ਉਹੀ ਰੌਲਾ ਪੈ ਗਿਆ ਕਿ ਭਾਈ ਗੁੰਡਾ ਟੈਕਸ ਚੱਲੀ ਜਾਂਦਾ। ਹੁਣ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਆਮ ਲੋਕਾਂ ਦਾ ਜੀਣਾ ਹਰਾਮ ਹੋ ਗਿਆ, ਕੋਈ ਚੁੱਲ੍ਹਾ ਚੌਂਕਾ ਬਣਾ ਨਹੀਂ ਸਕਦਾ, ਛੱਤ ਕੋਠੇ ਤੇ ਪਾ ਨਹੀਂ ਸਕਦਾ, ਪੱਕੀ ਕਵਤਾ ਲਿਖਣ ਲੱਗ ਨਾਲ ਨਾਲ ਆਮਦ ਹੋਈ ਨਾ। ਨਹੀਂ ਇੱਕ ਵਾਰ ਫਿਰ ਆ ਗਏ, ਨਹੀਂ 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 ਕੋਈ ਚੁੱਲ੍ਹਾ ਚੌਂਕਾ ਬਣਾ ਨਹੀਂ ਸਕਦਾ, ਛੱਤ ਪੱਕੀ ਕੋਠੇ ਤੇ ਪਾ ਨਹੀਂ ਸਕਦਾ। ਆਹਾ ਕਿਆ ਲਿਖਿਆ, ਹਾਂ ਕਿਆ ਛੱਤ ਪਾਈ ਅੱਗੇ। ਹੁਣ ਅੱਗੇ ਨੀ ਪਤਾ ਕੀ ਹੈ, ਅੱਗੇ ਤੁਸੀਂ ਹੋਰ ਕਹਿ ਦਿਓ, ਮਤਲਬ ਕੋਲੋਂ ਪੈਸੇ ਖਰਚ ਕੇ ਨਲਕਾ ਲਵਾ ਨਹੀਂ ਸਕਦਾ, ਤੇ ਫਿਰ ਗੁਆਂਢੀਆਂ ਦੇ ਮਤਲਬ ਨਲਕੇ ਤੋਂ ਪਾਣੀ ਡਾ ਨਹੀਂ ਸਕਦਾ। ਮਹਾਰਾਜ ਮੁੜ ਕੇ ਪਤਾ ਕੀ ਹੁੰਦਾ ਹੁੰਦਾ, ਉਹ ਕੋਈ ਸੱਜਣ ਆਉਂਦਾ ਸੀ ਤਾਂ ਬਹੁਤੇ ਚੰਗੇ ਹਾਲਾਤ ਨਾਲ, ਤੇ ਉਹ ਕਵਿਤਾ ਵਗੈਰਾ ਅਕਸਰ ਸੁਣਾਉਂਦੇ ਰਹਿੰਦੇ ਹੁੰਦੇ। ਉਹ ਫਿਰ ਕਹਿੰਦੇ ਜੀ ਤੁਸੀਂ ਕਿੱਥੋਂ ਆਏ ਆ ਵੀ ਜਾਣੀ ਤੁਹਾਨੂੰ ਘਰ ਛੱਡਿਓ, ਕਹਿੰਦੇ ਕੋਈ ਗੱਲ ਨਹੀਂ ਘਰੋਂ ਹੀ ਆਇਆ, ਚਲੋ ਦੇਖੋ ਆਪਾਂ ਹੁਣ ਬਹੁਤਾ ਇਧਰਲੇ ਪਾਸੇ। ਹੁਣ ਰੌਲਾ ਕੀ ਪਿਆ, ਰੌਲਾ ਇਹ ਪੈ ਗਿਆ ਕਿ ਆਮ ਆਦਮੀ ਪਾਰਟੀ ਹੁਣ ਸਾਹਮਣੇ ਆ ਰਹੀ ਹੈ, ਚੰਗੀ ਗੱਲ ਹੈ, ਪਰ ਇਸ ਮੌਕੇ ਦੇ ਉੱਤੇ ਬਾਕੀ ਪਾਰਟੀਆਂ ਕਿੱਥੇ ਨੇ, ਇਸ ਮੌਕੇ ਦੇ ਉੱਤੇ ਲੋਕ ਕਿੱਥੇ ਨੇ। ਠੀਕ ਹੈ ਆਮ ਆਦਮੀ ਪਾਰਟੀ ਦੇ ਸਿਆਸੀ ਮੁਫਾਦ ਹੋਣਗੇ, ਆਮ ਆਦਮੀ ਪਾਰਟੀ ਅੱਗੇ ਨੂੰ ਆਉਣਾ ਚਾਹੂਗੀ, ਪਰ ਜੇ ਅਕਾਲੀ ਦਲ ਚਾਹੁੰਦਾ ਹੈ, ਜੇ ਬੀਜੇਪੀ ਚਾਹੁੰਦੀ, ਅਕਾਲੀ ਦਲ ਚਾਹੁੰਦਾ ਸਾਡਾ ਉਭਾਰ ਹੋਵੇ, ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਅਸੀਂ ਆਪਣੇ ਦਮ ਤੇ ਪੰਜਾਬ ਦੇ ਉੱਤੇ ਸਰਕਾਰ ਸਰਕੂਰ ਬਣਾਈਏ, ਤੇ ਲੋਕ ਚਾਹੁੰਦੇ ਆ ਕਿ ਸਾਡਾ ਇਹਨਾਂ ਸਾਰੀਆਂ ਗੱਲਾਂ ਤੋਂ ਕੰਮਾਂ ਤੋਂ ਕਿਤੇ ਰਾਹਤ ਮਿਲੇ,
ਭਾਈ ਰਾਹਤ ਇੱਦਾਂ ਨਹੀਂ ਮਿਲਣੀ, ਸਰਕਾਰਾਂ ਇੱਦਾਂ ਨਹੀਂ ਬਣਨੀਆਂ। ਜੇ ਸੱਚੀ ਮੁੱਚੀ ਕਿਤੇ ਗੁੰਡਾ ਡੰਡਾ ਟੈਕਸ ਚੱਲਦਾ ਤਾਂ ਠੋਕ ਵਜਾ ਕੇ ਸਾਹਮਣੇ ਆਉਂਦੇ ਕਿ ਆਉਂਦੇ। ਤੁਹਾਡੇ ਇਹਨਾਂ ਸਵਾਲਾਂ ਦਾ ਜਵਾਬ ਜੀ ਮੈਂ ਹੁਣੇ ਦੇ ਦਿੰਦੇ ਮੰਨੋਗੇ? ਮੈਂ ਕਿਹਾ ਜੋ ਕਾਂਗਰਸ ਪਾਰਟੀ ਸਾਹਮਣੇ ਕਿਉਂ ਨਹੀਂ ਆਉਂਦੀ ਤੁਹਾਨੂੰ ਪਤਾ ਲੱਗ ਗਿਆ ਜੀ, ਕਿਉਂਕਿ ਉਹਨਾਂ ਦੀ ਸਰਕਾਰ ਰਹੀ। ਅਕਾਲੀ ਦਲ ਵਾਲੇ ਕਿਉਂ ਨਹੀਂ ਆਉਂਦੇ? ਕਿਉਂਕਿ ਉਹਨਾਂ ਦੀ ਆ ਸਕਦੀ ਹੈ 2022 ਚ, ਅੱਜ ਉਹ ਕੰਮ ਕਰਨਗੇ ਤਾਂ ਕੱਲ ਨੂੰ ਫਿਰ। ਹਾਂਜੀ, ਤੇ 17 ਤੋਂ ਪਹਿਲਾਂ ਉਹਨਾਂ ਦੀ ਸੀ ਜੀ, ਤੇ ਜਿਹਨਾਂ ਦੀ ਸਰਕਾਰ ਹੋਵੇ ਫਿਰ ਆਹ, ਹੈ ਨਾ। ਭਾਜਪਾ ਵਾਲੇ ਕਿਉਂ ਨਹੀਂ ਬੋਲਦੇ? ਕਿਉਂਕਿ ਉਹ 2022 ਨੂੰ ਆਪਣੇ ਸਿਰ ਸਰਕਾਰ ਬਣਾਉਣ ਨੂੰ ਫਿਰਦੇ ਆ, ਤੇ ਫਿਰ ਸੋਖਣਾ ਜਿਹੜੇ ਸੰਤਰੀ ਜਾਗਟਾਂ ਵਾਲੇ ਪੰਜਾਬ ਦੇ ਉਹਨਾਂ ਦੇ ਲੀਡਰ ਸਾਹਿਬਾਨ ਨੇ, ਉਹਨਾਂ ਨੂੰ ਤੇ ਪਤਾ ਨਾ ਵੀ ਲੈ ਯਾਰ ਜਦੋਂ ਫਲਾਨਾ ਬੰਦਾ ਇਸ ਪਾਰਟੀ ਵਾਲਾ ਹੁੰਦਾ ਸੀ ਨਾ, ਆਹ ਫਿਰ ਜਿਹੜਾ ਟਿੱਪਰ ਜਿਹਾ ਧੂੰਆਂ ਜਿਹਾ ਪੁੱਟਦਾ ਜਾਂਦਾ, ਇਹ 5-4 ਉਹਦੇ ਆ। ਮੈਂ ਤੁਹਾਨੂੰ ਦੱਸਾਂ ਗੱਲ, ਕੋਈ ਗੱਲ ਨਹੀਂ, ਸਾਡੀ ਫੁੱਲਾਂ ਵਾਲੀ ਸਰਕਾਰ ਆ ਰਹਿਣ ਦੇ, ਅਸੀਂ ਵੀ ਟਿੱਪਰ ਪਾ ਦਿੰਦੇ, ਅਸੀਂ ਵੀ ਟਿੱਪਰ ਪਾ। ਉਹਨਾਂ ਨੂੰ ਆਸ ਆ, ਬਿਲਕੁਲ ਠੀਕ ਹੈ। ਰਹੀ ਗੱਲ ਲੋਕਾਂ ਦੀ, ਲੋਕ ਕਹਿੰਦੇ ਭਰਾਵਾ ਅਸੀਂ ਕਿਉਂ ਲੈਣਾ ਜੇ ਕਿਸੇ ਨਾਲ ਪੰਗਾ ਲਿਆ। ਤੁਸੀਂ ਦੇਖੋ, ਪੰਗਾ ਜੇ ਪੈ ਜਾਵੇ ਤੇ ਮੁੱਖ ਮੰਤਰੀ ਸਾਹਿਬ ਦੇ ਮੰਤਰੀ ਦੀ ਪਿੱਠ ਤੇ ਨਹੀਂ ਖੜਦੇ, ਸਾਡਾ ਤਾਂ ਕਿਸੇ ਵੈਸੇ ਪਤਾ ਨਹੀਂ ਲੈਣਾ। ਨਾਲੇ ਮੈਂ ਕਹਿੰਦਾ ਵੋਟ ਤੇ ਆਪਾਂ ਸਰਪੰਚ ਸਾਹਿਬ ਦੇ ਕਹਿਣ ਤੇ ਪਾ ਦਿੱਤੀ, ਕਿਉਂਕਿ ਠਾਣੇ ਉਹਨੇ ਜਾਣਾ ਨਾਲ। ਨਹੀਂ, ਇਹ ਗੱਲ ਠੀਕ ਆ ਤੁਹਾਡੀ। ਲੋਕਾਂ ਨੂੰ 2-4 ਗੱਲਾਂ ਹੋਰ ਵੀ ਪਤਾ। ਲੋਕ ਕਹਿੰਦੇ ਕਿ ਪਹਿਲਾਂ ਤਾਂ ਦਿੱਲੀ ਇੱਕ ਲੀਡਰ ਆਇਆ ਸੀ ਤੇ ਉਹਨੇ ਆ ਕੇ ਕਹਿਤਾ ਕਿ ਆਪਣੇ ਘਰਾਂ ਦੇ ਮੂਹਰੇ ਸਟicker ਲਾ ਦਿਓ, ਆਪਣੀ ਫੇਸਬੁੱਕ ਦੇ ਉੱਤੇ ਆ ਫੋਟੋ ਲਾ ਦਿਓ ਕਿ ਫਲਾਨਾ ਬੰਦਾ ਆ ਵੇਚਦਾ, ਤੇ ਮੁੜ ਕੇ ਇੱਕ ਸਫੇ ਦੀ ਮਾਂ ਕੇ ਮਾਫੀ ਮੰਗਿਆ ਸੀ ਤੇ ਲੋਕ ਹੁਣ ਗਏ ਤੋਂ ਮਾਫੀ ਮੰਗਣ। ਦੂਸਰੀ ਗੱਲ, ਲੋਕਾਂ ਨੂੰ ਇਹ ਵੀ ਪਤਾ ਕਿ ਜਦੋਂ ਪੰਜਾਬ ਦੇ ਕੁਝ ਇੱਕ ਜ਼ਿਲ੍ਹਿਆਂ 'ਚ ਨਸ਼ਾ ਵਿਰੋਧੀ ਕਮੇਟੀਆਂ ਬਣ ਗਈਆਂ ਕਿ ਅਸੀਂ ਬੰਦੇ ਆਪ ਫੜਨੇ ਆ, ਉਹਨਾਂ ਦੇ ਵਿੱਚੋਂ ਇੱਕ ਅੱਧੇ 2 ਬੰਦਿਆਂ ਦੇ ਗੋਲੀਆਂ ਵੀ ਲੰਘਾਤੀਆਂ ਸੀ, ਲੋਕ ਵੀ ਕਹਿੰਦੇ ਬਾਈ ਚੁੱਪੀ ਕਰ ਜਾਓ, ਹਰ ਇੱਕ ਬੰਦਾ ਮਨਜੀਤ ਸੂ ਧਨੇਰ ਥੋੜ੍ਹੀ ਸਾਡੇ ਜੇ 'ਚ ਛੜਾ ਲੈਣ। ਬਸ ਉਹ ਕਹਿੰਦੇ ਵੀ ਵੀਰ ਜੀ ਤੌੜੀ 'ਚ ਬਣਿਆ ਸਾਗ ਹੋਵੇ ਜੀ, ਹਰੀ ਮਿਰਚ ਭੂਰਾ ਵੱਧ ਪਾ ਲਓ, ਅੱਜ ਕੱਲ੍ਹ ਸ਼ੱਕਰ ਨਵੀਂ ਆ ਗਈ ਉਹ 'ਚ ਦੇਸੀ ਘਿਓ ਲਾ ਲਓ ਜੀ, 2 ਰੋਟੀਆਂ ਬਾਕੀ ਦੀਆਂ ਖਾ ਲਓ ਤੇ ਉਦੋਂ ਬਾਅਦ ਫਿਰ ਜਾਈ ਲੈ, ਬਸ ਕੋਈ ਗੱਲ ਨਹੀਂ ਹੋਰ ਕਰਦੇ। ਇਹਨੂੰ ਪਹਿਲਾਂ ਵਾਲੀ ਚੀਜ਼ ਦਾ ਮੈਂ ਨਾਂ ਨਹੀਂ ਲਿਆ ਕਿਉਂਕਿ ਆਪਾਂ ਪ੍ਰਮੋਟ ਨਹੀਂ ਕਰਦੇ। ਬਿਲਕੁਲ ਠੀਕ, ਕਿਉਂਕਿ ਜਦੋਂ ਬੰਦੇ ਨੇ ਇੰਨਾ ਕੁਛ ਛਕਣਾ ਤਾਂ ਉਦੋਂ ਪਹਿਲਾਂ ਕਹਿੰਦੇ ਕੁਛ ਕੀੜੇ ਮਾਰਕ ਦਵਾਈ ਵੀ ਪਾਉਣੀ ਪੈਂਦੀ ਹੁੰਦੀ। ਨਹੀਂ ਦੇਖੋ, ਤਾਂ ਤੁਹਾਨੂੰ ਵੱਡਿਆਂ ਨੂੰ ਪਤਾ ਹੋਊਗਾ, ਸਾਨੂੰ ਤਾਂ ਉਹੀ ਸਵੇਰ ਨੂੰ ਚਾਹ ਦਾ ਕੱਪ ਹੁੰਦਾ ਤੇ ਸ਼ਾਮ ਨੂੰ ਕੱਚੀ ਲੱਸੀ, ਬੜੀ ਹੱਦ। ਕਿਉਂ ਬਾਠ ਸਾਹਿਬ ਝੂਠਣਾ, ਕੱਲ੍ਹ 2 ਢੱਕਣ ਲਵਾਈ ਨਾ ਤੁਹਾਨੂੰ। ਨਹੀਂ ਦੇਖੋ, ਮੈਂ ਖੰਘ ਦੀ ਦਵਾਈ ਤੇ ਯਾਰ ਪੀਣਾ ਹੀ ਪੀਣਾ, ਖੰਘ ਦੀ ਦਵਾਈ ਸਾਨੂੰ ਗਲਤ ਨਹੀਂ ਗੱਲ ਕਰ। ਮਹਾਰਾਜ ਮੇਰੀ ਗੱਲ ਸੁਣ ਲਓ, ਤੁਹਾਡੇ ਵਰਗੇ ਬੰਦੇ ਨੂੰ ਵਿਆਹ ਦਾ ਕੋਈ ਕਾਰਡ ਦੇਣਾ ਹੋਵੇ ਹੁੰਦਾ ਕੀ ਆ? ਤੁਹਾਨੂੰ ਹੁੰਦਾ ਕਿ ਅੱਛਾ 17 ਤਰੀਕ ਦਾ ਲਿਖ ਲਓ, ਇੱਥੇ ਕੈਲੰਡਰ ਤੇ ਨੋਟ ਕਰ ਲਓ, ਰੰਧਾਵਾ ਸਾਹਿਬ ਦੇ ਵੀ ਜਾਣਾ ਹੈ, ਬਾਜਵਾ ਸਾਹਿਬ ਦੇ ਵੀ ਜਾਣਾ, 5 ਵਜੇ ਇਧਰੋਂ ਵੀ ਹੋ ਜਾਏ। ਸਾਡੇ ਵਰਗੇ ਬੰਦੇ ਦੇ ਕਾਰਡ ਆਵੇ, ਸਾਡੀਆਂ ਵਾਛਾਂ ਖੜ ਜਾਓ, ਠੰਡੋ ਪੀਵਾਂ ਵੀ ਹੋਏ। ਅੱਛਾ ਬਾਠ ਸਾਹਿਬ ਜੀ, ਯਾਰ ਆਹ ਮੈਂ ਇੱਕ ਚੀਜ਼ ਵੇਖੀ ਨਾ, ਆਪਾਂ ਭੁੱਲ ਨਾ ਜਾਈਏ, ਆ ਜਿਹੜੀ JNU ਵਾਲੇ ਸਟੂਡੈਂਟ ਨੇ ਜੀ, ਇਹਨਾਂ ਨੇ ਜਿਹੜਾ ਇਹ ਤਾਂ ਕੁੰਦਰੂਨ ਫੇਦ ਵੱਲੀ ਉਹਦੇ ਨੇ ਕਿੱਲੀ, ਇਹ ਕਿਵੇਂ ਨੋਟ ਆਊਗਾ ਜੀ? ਦੇਖੋ, ਗੱਲ ਬੜੀ ਸਿੱਧੀ ਪੱਧਰੀ ਜੀ ਆ। ਇੱਕ ਗੱਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀਆਂ ਦੀ ਸਮਝ ਲੈਣੀ ਚਾਹੀਦੀ ਹੈ ਕਿ ਭਾਰਤ ਦਾ ਸੂਬਾ ਭਾਵੇਂ ਕੋਈ ਹੈ, ਪਰ ਅਜੇ ਤੱਕ ਲੋਕ, ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਬੰਦੇ ਅਮੀਰ ਹੋ ਜਾਣ ਜਾਂ ਸਾਰੇ ਗਰੀਬ ਹੋ ਜਾਣ, ਕਦੇ ਵੀ ਸਮਾਨਤਾ ਪੂਰੀ ਨਹੀਂ ਹੋ ਸਕਦੀ, ਕਿਉਂਕਿ ਬੰਦੇ ਦੀ ਆਪਣੀ ਕਾਬਲੀਅਤ ਹੁੰਦੀ ਹੈ, ਕਾਬਲੀਅਤ ਦੇ ਹਿਸਾਬ ਨਾਲ ਕੰਮ ਮਿਲਦਾ, ਕੰਮ ਦੀ ਤਨਖਾਹ ਮਿਲਦੀ ਹੈ, ਪਰ ਘੱਟੋ ਘੱਟ ਮੁੱਢਲੀਆਂ ਲੋੜਾਂ ਤਾਂ ਪੂਰੀਆਂ ਹੋਣ। ਜੇ ਬੰਦਾ ਬਿਮਾਰ ਠਮਾਰ ਹੋ ਜਾਵੇ ਤਾਂ ਦਵਾਈ ਲੈਣ ਦੀ ਹੈਸੀਅਤ ਹੋਵੇ, ਭਾਵੇਂ ਕਿੰਨਾ ਵੀ ਗਰੀਬ ਕਿਉਂ ਨਾ ਹੋਵੇ। ਜੇ ਬੰਦਾ ਮਾੜਾ ਮੋਟਾ ਜਿਹੜਾ ਪੜ੍ਹਨ ਲਿਖਣ ਦਾ ਚਾਹਵਾਨ ਹੋਵੇ ਤਾਂ ਫੀਸ ਦੇਣ ਦੇ ਕਾਬਿਲ ਤਾਂ ਹੋਵੇ। ਹੁਣ ਵਿਦਿਆਰਥੀ ਕੀ ਕਹਿੰਦੇ ਆ? ਉਹ ਕਹਿੰਦੇ ਕਿ ਅਸੀਂ ਨਹੀਂ ਕਹਿੰਦੇ ਕਿ ਹੋਸਟਲ ਦੀਆਂ ਫੀਸਾਂ ਨਾ ਵਧਾਓ, ਅਸੀਂ ਨਹੀਂ ਕਹਿੰਦੇ ਕਿ ਟਿਊਸ਼ਨ ਫੀਸ ਨਾ ਵਧਾਓ, ਅਸੀਂ ਨਹੀਂ ਕਹਿੰਦੇ ਕਿ ਬਾਕੀ ਫੰਡਾਂ 'ਚ ਵਾਧਾ ਨਾ ਕਰੋ, ਕਰੋ, ਪਰ ਉਹਨਾਂ ਕੁ ਕਰੋ ਜਿੰਨਾ ਕੁ ਆਮ ਸਧਾਰਨ ਜਿਹੜਾ ਵਿਦਿਆਰਥੀ ਉਹ ਦੇ ਸਕੇ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਕਿਹਾ ਸੀ ਕਿ 40% ਵਿਦਿਆਰਥੀਆਂ ਨੂੰ ਛੱਡ ਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਬਾਕੀ ਜਿੰਨੇ ਵਿਦਿਆਰਥੀ ਪੜ੍ਹਦੇ ਆ, ਭਾਵੇਂ ਦੇਸ਼ ਦੇ ਕਿਸੇ ਵੀ ਸੂਬੇ ਨਾਲ ਸੰਬੰਧਿਤ ਕਿਉਂ ਨਹੀਂ, ਉਹ ਵਿੱਤੀ ਤੌਰ 'ਤੇ ਬੜੇ ਕਮਜ਼ੋਰ ਆ, ਤੇ ਤੁਸੀਂ ਜੇ 10 ਰੁਪਈਆਂ ਤੋਂ ਵਧਾ ਕੇ 300, 20 ਤੋਂ ਵਧਾ ਕੇ 600 ਰੁਪਈਆ ਤੇ 5500 ਤੋਂ ਵਧਾ ਕੇ 12,000 ਰੁਪਈਆ ਫੀਸ ਕਰ ਦਿਓਗੇ, ਤੇ ਇਹਦਾ ਮਤਲਬ ਹੈ ਕਿ 60% ਵਿਦਿਆਰਥੀ, ਉਹਦੇ ਵਿੱਚੋਂ ਅੱਧੇ ਵਿਦਿਆਰਥੀ ਘੱਟੋ ਘੱਟ ਜਿਹੜੇ ਗਰੀਬ ਨੇ, ਕਮਜ਼ੋਰ ਨੇ ਵਿੱਤੀ ਤੌਰ ਦੇ ਉੱਤੇ, ਉਹ ਤਾਂ ਪੜ੍ਹਾਈ ਜਾਰੀ ਨਹੀਂ ਰੱਖ ਸਕਣਗੇ। 3 ਮਹੀਨੇ ਹੋ ਗਏ ਸੰਘਰਸ਼ ਚੱਲਦੇ ਨੂੰ। ਇੱਕ ਵਾਰੀ ਇਹਨਾਂ ਨੇ ਇੱਕ ਮੰਤਰੀ ਆ ਰਮੇਸ਼ ਪੋਖਰਿਆਲ, ਉਹਨੂੰ 5-6 ਘੰਟੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਬੰਦ ਕਰਕੇ ਰੱਖਿਆ ਸੀ ਕਿ ਭਾਈ ਤੁਸੀਂ ਸਾਡੀ ਗੱਲ ਵੀ ਨਹੀਂ ਸੁਣਦੇ। ਉਪ ਰਾਸ਼ਟਰਪਤੀ ਸਾਹਿਬ ਉੱਥੋਂ ਨਿਕਲ ਗਿਆ ਸੀ ਬਾਈ ਚਾਂਸ ਵੇਲੇ ਸਰ। ਹੁਣ ਇੱਕ ਵਾਰੀ ਫਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਰੋਸ ਵਜੋਂ ਕਿ 3 ਮਹੀਨੇ ਹੋ ਗਿਆ ਸਾਨੂੰ ਸੜਕਾਂ ਤੇ ਬੈਠਿਆਂ ਨੂੰ, ਸਾਡੀ ਮੰਗ ਕੋਈ ਪ੍ਰਵਾਨ ਨਹੀਂ ਕਰਦਾ, ਕੋਈ ਅਧਿਕਾਰੀ ਗੱਲ ਸੁਣਨ ਆਉਂਦਾ ਨਹੀਂ, ਰਾਸ਼ਟਰਪਤੀ ਭਵਨਾਂ ਨੂੰ ਕੂਚ ਕੀਤਾ, 3 ਮੈਟਰੋ ਸਟੇਸ਼ਨ ਫਿਰ ਬੰਦ ਕੀਤੇ ਸਰਕਾਰ ਨੇ, ਐਨ ਕੰਢੇ ਦੇ ਉੱਤੇ ਜਾ ਕੇ ਵਿਦਿਆਰਥੀ ਰੋਕੇ, ਹਲਕਾ ਲਾਠੀਚਾਰਜ ਵੀ ਹੋਇਆ, ਉਹਨਾਂ ਨੂੰ ਖਦੇੜਿਆ ਗਿਆ। ਵਿਦਿਆਰਥੀ ਕਹਿੰਦੇ ਸੀ ਕਿ ਰਾਸ਼ਟਰਪਤੀ ਨੂੰ ਮਿਲੇ ਬਿਨਾਂ ਜਾਣਾ ਨਹੀਂ, ਅਗਲੇ ਕਹਿੰਦੇ ਸੀ ਕਿ ਰਾਸ਼ਟਰਪਤੀ ਤੱਕ ਤੁਹਾਨੂੰ ਅਪੜਨ ਨਹੀਂ ਦੇਣਾ। ਪਰ ਜਿਸ ਤਰੀਕੇ ਹਰ ਰੋਜ਼ ਇਹ ਸੰਘਰਸ਼ ਪ੍ਰਚੰਡ ਹੁੰਦਾ ਜਾ ਰਿਹਾ, ਜੇ ਮੌਕੇ ਸਿਰ ਇਹਨੂੰ JNU ਦੇ ਵਿੱਚ ਹੱਲ ਨਾ ਕੀਤਾ ਗਿਆ ਤਾਂ ਸਾਰੇ ਦੇਸ਼ 'ਚ ਫੈਲ ਸਕਦਾ। ਨਹੀਂ, ਉਹ ਤਾਂ ਚਲੋ ਠੀਕ ਹੈ, ਬਾਕੀ ਹੁਣ ਉਹਨਾਂ ਦਾ ਸੰਘਰਸ਼
ਫਿਰ ਉਸ ਨਾਟਕ ਤੋਂ ਬਾਅਦ ਕਰਨਾਟਕ ਸੂਬੇ ਦੇ ਵਿੱਚ ਸਰਕਾਰ ਬਦਲੀ ਜੀ। 17 ਐਮਐਲਏ ਇਧਰੋਂ ਉਧਰੋਂ ਉਧਰੋਂ ਇਧਰ ਇਧਰੋਂ ਉਧਰ ਇਧਰੋਂ ਉਧਰ ਕਰ ਦਿੱਤੇ ਗਏ ਜੀ, ਜਿਹਨਾਂ ਨੂੰ ਬਾਅਦ ਚ ਮਤਲਬ ਡਿਸਕੁਆਲੀਫਾਈ ਕਰਕੇ ਕਹਿੰਦੇ ਵੀ ਲਾਂਭੇ ਕਰ ਦੇ ਵਿੱਚ ਚੋਣ ਨਹੀਂ ਲੜ ਸਕਦੇ। ਪਰ ਚਲੋ ਸੁਪਰੀਮ ਕੋਰਟ ਵਾਇਆ ਘੁੰਮ ਘੁਮਾ ਕੇ ਉਹਦੇ ਚੋਂ 15 ਥਾਵਾਂ ਤੇ ਬਾਈ ਇਲੈਕਸ਼ਨ ਹੋਈ ਤੇ 12 ਸੀਟਾਂ ਬੀਜੇਪੀ ਨੇ ਜਿੱਤ ਲਈਆਂ। ਕਹਿਣ ਤੋਂ ਭਾਵ ਇਹ ਕਿ ਵੀ ਜਮਾਂ ਲੱਗ ਗਈ ਅਜੇ ਹੁਣੇ ਮਹਾਰਾਸ਼ਟਰ ਦੇ ਵਿੱਚ ਵੀ ਨਵੀਂ ਨਵੀਂ ਕੁੜਤੀ ਸਵਾ ਕੇ ਤੇ ਉਧਵ ਠਾਕਰੇ ਸਾਹਿਬ ਮੁੱਖ ਮੰਤਰੀ ਬਣੇ ਨੇ, ਉਹਨਾਂ ਨੂੰ ਫਿਰ ਕਰਨਾਟਕ ਤੋਂ ਸਿੱਖ ਲੈਣਾ ਚਾਹੀਦਾ ਜਾਂ ਵੇਖ ਲੈਣਾ ਚਾਹੀਦਾ, ਪ੍ਰਬੰਧ ਕਰ ਲੈਣਾ ਚਾਹੀਦੇ ਵੀ ਜਦੋਂ ਭਾਜਪਾ ਏਦਾਂ ਦਾ ਧੋਬੀ ਪਟਕਾ ਮਾਰਦੀ ਆ ਤੇ ਫਿਰ ਜਦੋਂ ਅਗਲਾ ਕਹਿੰਦਾ ਵੀ ਉਹ ਮੋਢਾ ਵੀ ਦੁਖਣ ਲੱਗ ਪਿਆ ਤੇ ਫਿਰ ਪੱਟੀ ਵੀ ਨਹੀਂ ਕਰਨ ਦਿੰਦੇ ਅਗਲੇ। ਦੇਖੋ ਕਰਨਾਟਕ ਨੇ ਇਤਿਹਾਸ ਵੀ ਸਿਰਜ ਦਿੱਤਾ ਤੇ ਲੀਹ ਵੀ ਪਾਤੀ। ਐਚ ਡੀ ਦੇਵਗੌੜਾ ਦਾ ਪੁੱਤ ਐਚ ਡੀ ਕੁਮਾਰਾਸਵਾਮੀ ਮੁੱਖ ਮੰਤਰੀ ਬਣਿਆ ਸੀ ਕਾਂਗਰਸ ਦੇ ਸਹਿਯੋਗ ਨਾਲ। 17 ਬੰਦੇ, ਕੁਝ ਜਨਤਾ ਦਲ ਸੈਕੂਲਰ ਦੇ ਤੇ ਕੁਝ ਕਾਂਗਰਸ ਦੇ ਟੁੱਟ ਗਏ, ਕਦੇ ਕਿਸੇ ਹੋਟਲ ਚ ਰੱਖ ਕਦੇ ਕਿਸੇ ਹੋਟਲ ਚ ਰੱਖ। ਜਦੋਂ ਵਿਧਾਨ ਸਭਾ ਦੇ ਵਿੱਚ ਬਹੁਮਤ ਸਾਬਤ ਕਰਨਾ ਸੀ ਉਹ 17 ਬੰਦੇ ਗੈਰ ਹਾਜ਼ਰ ਰਹੇ ਤੇ ਉੱਥੋਂ ਸਰਕਾਰ ਐਚ ਡੀ ਕੁਮਾਰਾਸਵਾਮੀ ਦੀ ਡਿੱਗ ਪਈ ਤੇ ਯੇਦੂਰੱਪਾ ਸਾਹਿਬ ਜਿਹੜੇ ਨੇ ਉਹ ਮੁੱਖ ਮੰਤਰੀ ਬਣ ਗਏ। ਹੁਣ ਯੇਦੂਰੱਪਾ ਸਾਹਿਬ ਮੁੱਖ ਮੰਤਰੀ ਬਣੇ ਤਾਂ 17 ਸੀਟਾਂ ਖਾਲੀ ਡਿਕਲੇਅਰ ਕਰਤੀਆਂ ਕਿਉਂਕਿ ਦਲ ਬਦਲੀ ਵਿਰੋਧੀ ਕਾਨੂੰਨ ਲਾਗੂ ਹੋ ਗਿਆ ਸੀ। ਹੁਣ ਸੰਧਾਲੀਆ ਸਾਹਿਬ ਉਹ 17 ਸੀਟਾਂ ਦੇ ਵਿੱਚੋਂ 2 ਸੀਟਾਂ ਦਾ ਚੱਲਦਾ ਸੀ ਕੇਸ, 15 ਵਿਧਾਨ ਸਭਾ ਦੀਆਂ ਸੀਟਾਂ ਤੇ ਹੋਈ ਜ਼ਿਮਨੀ ਚੋਣ, 15 ਦੇ ਵਿੱਚੋਂ 2 ਜਿੱਤੀਆਂ ਕਾਂਗਰਸ ਨੇ, 1 ਜਿੱਤੀ ਆਜ਼ਾਦ ਨੇ, ਕਿੰਨੀਆਂ ਰਹਿ ਗਈਆਂ 12, 12 ਜਿੱਤੀਆਂ ਬੀਜੇਪੀ ਨੇ। ਉਹਨਾਂ ਨੂੰ 6 ਚਾਹੀਦੀਆਂ ਸੀ ਸਰਕਾਰ ਬਚਾਉਣ ਲਈ, ਉਹਨਾਂ ਕੋਲ ਦੁੱਗਣੀਆਂ ਆ ਗਈਆਂ। ਪਹਿਲੀ ਗੱਲ ਕਿ ਯੇਦੂਰੱਪਾ ਸਾਹਿਬ ਦੀ ਸਰਕਾਰ ਹੋ ਗਈ ਆ ਸਥਿਰ, ਉਹਨੂੰ ਖਤਰਾ ਕੋਈ ਨਹੀਂ, ਕੋਈ ਉਹਨੂੰ ਵਿਸਾਖੀਆਂ ਦੀ ਫੌੜੀਆਂ ਦੀ ਲੋੜ ਨਹੀਂ। ਪਰ ਲੋਕਾਂ ਦੇ ਪੱਖ ਤੋਂ ਜਿਹੜੀ ਗੱਲ ਹੈ, ਜਿਹੜੀਆਂ 12 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਉਹਦੇ ਵਿੱਚੋਂ 11 ਬੰਦੇ ਉਹ ਵਿਧਾਇਕ ਬਣੇ ਆ ਜਿਹੜੇ 1 ਸਾਲ ਪਹਿਲਾਂ ਜਨਤਾ ਦਲ ਸੈਕੂਲਰ ਜਾਂ ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਤੇ ਸੀ ਤੇ ਆਪਦੇ ਗੱਠਜੋੜ ਦੀ ਸਾਂਝੀ ਸਰਕਾਰ ਨੂੰ ਡੇਕਣ ਦੇ ਲਈ ਸੱਜੇ ਖੱਬੇ ਹੋਏ ਸੀ। ਹੁਣ ਲੋਕਾਂ ਦੀ ਮਾਨਸਿਕਤਾ ਨੂੰ ਕੀ ਸਮਝੀਏ ਕਿ ਪਹਿਲਾਂ ਤੁਸੀਂ 1 ਬੰਦੇ ਨੂੰ ਕਿਸੇ ਪਾਰਟੀ ਦੀ ਟਿਕਟ ਤੇ ਜਿਤਾਉਂਦੇ ਹੋ, ਉਹ ਬੰਦਾ ਸੱਜੇ ਖੱਬੇ ਹੁੰਦਾ, ਜ਼ਿਮਨੀ ਚੋਣਾਂ ਦਾ ਭਾਰ ਤੇ ਬੋਝ ਪੈਂਦਾ, ਉਹਦੇ ਤੋਂ ਬਾਅਦ ਉਹ ਬੰਦਾ ਫਿਰ ਦੂਸਰੀ ਪਾਰਟੀ ਵੱਲੋਂ ਚੋਣ ਲੜਦਾ ਤੇ ਜਦੋਂ ਚੋਣ ਲੜਦਾ ਤੁਸੀਂ ਵੋਟਾਂ ਪਾ ਕੇ ਜਿਤਾਉਂਦੇ ਹੋ। ਦੂਸਰੀ ਗੱਲ, ਵਟਸਐਪ ਟਾਈਮ ਆਪਣਾ ਮੁੱਕਣ ਵਾਲਾ ਜੀ, 100 ਹੱਥ ਰਸਾ ਸਿਰੇ ਤੇ ਗੰਢ ਵਾਲੀ ਸੁਣਾ ਦੇ ਸੁਣਾ ਦੋ। ਤੁਸੀਂ ਇਹ ਚਾਹੁੰਦੇ ਹੋ ਕਿ ਵੀ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਪਾਰਟੀ ਬਦਲੀ, ਉਹਨਾਂ ਨੇ ਕਰ ਲਿਆ, ਲੋਕ ਵੋਟਾਂ ਨਾ ਪਾਉਣ, ਕਿਉਂ ਨਾ ਪਾਉਣ ਬਈ, ਪਾਉਣ ਬਈ। ਮੈਂ ਕਹਿੰਦਾ ਵੀ ਉਹ ਬੰਦੇ ਜਿਹੜੇ ਆ ਉਹਨਾਂ ਨੂੰ ਪਤਾ, ਉਹਨਾਂ ਜਦੋਂ ਜਾ ਕੇ ਉੱਥੇ ਭਾਸ਼ਾ ਆਪਣੀ ਭਾਸ਼ਾ 'ਚ ਕੀਤਾ ਹੋਊਗਾ, ਪੰਜਾਬੀ 'ਚ ਟਰਾਂਸਲੇਸ਼ਨ ਇਹ ਬਣਦੀ ਆ ਵੀ ਉਹਨਾਂ ਜਾ ਕੇ ਕਹਿਣਾ ਦੇਖੋ ਜੀ ਗੱਲ ਇੱਦਾਂ ਵੀ ਜੇ ਤੇ ਤੁਸੀਂ ਮੈਨੂੰ ਆਉਂਦੇ ਸੀ ਵੀ ਭਾਈ ਸਾਹਿਬ ਤੂੰ ਸਾਡੇ ਲਈ ਕਰ ਕੁਛ ਤੇ ਕਰੂੰ ਮੈਂ ਤਾਂ ਜੇ ਮੇਰਾ ਹੱਥ ਸਰਕਾਰੀ ਦਰਬਾਰੇ ਹੋ ਤੇ ਸਰਕਾਰ ਇਸ ਵੇਲੇ ਭਾਜਪਾ ਦੀ ਇੱਥੇ ਬਣ ਗਈ, ਉਹਨਾਂ ਦੀ ਸਰਕਾਰ ਹੀ ਸੈਂਟਰ 'ਚ ਹੈ, ਫਿਰ ਤਾਂ ਤੁਹਾਡੇ ਏਰੀਏ ਦਾ ਕੋਈ ਵਿਕਾਸ ਹੋ ਜੂ। ਤੇ ਜੇ ਤੁਸੀਂ ਆਉਂਦੇ ਹੋ ਵੀ ਮੈਂ ਉੱਥੇ ਦੂਸਰੇ ਪਾਸੇ ਬਹਿ ਜਾਵਾਂ ਰੁੱਸ ਕੇ ਤੇ ਨਾ ਅਗਲਿਆਂ ਨੇ ਮੈਨੂੰ ਕੋਈ ਗ੍ਰਾਂਟ ਦੇਣੀ ਤੇ ਨਾ ਉੱਥੇ ਹੱਥ ਹੀ ਪੈਣਾ ਤੇ ਮੁੜ ਕੇ ਤੁਸੀਂ ਮੇਰੇ ਵੱਲ ਵੇਖਣਾ ਵੀ 5 ਸਾਲ ਤੁਸੀਂ ਕੀਤਾ ਕੀ ਹੈ ਬਾਊ ਜੀ, ਤੇ ਆਪਣੇ ਕੋਲੋਂ ਕੰਮ ਨਹੀਂ ਹੋਣਾ, ਆਪਾਂ ਲਾਈ ਆ ਸਕੀਮ, ਤਕੜੇ ਹੋ ਕੇ ਪਾਓ ਵੋਟਾਂ। ਬਸ ਇੰਨੀ ਗੱਲ ਕੀਤੀ, ਅਗਲਾ ਵੋਟਾਂ ਪਾ ਦੇ, ਚਲੋ ਚੱਲੀ ਹੁਣ ਆਪਾਂ, ਟਾਈਮ ਹੋ ਗਿਆ, ਇੱਕੋ ਹੀ ਮਿੰਟ ਲੈਣਾ ਕਰ ਲਓ। ਉਹ ਮਿੰਟ ਹੀ ਲੈਣਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਹਿੰਦੇ ਅਸੀਂ ਥੋੜੇ 17 ਬੰਦੇ, ਸਾਡੇ ਨਾਲ ਕੋਈ ਸੰਪਰਕ ਨਹੀਂ, ਸਾਨੂੰ ਨਹੀਂ ਪਤਾ ਉਹ ਕਿਹੜੇ ਹੋਟਲ 'ਚ ਕਿੱਥੇ ਰਹਿੰਦੇ ਆ, ਤੇ ਹੁਣ 17 ਦੇ ਵਿੱਚੋਂ ਜਦੋਂ 12 ਬੰਦਿਆਂ ਨੂੰ ਟਿਕਟਾਂ ਦਿੱਤੀਆਂ ਹੋਣਗੀਆਂ ਤਾਂ ਲੋਕਾਂ ਨੇ ਫਿਰ ਵੀ ਨਹੀਂ ਪੁੱਛਿਆ। ਇਹਦਾ ਮਤਲਬ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਫਾਰਮੂਲਾ ਲੈ ਕੇ ਤੁਰਦੀ ਹੈ ਉਹ ਠੀਕ ਹੀ ਹੈ, ਤੇ ਹੁਣ ਜਦੋਂ ਕਰਨਾਟਕ ਦੇ ਵਿੱਚੋਂ ਇਹ ਸੰਕੇਤ ਚੱਲ ਗਿਆ ਸਾਰੇ ਦੇਸ਼ 'ਚ ਕਿ ਤੁਸੀਂ ਆਪਦੀ ਪਾਰਟੀ ਛੱਡੋ, ਕਿਸੇ ਦੀ ਸਰਕਾਰ ਤੋੜਨੀ ਆ ਤੋੜੋ, ਨਹੀਂ ਤੋੜਨੀ ਨਾ ਤੋੜੋ, ਜੇ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਕੇ ਟਿਕਟ ਲੈ ਲਓਗੇ ਤਾਂ ਭਾਈ ਜਿੱਤ ਤਾਂ ਹੋਈ ਜਾਂਦੀ ਹੈ, ਟਿਕਟਾਂ ਅਗਲੇ ਦੇ ਦਿੰਦੇ ਆ। ਮੈਂ ਹੁਣੇ ਤਾਂ ਕਿਹਾ ਵੀ ਉਧਵ ਠਾਕਰੇ ਹੋਣੀ ਜੇ ਕਿਸੇ ਜੋਤਸ਼ੀ ਨੂੰ ਹੱਥ ਵਿਖਾਉਣਾ ਵਿਖਾ ਲੈਣ, ਵਿਖਾ ਲੈਣ, ਸਿਆਣੇ ਕੋ ਜਾਣਾ ਚਲੇ ਜਾ, ਕਿਉਂਕਿ ਝਾਰਖੰਡ ਵਾਲਾ ਵੀ ਇੱਕ ਮਤਲਬ ਦੌਰ ਜਿਹਾ ਨਿਕਲ ਗਿਆ ਇਲੈਕਸ਼ਨ ਦਾ, ਜਿੱਦਣ ਉਧਰੋਂ ਕੋ ਉਹੋ ਜਿਹੀ ਆਵਾਜ਼ ਆ ਗਈ ਨਾ ਭਾਈ, ਫਿਰ ਤਾਂ ਜਿੱਦਾਂ ਮਾਈਆਂ ਨੇ ਕਹਿੰਦੇ ਹੁਣ ਤਾਂ ਫਿਰ ਮਹਾਰਾਜ ਹੀ ਰੱਖ, ਮਹਾਰਾਜ ਹੀ ਰੱਖ, ਸੇਵਾ ਹੀ ਕਰ ਲਓ। ਆਹੋ ਚਲੀਏ ਹੁਣ ਫਿਰ ਆਪਾਂ, ਆਓ ਜੀ, ਆਓ ਜੀ, ਬਹੁਤ ਸ਼ੁਕਰੀਆ, ਲਓ ਸਤਿ ਸ਼੍ਰੀ ਅਕਾਲ, ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ, ਇੱਥੇ ਦਿਓ ਸਾਨੂੰ ਦੋਵਾਂ ਨੂੰ ਆਗਿਆ ਤੇ ਨਵੇਂ ਰੰਗ ਦੇ ਨਾਲ ਪ੍ਰਾਈਮ ਫੋਕਸ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।